ਸਲਾਮ ਅਲੈਕੁਮ ਸਤ ਬਿਸਮਿਲਲਾ ਤੇ ਜੀ ਆਇਆਂ ਨੂੰ ਪਾਕਿਸਤਾਨ ਟੀਵੀ ਲਾਹੌਰ ਸੈਂਟਰ ਤੋਂ ਪ੍ਰੋਗਰਾਮ ਦੇ ਅੱਜ ਦਾ ਮਹਿਮਾਨ ਮੇਰਾ ਨਾਮ ਅਲੀ ਉਸਮਾਨ ਬਾਜਵਾ ਸੋਹਿਰਾ ਸਾਜਿਦ ਮੇਰੇ ਨਾਲ ਮੌਜੂਦ ਨੇ ਇੱਕ ਫਫੇਰ ਬੜਾ ਸੋਹਣਾ ਬੜਾ ਹੀ ਰੰਗਲਾ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਏ ਆਂ ਦੋਸਤੋ ਪੰਜਾਬ ਦੀ ਅਗਰ ਗੱਲ ਕਰੀਏ ਤੇ ਪੰਜਾਬ ਰੰਗਲਾ ਰਿਹਾ ਵੇ ਹੁਣ ਵੀ ਬਥੇਰਾ ਰੰਗਲਾ ਲੇਕਿਨ ਇੱਕ ਚੀਜ਼ ਹਲ ਗੌਰ ਕਰਨਾ ਪਏਗਾ ਕਿ ਹਾਸੇ ਖੇਡਿਆਂ ਵਾਲਾ ਪੰਜਾਬ ਸੀ ਅਮਨੋ ਅਮਾਨ ਵਾਲਾ ਪੰਜਾਬ ਸੀ ਇਸੇ ਧਰਤੀ ਤੇ ਗੁਰੂ ਨਾਨਕ ਹੋਏ ਨੇ ਇਸੇ ਧਰਤੀ ਤੇ ਬੁੱਲੇ ਸ਼ਾਹ ਸਾਹਿਬ ਹੋਏ ਨੇ ਇਸੇ ਧਰਤੀ ਤੇ ਰਾਏ ਅਹਿਮਦ ਖਾਨ ਖਰਲ ਹੋਰ ਇਸੇ ਧਰਤੀ ਤੇ ਸਕੰਦਰ ਆਜ਼ਮ ਨੂੰ شکست ਦੇਣ ਵਾਲਾ ਪੋਰਸ ਵੀ ਹੋਇਆ ਕਾਫੀ ਕਾਫੀ ਰੰਗ ਵੇਖੇ ਨੇ ਅਸੀਂ ਇਸ ਧਰਤੀ ਦੇ ਲੇਕਿਨ ਲੋੜ ਥੋੜਾ ਜਿਹਾ ਟੋਲਰੈਂਸ ਨੂੰ ਵਾਪਸ ਲੈ ਕੇ ਆਣ ਦੀ ਥੋੜਾ ਜਿਹਾ ਪੰਜਾਬ ਨੂੰ ਦੁਬਾਰਾ ਪਰ ਅਮਨ ਬਣਾਉਣ ਦੀ ਕੋਸ਼ਿਸ਼ ਕਰਿਆ ਜੇ ਕਿ ਆਪਣੇ ਬੱਚਿਆਂ ਤੱਕ ਪੰਜਾਬ ਦੀ ਉਹ ਰੀਤ ਜ਼ਰੂਰ ਪਹੁੰਚਾ ਦੇਣਾ ਆਪਣੀ ਬੋਲੀ ਰਾਈ ਤਾਂ ਕਿ ਉਹ ਹੱਸ ਖੇਡ ਸਕਣ ਤਾਂ ਕਿ ਪੰਜਾਬ ਫਿਰ ਖੁਸ਼ੀਆਂ ਭਰਾ ਹੋ ਜਾਏ ਇਸੇ ਗੱਲ ਨਾਲ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨੇ ਆ ਔਰ ਅੱਜ ਕੱਲ ਕਿਉਂਕਿ ਸਮੋਗ ਹਰ ਹਰ ਪਾਸੇ ਵੇਖੀ ਜਾਂਦੀ ਹੈ ਪੰਜਾਬ ਦੇ ਵਿੱਚ ਔਰ ਸਾਰੇ ਪਾਕਿਸਤਾਨ ਦੇ ਵਿੱਚ ਤੇ ਉਹਦੇ ਨਾਲ ਕਾਫੀ ਜ਼ਾਹਿਰ ਬਿਮਾਰੀਆਂ ਵੀ ਜਨਮ ਲੈਂਦੀਆਂ ਨੇ ਇਸੇ ਤਰ੍ਹਾਂ ਕੋਵਿਡ ਹੈ ਕੋਵਿਡ ਦੇ ਕਈ ਕਈ ਵੇਰੀਐਂਟ ਆ ਗਏ ਨੇ ਇਸੇ ਕਰਕੇ ਅਸੀਂ ਕੋਸ਼ਿਸ਼ ਕੀਤੀ ਕਿ ਇੱਕ ਮੈਡੀਕਲ ਪ੍ਰੈਕਟਿਸ਼ਨਰ ਨੂੰ ਆਪਣੇ ਸਟੂਡੀਓ ਵਿੱਚ ਦਾਵਤ ਦਿੱਤੀ ਜਾਏ ਤਾਲੁਕ ਇਹਨਾਂ ਦਾ ਸਾਹੀਵਾਲ ਤੋਂ ਹੈ ਸਾਈਵਾਲ ਦੀ ਜਿਹੜੀ ਗਾਂ ਹੈ ਉਹ ਬੜੀ ਮਸ਼ਹੂਰ ਹੈ ਲੇਕਿਨ ਡਾਕਟਰ ਸਾਹਿਬ ਜਿਹੜੇ ਨੇ ਉਹ ਉਹਨਾਂ ਨੇ ਆਪਣੀ ਇਤਿਦਾਈ ਜ਼ਿੰਦਗੀ ਸਾਈਵਾਲ ਗੁਜ਼ਾਰੀ ਉਸ ਤੋਂ ਬਾਅਦ ਉਹ ਲਾਹੌਰ ਆਏ ਔਰ ਅਲਾਮਾ ਇਕਬਾਲ ਮੈਡੀਕਲ ਕਾਲਜ ਤੋਂ ਉਹਨਾਂ ਨੇ ਐਮਬੀਬੀਐਸ ਕੀਤਾ ਔਰ ਉਸ ਤੋਂ ਬਾਅਦ ਐਸੋਸੀਏਸ਼ਨ ਆਫ ਫੈਮਿਲੀ ਫਿਜ਼ੀਸ਼ੀਨ ਜਿਹੜਾ ਹੈ ਇਹਦੇ ਬਾਨੀਆਂ ਚ ਇੱਕ ਬਾਨੀ ਹੀ ਗਏ ਨੇ ਔਰ ਸਪੈਸ਼ਲ ਇਹਨਾਂ ਦਾ ਇੰਟਰਸਟ ਹੈਗਾ ਡਾਇਬੀਟੀਜ਼ ਔਰ ਸਾਈਕੀਆਟਰੀ ਦੇ ਵਿੱਚ ਤੇ ਸਭ ਤੋਂ ਪਹਿਲਾਂ ਬਿਸਮਿਲ੍ਲਾ ਕਰਨੀ ਹੈ ਔਰ ਸਲਾਮ ਕਰਨੀ ਹੈ ਡਾਕਟਰ احمد ਨਵੀਦ ਸਾਹਿਬ ਨੂੰ ਅਸਲਾਮੁਅਲੈਕਮ ਜੀ ਜੀ ਵੈਲਕਮ ਕਿਸੀ ਤਬੀਅਤ ਹੈ ਤੁਹਾਡੀ ਜੀ ਅੱਲਾ ਦਾ ਸ਼ੁਕਰ ਹੈ ਠੀਕ ਠਾਕ ਜੀ ਨਾਜ਼ਰੀਨ ਔਰ ਇਹਨਾਂ ਦੇ ਨਾਲ ਹੀ ਸਾਡੇ ਸਟੂਡੀਓ ਦੇ ਵਿੱਚ ਇੱਕ ਹੋਰ ਬੜਾ ਸੋਹਣਾ ਫਨਕਾਰ ਮੌਜੂਦ ਹੋ ਗਿਆ ਫਜ਼ਾ ਜਿਹੜੀ ਹੈ ਉਹ ਥੋੜੀ ਜੀ ਤੁੰਦਲੀ ਜੀ ਤੇ ਬਣ ਗਈ ਹੈ ਪੰਜਾਬ ਦੇ ਵਿੱਚ ਲੇਕਿਨ ਕੈਨਵਸ ਦੇ ਉੱਤੇ ਰੰਗ ਜਿਹੜੇ ਨੇ ਉਸੇ ਤਰ੍ਹਾਂ ਸ਼ੋਖਾਣਗੇ ਉਸੇ ਤਰ੍ਹਾਂ ਹੀ ਤੇਜ਼ ਔਰ ਉਸੇ ਤਰ੍ਹਾਂ ਹੀ ਸ਼ਾਰਪਾਣਗੇ ਸਾਡੇ ਨਾਲ ਪੇਂਟਰ ਮੌਜੂਦ ਨੇ ਜ਼ਾਹਿਦ ਅਸ਼ਰਫ ਸਾਹਿਬ ਅਸਲਾਮੁਅਲੈਕਮ ਜ਼ਾਹਿਦ ਵਾਲੇਕਮ ਅਸਲਾਮ ਕਿਸੀ ਤਬੀਅਤ ਹੈ ਅਲਹਮਦੁਲਿਲਾ ਬਿਲਕੁਲ ਠੀਕ ਅੱਜ ਫਿਰ ਵਧੀਆ ਇੱਕ ਨਵਾਂ ਜਿਹਾ ਰੰਗ ਕੈਨਵਸ ਤੇ ਦੇ ਰਹੇ ਹੋ ਪੰਜਾਬ ਦਾ ਬਿਲਕੁਲ ਪੰਜਾਬ ਦਾ ਜਿਹੜਾ ਆਪਣਾ ਰੰਗ ਹੈ ਉਹ ਕੈਨਵਸ ਤੇ ਇਨਸ਼ਾਅੱਲਾ ਦਿਖਾਵਾਂਗੇ ਯਾਨੀ ਬਦਲ ਵਸਣ ਤੋਂ ਬਾਅਦ ਦਾ ਰੰਗ ਹਾਂ ਬਦਲ ਤੱਕ ਜਦ ਫਰੈਸ਼ ਹੋ ਰਹਿੰਦਾ ਹੈ ਬਿਲਕੁਲ ਠੀਕ ਤੁਸੀਂ ਸਟਾਰਟ ਕਰੋ اور ਗ੍ਰੈਜੂਅਲੀ ਜੈਂਜ ਪ੍ਰੋਗਰਾਮ ਅਗੇ ਵਧੇਗਾ ਉਸੇ ਤਰ੍ਹਾਂ ਤਸਵੀਰ ਜਿਹੜੀ ਉਬਰਦੀ ਚਲੀ ਜਾਏਗੀ اور ਇੱਕ ਅਸੀਂ ਵਧੀਆ ਤਸਵੀਰ ਵੇਖ ਸਕਾਂਗੇ ਠੀਕ ਹੈ ਜੀ ਜੀ ਨਾਜ਼ਰੀਨ ਵਾਪਸ ਆਨੇ اور ਡਾਕਟਰ ਸਾਹਿਬ ਨਾਲ ਪਹਿਲਾਂ ਗੁਫਤਗੂ ਕਰਨੀ ਡਾਕਟਰ ਸਾਹਿਬ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਈਵਾਲ ਤੁਹਾਡੇ ਵਾਲਦੇ ਗ੍ਰਾਮੇ ਜਿਹੜੇ ਨੇ ਐਜੂਕੇਸ਼ਨ ਸੈਕਟਰ ਨਾਲ ਉਹਨਾਂ ਦਾ ਤਾਲੁਕ ਰਿਹਾ ਔਰ ਵਿਹਾੜੀ ਤੋਂ ਉਹਨਾਂ ਦਾ ਤਾਲੁਕ ਸੀ ਫਿਰ ਸਾਈਵਾਲ ਤੁਹਾਡੀ پیدائش ਹੁੰਦੀ ਤੇ ਇbtedਾਈ 10 ਸਾਲ ਉਥੇ ਗੁਜ਼ਰਦੇ ਨੇ ਥੋੜਾ ਜਿਹਾ ਆਪਣਾ ਬਚਪਨ ਵੀ ਦੱਸੋ ਸਾਈਵਾਲ ਕਿਵੇਂ ਦਾ ਸੀ ਉਸ ਜ਼ਮਾਨੇ ਦੇ ਵਿੱਚ ਔਰ ਕੀ ਆਪੀ ਮੈਡੀਕਲ ਚੁਣਿਆ ਜਾਂ ਫਿਰ ਉਹ ਅੱਬਾ ਜੀ ਨੇ ਕਿਹਾ ਸੀ ਕਿ ਮੁੰਡੇ ਨੂੰ ਡਾਕਟਰ ਹੀ ਬਣਾਣਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹਾਂ ਹਾਂ ਸਾਈਵਾਲ ਪੋਰਟਰਪਸੋ ਦਾ ਸ਼ਹਿਰ ਹੈ ਜੀ ਔਰ ਬੜਾ ਪਰਸਕੂਨ ਸ਼ਹਿਰ ਹੈ ਹਮਮ ਬਲਕਿ ਸੀ ਹੁਣ ਦਾ ਤਾਂ ਪਤਾ ਨਹੀਂ ਕਿਉਂਕਿ ਵਰਸਾ ਹੋ ਗਿਆ ਹੁਣ ਬਸ ਸਿਰਫ ਆਣਾ ਜਾਣਾ ਹੁੰਦਾ ਇੱਕ ਅੱਧੇ ਦਿਨ ਹਸਤੇ ਅੱਛਾ ਇਹ ਕਿਉਂਕਿ ਫਾਦਰ ਐਜੂਕੇਸ਼ਨ ਵਿੱਚ ਸਨ ਤੇ ਰਿਹائش ਵੀ ਸਾਡੀ ਕਾਲਜ ਦੇ ਵਿੱਚ ਹੀ ਸੀ ਅੱਛਾ ਤੇ ਉਹ ਫਿਰ ਕਾਲਜ ਦਾ ਆਪਣਾ ਇੱਕ ਮਾਹੌਲ ਕਿਉਂਕਿ ਗਵਰਨਮੈਂਟ ਕਾਲਜ ਸਾਈਵਾਲ ਇਸ ਮਤਲਬ ਵਨ ਆਫ ਦੀ ਬੈਸਟ ਮਲਤਾਨ ਡਿਵੀਜ਼ਨ ਦੇ ਵਿੱਚੋਂ ਹੁੰਦਾ ਸੀ ਹਮਮ ਔਰ ਹੁਣ ਵੀ ਮਾਸ਼ਾਅੱਲਾ ਹੈ ਇਸ ਦਾ ਬਹੁਤ ਜ਼ਿਆਦਾ ਏਰੀਆ ਹੈ ਔਰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਇੱਕ ਜਿਹੜਾ ਵੀ ਕਿਸੇ ਵੀ ਅੱਛੇ ਕਾਲਜ ਦਾ ਇੱਕ ਖਾਸਾ ਹੁੰਦਾ ਹਮਮ ਉਹਦੇ ਵਿੱਚ स्विमिंग पूल ਵੀ ਸਨ ਕਾਲਜ ఓਵਲ ਵੀ ਸੀ ক্রিকেট ਗਰਾਊਂਡਸ ਵੀ ਸਨ ਸੈਪਰੇਟ ہاکی ਫੁੱਟਬਾਲ ਗਰਾਊਂਡਸ ਤੇ ਬਹੁਤ ਹੀ ਅੱਛੀ ਨਸ਼ਵਨਾਮਾ ਵਾਲਾ ਕਾਲਜ ਸੀ تعلیم ਦੇ ਨਾਲ ਨਾਲ ਤੋ ਬਿਲਕੁਲ ਬਹੁਤ ਅੱਛਾ ਸੀ ਬਹੁਤ ਅੱਛਾ ਵਕਤ ਗੁਜ਼ਰੀਆ ਜਿਸ ਸਾਈਵਲ ਦੇ ਵਿੱਚ ਉਹ ਸਟਾਰਟ ਵਿੱਚ ਤੁਸੀਂ ਵੀ ਐਕਸਟਰਾ ਕਰਿਕੂਲਰ ਦੇ ਵਿੱਚ ਹਿੱਸਾ ਲੈਂਦੇ ਰਹੇ ਹੋ ਜੀ ਮੈਂ ਬਿਲਕੁਲ ਮੈਂ ਪੰਜਾਬ ਲੈਵਲ ਦੇ ਉੱਤੇ সুইਮਿੰਗ ਦੇ ਵਿੱਚ ਵੀ ਸਿਲੈਕਸ਼ਨ ਹੋਈ ਰਹੀ ਮੈਂ ਮਲਤਾਨ ਡਿਵੀਜ਼ਨ ਨੂੰ ਰਿਪਰੈਜ਼ੈਂਟ ਕਰਦੇ ਰਿਹਾ ਸੁਮਿੰਗ ਵਿੱਚ ਅੱਛਾ ਤੇ ਬਿਲਕੁਲ ਬੜਾ ਅੱਛਾ ਸਾਈਵਲ ਕਾਲਜ ਦਾ ਹੀ ਇਹ ਬਿਲਕੁਲ ਯਾਨੀ ਸਪੋਰਟਸ ਖੇਡਣ ਤੋਂ ਬਾਅਦ ਵੀ ਤੁਸੀਂ ਇੱਕ ਅੱਛੇ ਡਾਕਟਰ ਬਣ ਸਕਦੇ ਹੋ ਅੱਲਾ ਦਾ ਸ਼ੁਕਰ ਹੈ ਜੀ ਹਾਂ ਡਾਕਟਰ ਸਾਹਿਬ ਐਂ ਦਸੋ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਫੇਸ ਕਰ ਰਹੇ ਹਾਂ ਡੇਂਗੀ ਸਰੈਫੈਰਿਸ ਤੇ ਕਰੋਨਾ ਵਾਇਰਸ ਸਾਡੇ ਵੱਡੇ-ਵਡੇਰੇ ਆਖਦੇ ਨੇ ਕਿ ਹੁਣੋਂ ਖਰਾਕਾ ਨਹੀਂ ਰਹੀਆਂ ਹੁਣ ਤੁਹਾਡੇ ਵਿੱਚ ਤਾਕਤ ਨਹੀਂ ਐਂ ਦਸੋ ਵਾਇਰਸ ਤਾਕਤਵਰ ਹੋ ਗਏ ਨੇ ਕਿ ਅਸੀਂ ਕਮਜ਼ੋਰ ਹੋ ਗਏ ਹਾਂ ਦੋਨੋਂ ਚੀਜ਼ਾਂ ਨੇ ਜੀ ਦੋਨੋਂ ਚੀਜ਼ਾਂ ਨੇ ਕਿਉਂਕਿ ਵਾਇਰਸ ਤਾਂ ਦੇਖੋ ਨਾ ਜਿਹੜਾ ਹੈ ਕੋਵਿਡ ਇਹ ਤਾਂ ਆਇਆ ਹੀ 100 ਸਾਲ ਬਾਅਦ ਰਫਲੀ ਕੇ ਇੰਨੀ شدت ਦੇ ਨਾਲ ਕੋਈ ਵਾਇਰਸ ਜਿਨੇ ਤਬਾਈ ਫਲਾਈ ਹੋਵੇ ਔਰ ਪੈਂਡੇਮਿਕ ਦੀ ਸ਼ਕਲ اختیار ਕਰ ਗਿਆ ਹੋਵੇ ਕੇ ਪੂਰੀ ਦੁਨੀਆ ਚ ਫੈਲਿਆ ਹੋਵੇ ਤੇ ਇਹ ਬਿਮਾਰੀਆਂ ਜਿਹੜੀਆਂ ਨੇ ਵੀ ਤਬ ਇੱਕ ਲਾਈਫ ਦਾ ਪਾਰਟ ਨੇ ਤੇ तकरीबन 100 ਸਾਲ ਬਾਅਦ ਅਸੀਂ ਇੰਨੀ ਖੌਫਨਾਕ ਬਿਮਾਰੀ ਦੇ ਨਾਲ ਅਸੀਂ ਨਬਰਦਜ਼ ਮਾਵਾਂ ਤੇ ਐਸੇ ਤਰ੍ਹਾਂ ਹੀ ਦੂਸਰਾ ਖੁਰਾਕਾਂ ਵੀ ਆਬਵੀਅਸਲੀ ਉਹ ਤੁਹਾਡੀ ਡਾਈਟਰੀ ਹੈਬਿਟਸ ਉਹ ਨਹੀਂ ਰਹਿ ਗਈਆਂ ਅਸੀਂ ਫਾਸਟ ਫੂਡ ਵੱਲ ਚਲੇ ਗਏ ਅਸੀਂ ਕੁਦਰਤੀ ਜਿਹੜੀ ਖੁਰਾਕ ਹੈ ਉਹਨੂੰ ਛੋੜ ਕੇ ਅਸੀਂ ਮਸਨੂਈ ਚੀਜ਼ਾਂ ਵੱਲ ਪੈਪਸੀ ਵਗੈਰਾ ਐਸ ਕਿਸਮ ਦੀਆਂ 버ਗਰ ਜਾਨੀ ਕੋਲਡ ਡਰਿੰਕਸ ਵਗੈਰਾ ਜਿਹੜੀਆਂ ਐਨੀਆਂ ਚੀਜ਼ਾਂ ਹੈ ਨੇ ਸੌਰੀ ਕੋਲਡ ਡਰਿੰਕਸ ਫਿਜ਼ੀ ਡਰਿੰਕਸ ਜਿੰਨੇ ਵੀ ਨੇ ਅਸੀਂ ਉਹਨਾਂ ਨੂੰ ਐਨਾ ਜ਼ਿਆਦਾ ਅਸੀਂ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਪੀਣਾ ਔਰ ਖਾਣਾ ਕਿ ਅਸੀਂ ਅਸਲ ਖੁਰਾਕ ਤੋਂ ਪਿੱਛੇ हट ਗਏ ਅੰਗਰੇਜ਼ਾਂ ਨੇ ਇਹਦਾ ਨਾਮ ਫਾਸਟ ਫੂਡ ਰੱਖਿਆ ਸੀ ਫਿਰ ਉਹਨਾਂ ਨੇ ਇਹਦਾ ਨਾਂ ਆਪਣੀ ਚੋਕੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਨਸਲ ਖਰਾਬ ਹੋ ਰਹੀ ਹੈ ਖਾ ਖਾ ਕੇ ਤੇ ਉਹਨਾਂ ਨੇ ਇਹਦਾ ਨਾਂ ਜੰਕ ਫੂਡ ਰੱਖ ਦਿੱਤਾ ਜੰਕ ਫੂਡ ਰੱਖ ਦਿੱਤਾ ਤਾਂ ਕਿ ਉਹਨਾਂ ਦੀ ਨਸਲ ਸਮਝੇ ਕਿ ਇਹ ਅਸਲ ਫੂਡ ਨਹੀਂ ਹੈ ਇਹ ਜੰਕ ਫੂਡ ਹੈ ਅਸਲ ਫੂਡ ਉਹੀ ਹੈ ਜਿਹੜੀ ਕੁਦਰਤੀ ਗذاء ਹੈ ਅਸੀਂ ਉਹ ਫਾਸਟ ਫੂਡ ਵੱਲ ਹੁਣ ਸ਼ੁਰੂ ਹੋਏ ਆਏ ਹਾਂ ਹੁਣ ਸਾਨੂੰ ਵੀ ਜਦੋਂ ਸਮਝ ਆਏਗੀ ਕਿ ਇਹ ਜੰਕ ਫੂਡ ਹੈ ਤਾਂ ਅਸੀਂ ਸ਼ਾਇਦ ਵਾਪਸ ਆਪਣੀ ਅਸਲ ਖੁਰਾਕ ਵੱਲ ਚਲੇ ਜਾਈਏ ਬਿਲਕੁਲ ਉਸੇ ਤਰ੍ਹਾਂ ਹੀ ਬਿਲਕੁਲ ਇਹਦੀ وجہ ਨਾਲ ਵੀ ਮਸਲਮ ਇਮਿਊਨਿਟੀ ਥੋੜੀ ਆਬਵੀਅਸਲੀ ਕੰਪਰੋਮਾਈਜ਼ ਹੋ ਜਾਂਦੀ ਹੈ ਡਾਕਟਰ ਸਾਹਿਬ ਕੋਵਿਡ 19 ਜਿਹ ਸਾਡੇ ਮੱਥੇ ਲੱਗਾ ਹੈ ਔਰ ਹਲੇ ਤੱਕ ਗਿਆ ਹੀ ਨਹੀਂ ਤੇ 알파 ਬੀਟਾ ਡੈਲਟਾ ਵੇਰੀਐਂਟ ਤੋਂ ਬਾਅਦ ਓਮਿਕਰੋਨ ਆ ਗਿਆ ਸਾਊਥ ਅਫਰੀਕਾ ਤੋਂ ਉੱਠਿਆ ਤੇ ਜਿਹੜੇ ਮੈਡੀਕਲ ਪ੍ਰੈਕਟਿਸ਼ਨਰ ਨੇ ਜਾਂ ਕਨਸਰਨਡ ਲੋਕ ਨੇ ਜਿਹੜੇ ਕਿ ਵਾਕਈ ਜਾਣਦੇ ਨੇ ਕਿ ਕਿਸ ਤਰ੍ਹਾਂ ਇਹ ਇਹ ਸਾਰਾ ਸਿਲਸਿਲਾ ਚੱਲਦਾ ਪਿਆ ਉਹ ਕਹਿੰਦੇ ਨੇ ਕਿ ਕਨਸਰਨ ਅਲੀ ਗੱਲ ਹੈ ਇਹ ਜ਼ਿਆਦਾ ਖਤਰਨਾਕ ਵੇਰੀਐਂਟ ਹੈ ਐਸ ਕੰਪੇਅਰ ਟੂ 올 ਅਦਰ ਵੇਰੀਐਂਟਸ ਇੱਕ ਤੇ ਇਹਦੇ ਬਾਰੇ ਥੋੜਾ ਦੱਸੋ ਓਮਿਕਰੋਨ ਜਿਹੜਾ ਵੇਰੀਐਂਟ ਹੈ ਕੀ ਚੀਜ਼ ਹੈ ਔਰ ਕਿਉਂ ਐਡਾ ਮੌਹਲਿਕ ਸਾਬਤ ਹੋ ਰਿਹਾ ਐ ਕੋਈ ਵੀ ਵਾਇਰਸ ਕੋਈ ਵੀ ਵਾਇਰਸ ਤੁਸੀਂ ਲੱਲੋ ਜਿਸ ਤਰ੍ਹਾਂ ਤੁਹਾਡੀ ਹਰ ਸਾਲ ਇੱਕ ਫਲੂ ਦੀ ਵੈਕਸੀਨ ਆਉਂਦੀ ਹੈ ਇਨਫਲੂਐਂਜ਼ਾ ਵਗੈਰਾ ਦੀ ਫਲੂ ਇੱਕ ਦੇ ਵਾਸਤੇ ਅਸੀ ਫਾਸਟ ਇੰਜੈਕਸ਼ਨ ਹਰ ਸਾਲ ਕੋਸ਼ਿਸ਼ ਕਰਨੇ ਹੈ ਕਿ ਜਿਹੜੇ ਜਿਹੜੇ ਲੋਕ ਜ਼ਿਆਦਾ ਐਕਸਪੋਜ਼ ਹੋ ਰਹੇ ਹੁੰਦੇ ਨੇ ਉਹਨਾਂ ਨੂੰ ਲਵਾਇਆ ਜਾਏ ਉਹ ਹਰ ਸਾਲ ਇੰਜੈਕਸ਼ਨ ਜਿਹੜਾ ਹੈ ਇਹ ਨਹੀਂ ਹੋ ਸਕਦਾ ਕਿ ਤੁਸੀਂ ਉਹ ਜਿਹੜਾ ਟੀਕਾ ਵਾਇਰਸ ਵਾਸਤੇ ਐਸਾ ਲਗਵਾਇਆ ਉਹ ਅਗਲੇ ਸਾਲ ਵੀ ਕੰਮ ਦੇਵੇ ਹੂੰ ਹੂੰ ਕਿਉਂਕਿ ਵਾਇਰਸ ਇੱਕ ਐਸੀ ਚੀਜ਼ ਹੈ ਜਿਹੜੀ ਆਪਣੀ ਸ਼ੇਪ ਚੇਂਜ ਕਰ ਲੈਂਦਾ ਹੈ ਇਹ ਵਲਵੰਦਾ ਹੈ ਹਰ ਸਾਲ ਉਹ ਆਪਣੇ ਹਰ ਸਾਲ ਬਾਅਦ ਉਹ 6 ਮਹੀਨੇ ਬਾਅਦ ਉਹ ਆਪਣੀ ਸ਼ੇਪ ਚੇਂਜ ਕਰਨਾ ਸ਼ੁਰੂ ਕਰ ਦਿੰਦੇ ਨੇ ਨਵੀਂ ਫਾਰਮ ਦੇ ਵਿੱਚ ਹਮਲਾਵਰ ਹੋਣਾ ਸ਼ੁਰੂ ਹੋ ਜਾਂਦਾ ਹੈ ਹੂੰ ਹੂੰ ਕੁਝ ਉਹਦੀਆਂ ਜਿਹੜੀਆਂ ਹੈ ਨੇ ਕਿਸਮਾਂ ਜਦੋਂ ਉਹ ਆਪਣੀ ਆਪਣੀ ਸ਼ੇਪ ਚੇਂਜ ਕਰਦਾ ਹੈ ਉਹ ਬਹੁਤ ਜ਼ਿਆਦਾ ਵਾਇਰਲੈਂਟ ਜਾਂ ਜਨੋਸੀ ਕੰਨੇ ਆ ਜ਼ਿਆਦਾ ਨੁਕਸਾਨ ਦੇ ਨਹੀਂ ਹੁੰਦੀਆਂ ਲੇਕਿਨ ਕੁਝ ਚੀਜ਼ਾਂ ਕੁਝ ਉਹਦੀਆਂ ਸ਼ਕਲਾਂ ਐਸੀਆਂ ਨੇ ਜਿਹੜੀਆਂ ਤੇਜ਼ੀ ਨਾਲ ਫੈਲਦੀਆਂ ਵੀ ਨੇ ਤੇ ਉਹ ਜ਼ਿਆਦਾ ਨੁਕਸਾਨ ਦੇ ਵੀ ਹੁੰਦੀਆਂ ਨੇ ਕੋਵਿਡ ਜਦੋਂ ਆਇਆ ਤੇ ਇਹ ਵੀ ਜ਼ਾਹਿਰ ਇੱਕ ਵਾਇਰਸ ਹੈ ਇਹਨੇ ਵੀ ਆਪਣੀਆਂ ਸ਼ੇਪਸ ਚੇਂਜ ਕਰਦੇ ਰਹਿਣਾ ਔਰ ਅਸੀਂ ਉਹਦੇ ਨਾਲ ਰਹਿਣਾ ਜਿਸ ਤਰ੍ਹਾਂ ਅਸੀਂ ਬਾਕੀ ਵਾਇਰਸਿਸ ਨਾਲ ਰਹਿ ਰਹੇ ਹਾਂ ਔਰ ਉਹਨਾਂ ਨੂੰ ਹਰ ਸਾਲ ਅਸੀਂ ਫਾਸਟੀਕੇ ਤਿਆਰ ਕਰ ਲਏ ਹੋਏ ਨੇ ਔਰ ਅਸੀਂ ਉਹ ਲਗਵਾ ਵੀ ਲਨੇ ਆ ਔਰ ਉਹਦੇ ਨਾਲ ਅਸੀਂ ਸਰਵਾਈਵ ਵੀ ਕਰ ਰਹੇ ਹਾਂ ਵਾਇਰਸ ਖਤਮ ਨਹੀਂ ਹੋਏ ਲੇਕਿਨ ਅਸੀਂ ਉਹਦਾ ਤੋੜ ਕੱਢ ਲਿਆ ਆ اسی طرح ਜਿਹੜਾ ਫਾਸਤੀ ਟਿਕਾ ਇਹਦਾ ਆ ਗਿਆ ਹੈ ਕੋਵਿਡ ਦਾ ਜੀ ਵੈਕਸੀਨੇਸ਼ਨ ਜਿਹੜੀ ਹੈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਅਗਰ ਲਗਾ ਲੈਨੇ ਆ ਤੇ ਅਸੀਂ ਇਹਦੀ şiddਤ ਤੋਂ ਬਚ ਸਕਨੇ ਆ ਹੂੰ ਹੂੰ ਦੂਸਰਾ ਇਹ ਕਿ ਇਹਨੇ ਹੁਣ ਰਹਿਣਾ ਇਹਨੇ ਜਾਣਾ ਨਹੀਂ ਇਹਨੇ ਸ਼ੇਪਸ ਚੇਂਜ ਕਰਦੇ ਰਹਿਣਾ ਔਰ ਆਂਦੇ ਰਹਿਣਾ ਇਹਦੇ ਜਿਹੜੀਆਂ ਕੋਈ ਐਸੀਆਂ ਸ਼ੇਪਸ ਹੋਣ ਗਿਆ ਜਿਹਦੇ ਜ਼ਿਆਦਾ ਖਤਰਨਾਕ ਹੋਣ ਗਿਆ ਜਿਸ ਨਾਲ ਪਹਿਲੇ ਡੈਲਟਾ ਆਈ ਉਹ ਜ਼ਿਆਦਾ ਤੇਜ਼ੀ ਨਾਲ ਫੈਲ ਸਕਦੇ ਸੀ ਔਰ ਜ਼ਿਆਦਾ ਖਤਰਨਾਕ ਸੀ ਇਸੇ ਤਰ੍ਹਾਂ ਇਹ ਨੋਮੀਕਰੋਨਾ ਹੈ ਇਹ ਵੀ ਉਹ ਸੇ ਵੀਰਸ ਨੇ ਬੇਸਿਕਲੀ ਇਹ ਕੋਵਿਡ ਹੀ ਹੈ ਜੀ ਉਹਨੇ ਆਪਣੀ ਸ਼ੇਪ ਚੇਂਜ ਕਰਕੇ ਇੱਕ ਵੇਰੀਐਂਟ ਇੱਕ ਨਵਾਂ ਆ ਗਿਆ ਕਿ ਉਹ ਓਮਿਕਰੋਨ ਦਾ ਨਾਮ ਦਿੱਤਾ ਇਹ ਨਵੰਬਰ 24 ਨਵੰਬਰ ਨੂੰ ਇਹ ਅਫਰੀਕਾ ਚ ਉੱਥੇ ਡਾਇਗਨੋਸ ਹੋਇਆ ਔਰ ਉਸ ਤੋਂ ਬਾਅਦ ਫਿਰ 26 ਨੂੰ ਇਹਨੂੰ ਡਿਕਲੇਅਰ ਕਰਤਾ ਗਿਆ ਕਿ ਇਹ ਤੇਜ਼ੀ ਨਾਲ ਫੈਲ ਸਕਦਾ ਔਰ ਇਹਦੀ ਸ਼ਿੱਦਤ ਵੀ ਜ਼ਿਆਦਾ ਹੋ ਸਕਦੀ ਹੈ ਲੇਕਿਨ ਹਾਲੇ ਤੱਕ ਜਿਹੜੀ ਰਿਸਰਚ ਹੈ ਹਾਲੇ ਤੱਕ ਕਿਉਂਕਿ ਇਹ ਬਹੁਤ ਨਵਾਂ ਨਵਾਂ ਹਾਲੇ ਹੋਇਆ ਹੈ ਰਿਸਰਚ ਇਹਦੇ ਤੇ ਮਜ਼ੀਦ ਆਏਗੀ ਔਰ ਪਤਾ ਲੱਗੇਗਾ ਕਿ ਕਿੰਨੀ ਤੇਜ਼ੀ ਨਾਲ ਫੈਲ ਸਕਦਾ ਹੈ ਕਿੰਨਾ ਵਿਰਲੈਂਟ ਹੈ ਕਿੰਨਾ ਇਹਦੇ ਚ ਬਿਮਾਰ ਕਰਨ ਦੀ ਔਰ ਤਾਕਤ ਹੈ ਇਨਸਾਨ ਨੂੰ ਮਿਊਟੈਂਟਸ ਕਾਫੀ ਨੇ ਔਰ ਕਾਫੀ ਰੈਸਟ੍ਰਿਕਸ਼ਨਸ ਵੀ ਲਾ ਦਿੱਤੀਆਂ ਗਈਆਂ ਸਾਊਥ ਅਫਰੀਕਾ ਤੇ ਤਾਂ ਕਿ ਉਹ ਉਥੋਂ ਵਾਇਰਸ ਜਿਹੜਾ ਬਾਕੀ ਦੁਨੀਆ ਤੱਕ ਨਾ ਜਾਏ ਹੋਰ ਵੀ ਕੁਝ ਮੁਲਕਾਂ ਤੇ ਲਾਇਆ ਗਿਆ ਲੇਕਿਨ ਅਲਟੀਮੇਟਲੀ ਦੁਨੀਆ ਗਲੋਬਲ ਵਿਲੇਜ ਬਣ ਗਈ ਹੈ ਨਾ ਚਾਹੁੰਦੇ ਆ ਵੀ ਵਾਇਰਸ ਜਿਹੜਾ ਉਹ ਕਿਤੇ ਨਾ ਕਿਤੇ ਪਹੁੰਚ ਹੀ ਜਾਂਦਾ ਤੇ ਹੁਣ ਖਤਰਾ ਸਾਨੂੰ ਓਮਿਕਰੋਨ ਤੋਂ ਵੇਖਨੇ ਆ ਕਿ ਅੱਗੋਂ ਸਾਡੇ ਨਾਲ ਫਰਦਰ ਕੀ ਬਣਦਾ ਸਾਡੇ ਆਪਣੇ ਅਗਰ ਪੰਜਾਬ ਦੀ ਗੱਲ ਕਰੀਏ ਤੇ ਕੋਵਿਡ ਤੇ ਸਾਰੀ ਦੁਨੀਆ ਚ ਚੱਲਦਾ ਪਏ ਲੇਕਿਨ ਡੇਂਗੀ ਸਪੈਸੀਫਿਕਲੀ ਸਾਡੇ ਸ਼ਹਿਰਾਂ ਦੇ ਵਿੱਚ ਬੜਾ ਸਖਤ ਉਹਨੇ ਇੱਕ ਵਾਰ ਕੀਤਾ ਹੈ ਔਰ ਬੜੇ ਲੋਕ ਜਿਹੜੇ ਨੇ ਹਸਪੀਟਲਾਈਜ਼ਡ ਵੀ ਨੇ ਘਰਾਂ 'ਚ ਵੀ ਇਲਾਜ ਉਹਨਾਂ ਦਾ ਹੋ ਰਿਹਾ ਇੱਕ ਤੇ ਥੋੜਾ ਜਿਹਾ ਇਹਦੀ ਇਬਤਦਾਈ ਅਲامات ਥੋੜਾ ਜਿਹਾ ਸਾਨੂੰ ਦੱਸ ਦੇਣਾ ਦੂਜਾ ਹੈ ਕਿ ਘਰ ਦੇ ਵਿੱਚ ਰਹਿੰਦੇ ਆਂ ਸੀ ਇਹਦਾ ਕਿਵੇਂ ਇਲਾਜ ਕਰ ਸਕਨੇ ਆ ਡੈਂਗੀ ਦੇ ਕੋ ਚ ਮਤਲਬ ਬੇਸਿਕਲੀ ਸਮਝਾਣ ਵਾਲੀ ਚੀਜ਼ ਹੈ ਕਿ ਇੱਕ ਮੱਛਰ ਦੇ ਜ਼ਰੀਏ ਫੈਲਣ ਵਾਲਾ ਇਹ ਵੀ ਇੱਕ ਵਾਇਰਸ ਹੀ ਹੈ ਜੀ ਇਹ ਵਾਇਰਲ ਬਿਮਾਰੀ ਕੋਈ ਵੀ ਹੋਵੇ ਉਹਦਾ ਹੱਲ ਸਿਰਫ ਇੱਕ ਹੀ ਹੈ ਕਿ ਤੁਸੀਂ ਇhtiyat ਕਰੋ ਔਰ ਜਿਹੜੀ ਹੈ ਉਹਦੀ ਆਪਣੀ ਜਿਹੜੀ ਇਮਿਊਨਿਟੀ ਹੈ ਉਹਨੂੰ ਬੂਸਟ ਅਪ ਕਰੋ ਉਹਨੂੰ ਅੱਛਾ ਰੱਖੋ ਔਰ ਦੂਸਰਾ ਇਹ ਹੈ ਕਿ ਇਹਨੂੰ ਇਹਨੇ ਆਪਣੇ ਆਪ ਠੀਕ ਹੋਣਾ ਹੈ ਹਮ ਆਪਣੇ ਆਪ ਇਹਨੇ ਕੁਝ ਨਹੀਂ ਤੁਸੀਂ ਇਹਦੇ ਹਾਸਤੇ ਕੋਈ ਸਪੈਸਿਫਿਕ ਮੀਜਰਸ ਨਹੀਂ ਲੈ ਸਕਦੇ ਕਿ ਜੇ ਖਾਸ ਤੌਰ ਤੇ ਇਹ ਕਰੋਗੇ ਤੇ ਇਹਦੇ ਤੋਂ ਬਚ ਸਕਦੇ ਹੋ ਇਹਦੇ ਵਾਸਤੇ ਸਿਰਫ ਇੱਕ ਹੀ ਬਚਤ ਹੈ ਕਿ ਤੁਸੀਂ ਮੱਛਰ ਦੀ ਬਾਈਟ ਤੋਂ ਉਹਦੇ ਕੱਟਣ ਤੋਂ ਬਚੋ ਤੇ ਜਿਸ ਤਰ੍ਹਾਂ ਕੋਵਿਡ ਦੇ ਵਿੱਚ ਹੈ ਕਿ ਤੁਸੀਂ ਉਹ ਮਾਸਕ ਔਰ فاਸਲਾ ਰੱਖ ਕੇ ਬਚ ਸਕਦੇ ਹੋ ਇਸੇ ਤਰ੍ਹਾਂ ਇਸ ਮੱਛਰ ਤੋਂ ਤੁਸੀਂ ਉਹਦੀ ਬਾਈਟ ਤੋਂ ਬਚ ਸਕਦੇ ਹੋ ਕਿ ਤੁਸੀਂ ਆਪਣੇ ਘਰ ਨੂੰ ਸਾਫ ਸੁਥਰਾ ਰੱਖੋ ਅਗਰ ਮਤਲਬ ਇਹਦਾ ਮੱਛਰ ਜਿਹੜਾ ਹੈ ਉਹਦੀ ਜਿਹੜੀ ਫੈਲਾਅ ਦੀ ਹੈ ਇਸੋ ਉਹ ਕਾਫੀ ਹੱਦ ਤੱਕ ਇਹ ਆਪਣਾ ਬਹੁਤ ਸਾਰੇ ਇਹ ਨਹੀਂ ਹੈ ਕਿ ਤੁਹਾਡੇ ਘਰ ਚ ਪਾਣੀ ਖੜਾ ਹੈ ਉੱਤੇ ਮੱਛਰ ਆ ਤੁਹਾਨੂੰ ਕੱਟ ਸਕਦਾ ਹੈ ਇਹ ਕੋ 10 15 20 ਕਾ ਦੂਰੋਂ ਵੀ ਆ ਕੇ ਤੁਹਾਨੂੰ ਕੱਟ ਸਕਦਾ ਹੈ ਤੇ ਇਸ ਵਾਸਤੇ ਤੁਹਾਡੇ ਪੂਰੀ ਸਰਾਊਂਡਿੰਗ ਤੁਹਾਡਾ ਪੂਰਾ ਏਰੀਆ ਐਜ਼ ਅ ਕਮਿਊਨਿਟੀ ਐਜ਼ ਇੱਕ ਮੁਆਸ਼ਰਾ ਸਾਨੂੰ ਇਹਦੇ ਖਿਲਾਫ ਲੜਨਾ ਪੈਗਾ ਕਿ ਅਸੀਂ ਆਪਣਾ ਘਰਾਂ ਨੂੰ ਸਾਫ਼ ਰੱਖੀਏ ਪਾਣੀ ਖੜਾ ਨਾ ਹੋਣ ਦਈਏ ਤੇ ਤੁਸੀਂ ਬਚਾਓ ਕਰ ਲਈਏ ਮਛਰਦਾਨੀਆਂ ਦਾ ਇਸਤੇਮਾਲ ਕਰ ਲਏ ਹਾਂ ਜੀ ਲਾਮਾਤ ਦੇ ਵਿੱਚ ਹੋਈ ਨੇ ਜਿਹੜੀਆਂ ਜਿਹੜੀਆਂ ਕਿਉਂਕਿ ਇਹਨੂੰ ਇਹਦੇ ਵਿੱਚ شدید ਜਿਸ ਤਰ੍ਹਾਂ ਮਲੇਰੀਆ ਦੇ ਵਿੱਚ ਜਿਸਮ ਨੂੰ ਟੁੱਟ-ਪੁੱਟ ਹੁੰਦੀ ਹੈ ਕਾਫੀ ਜ਼ਿਆਦਾ ਔਰ ਇਸੇ ਤਰ੍ਹਾਂ ਇਹਦੇ ਵਿੱਚ ਇਹਨੂੰ ਹੱਡੀ ਤੋੜ ਬੁਖਾਰ ਵੀ ਕਹਿੰਦੇ ਨੇ ਜੀ ਕਿਹਦੇ ਵਿੱਚ ਬਹੁਤ ਜ਼ਿਆਦਾ شدید ਦਰਦ ਹੁੰਦੀ ਹੈ ਬੁਖਾਰ ਹੋਏਗਾ ਦਰਦ ਹੋਏਗੀ ਔਰ ਉਸ ਤੋਂ ਬਾਅਦ ਤੁਸੀਂ ਆਹستہ-ਆਹستہ ਇਹਨੂੰ ਚੌਥੇ ਪੰਜਵੇਂ ਦਿਨਾਂ ਨੂੰ ਰਿਕਵਰ ਹੋਣਾ ਸ਼ੁਰੂ ਹੋ ਜਾਓਗੇ ਇੱਕ ਕਿਸਮ ਹੈ ਇੱਕ ਕਿਸਮ ਹੈ ਸੀ ਜਿਹਦੇ ਵਿੱਚ ਤੁਹਾਡੇ ਜਸਮ ਦੇ ਵਿੱਚ ਤੁਹਾਡੇ ਜਿਹੜੇ ਖੂਨ ਦੀਆਂ ਨਾਲੀਆਂ ਨੇ ਉਹਦੇ ਵਿੱਚੋਂ ਤੁਹਾਡਾ ਜਿਹੜਾ ਹੈ ਪਾਣੀ ਉਹ ਨਿਕਲ ਕੇ ਤੇ ਪੇਟ ਜਾਂ ਫੇਫੜਿਆਂ 'ਚ ਜਮਾ ਹੋ ਸਕਦਾ ਹੂੰ ਉਹਦੇ ਵਿੱਚ ਉਹਨੂੰ ਅਸੀਂ ਡਾਂਗੀ ਹਮਰਾਜਿਕ ਫੇਵਰ ਕਹਿੰਦੇ ਆ ਇਹ ਉਹ ਸਿਰਫ ਉਹਨੂੰ ਅਸੀਂ ਜ਼ਰਾ ਸੀਰੀਅਸ ਉਹਨੂੰ ਲੈਣਾ ਚਾਹੀਦਾ ਔਰ ਉਹਨੂੰ ਬਾਕੀ ਡਾਂਗੀ ਨੂੰ ਵੀ ਸੀਰੀਅਸ ਹੀ ਲੈਣੇ ਆ ਲੇਕਿਨ ਉਹਨੂੰ ਜ਼ਿਆਦਾ ਸਪੈਸੀਫਿਕਲੀ ਕਿਉਂਕਿ ਉਹਦੀ ਵਜ੍ਹਾ ਨਾਲ ਤੁਹਾਡੇ ਜਿਹੜਾ ਹੈ ਉਹ ਫਲੂਇਡ ਕਿਉਂਕਿ ਉਸ ਦਰਾਂ ਅਗਰ ਤੁਹਾਨੂੰ 2-4 ਡ੍ਰਿਪਾਂ ਲੱਗ ਰਹੀਆਂ ਨੇ ਤੇ ਉਹ ਹੀ ਸਾਰੇ ਜਿਹੜਾ ਪਾਣੀ ਹੈ ਤੁਹਾਡੇ ਖੂਨ 'ਚ ਜਾ ਰਿਹਾ ਉਹ ਸਾਰਾ ਲੀਕ ਹੋ ਕੇ ਤੁਹਾਡੇ ਪੇਟ ਜਾਂ ਫੇਫੜਿਆਂ 'ਚ ਜਾ ਰਿਹਾ ਉਹਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਉਹ ਜਿਹੜੇ ਹੈ ਡਿਊਰੇਸ਼ਨ ਹੈ 48 ਘੰਟਿਆਂ ਦਾ ਉਹ ਬੁਖਾਰ ਖਤਮ ਹੋਣ ਤੋਂ ਬਾਅਦ ਪੰਜਵੇਂ ਸੱਤਵੇਂ ਦਿਨ ਜਾ ਕੇ ਸ਼ੁਰੂ ਹੁੰਦਾ ਹੈ ਅਗਰ ਤੁਹਾਨੂੰ ਡੰਗੀ ਹਮਰਾਜੀਕ ਫੀਵਰ ਹੈ ਤੇ ਅਗਰ ਦੂਜਾ ਡੰਗੀ ਹੈ ਤਾਂ ਉਹ ਤਾਂ ਠੀਕ ਹੋ ਜਾਏਗਾ ਆਟੋਮੈਟਿਕਲੀ ਪੰਜਵੇਂ ਦਿਨ ਬੁਖਾਰ ਠੀਕ ਹੋਇਆ ਤੁਸੀਂ ਵੀ ਠੀਕ ਹੋ ਗਏ ਅਗਰ ਡੰਗੀ ਹਮਰਾਜੀਕ ਹੈ ਤੇ ਉਹ ਜਿਹੜਾ ਹੈ ਉਹ ਵੀ ਠੀਕ ਹੋ ਜਾਏਗਾ ਲੇਕਿਨ ਉਹ ਤੁਹਾਨੂੰ ਨਜ਼ਰ ਰੱਖਣੀ ਪੈਗੀ ਕਿਤੇ ਲੀਕੇਜ ਤਾਂ ਨਹੀਂ ਸ਼ੁਰੂ ਹੋ ਗਈ ਕਿਉਂਕਿ ਉਹ ਖਤਰਨਾਕ ਹੋ ਸਕਦੇ ਆ ਉਹਦੇ ਵਜ੍ਹਾ ਨਾਲ ਪੇਸ਼ੈਂਟ ਸ਼ੌਕ ਚ ਜਾ ਸਕਦਾ ਹੈ हॉस्पिटलाइज करने की जरूरत पै सकती है लेकिन नाइनटी परसेंट नाइनटी फाइव परसेंट डेंगी ट्रीटेबल है और घर भी रह के आराम इलाज हो है मॉलिज के मशवरे बड़ी मालूमाती डिस्कशन कर रहे हैं। वेला होी जी ब्रेक का ब्रेक तो बाद के गजा खानी चाहिए है तुम किधरे नहीं जाना मिलने एक निकीी जी ब्रेक तो बाद ਫੇਰ ਜੀ ਆਇਆਂ ਨੂੰ ਮੈਂ ਸੁਹੇਰਾ ਸਾਜੀਤ ਮੇਰੇ ਨਾਲ ਅਲੀ ਉਸਮਾਨ ਬਾਜਵਾ ਪ੍ਰੋਗਰਾਮ ਤੁਹਾਡਾ ਆਪਣਾ ਅੱਜ ਦਾ ਮਹਿਮਾਨ ਤੇ ਚੈਨਲ ਵੀ ਤੁਹਾਡਾ ਆਪਣਾ ਪੀਟੀਵੀ ਨੈਸ਼ਨਲ ਜ਼ਾਹਿਦ ਸਾਹਿਬ ਨਾਲ ਗੱਲ ਕਰਨੀ ਹਾਂ ਕਿੱਥੇ ਤੱਕ ਪਹੁੰਚੀ ਪੇਂਟਿੰਗ ਤੇ ਕੀ ਬਣਾ ਰਹੇ ਨੇ ਜੀ ਜੀ ਜ਼ਾਹਿਦ ਸਾਹਿਬ ਪੇਂਟਿੰਗ ਸ਼ੁਰੂ ਕੀਤੀ ਹੋਈ ਹੈ ਔਰ ਪੰਜਾਬ ਦਾ ਜਿਹੜਾ ਅਸਮਾਨ ਹੈ ਔਰ ਉਹਦੇ ਦੂਰ ਦੇ ਦਰਸ ਜਿਹੜੇ ਨੇ ਹਮਮ ਆਇਸਾ ਆਇਸਾ ਗ੍ਰੈਜੂਅਲੀ ਪੇਂਟਿੰਗ ਜਿਹੜੀ ਉਹ ਨੇੜੇ ਲੈ ਕੇ ਆ ਰਹੇ ਹਾਂ ਫੋਰਗਰਾਉਂਡ ਵਾਲ ਤਾਂ ਕਿ ਫਰੈਸ਼ ਕਲਰ ਲੱਗਣ ਪੰਜਾਬ ਦਾ ਕਲਚਰ ਨਜ਼ਰ ਆਏ ਅਜੇ ਕਿਉਂਕਿ ਉਹਦੀ ਜਿਹੜੀ ਟੋਨ ਹੁੰਦੀ ਹੈ ਨਾ ਡਲ ਟੋਨ ਉੱਚਦੇ ਖੇਡ ਰਹੇ ਆ ਤਾਂ ਕਿ ਪੇਂਟਿੰਗ ਦੀ ਫਾਰਮ ਨਿਕਲੇ ਤੇ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਦੌਰਾਨ ਇਹ ਪੇਂਟਿੰਗ ਕੰਪਲੀਟ ਹੋ ਜਾਏ ਜੈ ਸਰ ਤੁਸੀਂ ਵਾਟਰ ਕਲਰ ਇਸਤੇਮਾਲ ਕਰ ਰਹੇ ਹੋ ਹਾਂਜੀ ਬਿਲਕੁਲ ਪਾਣੀ ਵਾਲੇ ਰੰਗਾਂ ਇਸਤੇਮਾਲ ਕਰ ਰਹੇ ਆ ਅੱਛਾ ਇਹ ਜ਼ਰਾ ਰਿਜ਼ਲਟ ਇਤਨਾ ਜਲਦੀ ਆ ਜਾਂਦਾ ਜਿਹੜੇ ਆਇਲ ਕਲਰ ਹੁੰਦੇ ਨੇ ਉਹ ਜ਼ਰਾ ਸੁਕਣ 'ਚ ਬੜਾ ਟਾਈਮ ਲੈਂਦੇ ਨੇ ਉਹ 5-5 6-6 ਦਿਨ ਪੇਂਟਿੰਗ ਲੱਗ ਜਾਂਦੇ ਨੇ ਬਿਲਕੁਲ ਇਸੇ ਤਰ੍ਹਾਂ ਇਹ ਤਕਰੀਬਨ 2 ਘੰਟਿਆਂ 'ਚ ਕੰਪਲੀਟ ਹੋ ਜਾਂਦੀ ਹੈ ਬਸ ਜ਼ਰੂਰ ਵੇਖਨੇ ਆ ਸੋਨਾ ਜੇ ਪਿੰਡ ਦਾ ਮੰਜ਼ਰ ਤੇ ਤੁਸੀਂ ਜ਼ਰਾ ਆਪਣਾ ਕੰਮ ਜਾਰੀ ਰੱਖੋ ਅਸੀਂ ਜ਼ਰਾ ਡਾਕਟਰ ਸਾਹਿ ਬ੍ਰੇਕ ਤੋਂ ਪਹਿਲੇ ਸੋਹਿਰਾ ਨੇ ਤੁਹਾਡੇ ਕੋਲ ਪੁੱਛਿਆ ਕਿ ਆਖਿਰ ਉਹ ਕਿਹੜੀ ਡਾਈਟ ਹੈ ਜਿਹੜੀ ਸਾਨੂੰ ਰੱਖਣੀ ਚਾਹੀਦੀ ਸਟਾਰਟ ਤੇ ਅਸੀਂ ਕੀਤਾ ਕਿ ਜੰਕ ਫੂਡ ਜਿਹੜਾ ਉਹਦੇ ਨਹੀਂ ਜਾਣਾ ਲੇਕਿਨ ਕੁਝ ਲੋਕ ਬਿਮਾਰ ਜਿਹੜੇ ਨੇ ਵਲਨਰੇਬਲ ਜਿਹੜੇ ਨੇ ਉਹ ਕਿਹੜੀ ਖੁਰਾਕ ਪੀਣ ਕਿਹੜਾ ਉਹ ਦਲੀਆ ਖਾਣ ਜਾਂ ਕੋਈ ਕੋਈ ਸੂਪ ਪੀਣ ਜਾਂ ਕੀ ਉਹ ਚੀਜ਼ਾਂ ਖਾ ਸਕਦੇ ਨੇ ਜਿਹੜਾ ਕਿ ਇਮਿਊਨਿਟੀ ਵੱਧ ਜਾਏ ਔਰ ਤਾਕਤ ਵਾਪਸ ਆਈਏ ਹੱਡੀ ਤੋੜ ਬੁਖਾਰ ਬਹੁਤ ਜ਼ਾਲਮ ਹੈਗਾ ਆ ਇਹਦੇ ਵਿੱਚ ਜ਼ਾਹਿਰ ਹੈ ਜੀ ਕੁਦਰਤੀ ਖੁਰਾਕ ਜਿੰਨਾ ਸੀ ਨੇਚਰ ਦੇ ਕੁਦਰਤ ਦੇ ਕਰੀਬ ਕਰੀਬ ਰਾਂਗ ਹੈ ਜੀ ਉਹਨਾਂ ਫਾਇਦੇਤ ਹੋਏਗੀ ਉਹਦੇ ਵਿੱਚ ਕੰਦਮ ਹੈ ਐਸੀ অবিয়াসলি গੰদাম ਤੁਸੀਂ ਕੋਧ ਪਸਵਾ ਕੇ ਅਗਰ ਉਸ ਨੂੰ ਇਸਤੇਮਾਲ ਕਰ ਰਹੇ ਹੋ ਉਸ ਤੋਂ ਬਿਹਤਰ ਕੋਈ ਚੀਜ਼ ਨਹੀਂ ਹੈ ਇਸੇ ਤਰ੍ਹਾਂ ਜੇਕਰ ਦੁੱਧ ਅਗਰ ਤੁਹਾਨੂੰ ਕਿਤੇ ਖਾਲਸ ਮਿਲ ਜਾਂਦਾ ਹੈ ਇਸ ਤੋਂ ਬਿਹਤਰ ਚੀਜ਼ ਕੋਈ ਨਹੀਂ ਅਗਰ ਕਿਤੇ ਖਾਲਸ ਮਿਲ ਜਾਂਦਾ ਹੈ ਸੋਸਤੇ ਵਾਕ ਅੱਛਾ ਹਮਨੇ ਜੀ ਕਿ ਦੇਖੋ ਕੁਦਰਤੀ ਚੀਜ਼ਾਂ ਜਿਹੜੀਆਂ ਹੈ ਨੇ ਇਸ ਕੁਦਰਤ ਤੋਂ ਇਲਾਵਾ ਕਿਸੇ ਚੀਜ਼ ਦੇ ਵਿੱਚ ਅੱਛੀ ਇਮਿਊਨਿਟੀ ਤੁਹਾਨੂੰ ਨਹੀਂ ਮਿਲੇਗੀ ਅਸੀਂ ਜਿੰਨੇ ਵੀ ਅਸੀਂ ਜੋ ਮਰਜ਼ੀ ਕਰ ਲਈਏ ਲੇਕਿਨ ਕੁਦਰਤ ਜਿਸ ਤਰ੍ਹਾਂ ਮਤਲਬ ਤੁਹਾਡੀ ਡੇਲੀ ਡਾਈਟ ਦਾ ਕੋਈ ਹਿੱਸਾ ਜਿਹੜਾ ਹੈ ਉਹ ਪ੍ਰੋਟੀਨ ਹੋਣਾ ਚਾਹੀਦਾ ਹੈ لازਮੀ ਡੇਲੀ ਬੇਸਿਸ ਤੇ ਪ੍ਰੋਟੀਨ ਅਸੀਂ ਅੰਡੇ ਦੀ ਸ਼ਕਲ ਚ ਅੰਡਾ ਬਿਹਤਰੀਨ ਗذاء ਹੈ ਜਿਹੜਾ ਅਸੀਂ ਬਹੁਤ ਸਾਰੇ ਤੋਹਮਾਤ ਦੀ ਵਜ੍ਹਾ ਤੋਂ ਬਹੁਤ ਸਾਰੇ ਹੋਰ ਮਿਸ ਅੰਡਰਸਟੈਂਡਿੰਗਸ ਦੀ ਵਜ੍ਹਾ ਤੋਂ ਅਸੀਂ ਨਹੀਂ ਖਾਂਦੇ ਅਕਸਰ ਜਿਹੜੇ ਬੱਚਾ ਨੂੰ ਉਹਨਾਂ ਨੂੰ ਅੰਡਾ ਜਿਹੜਾ ਹੈ ਬੰਦ ਕਰ ਦਿੱਤਾ ਜਾਂਦਾ ਹੈ ਕਿ ਜੇ ਹੁਣ ਗਰਮੀ ਆ ਗਈ ਹੈ ਤਾਂ ਗਰਮੀਆਂ ਜੰਡਾ ਨਹੀਂ ਖਾਣਾ ਗਰਮੀ ਕਰਦਾ ਹੈ ਸੋ ਐਂਡ ਸੋ ਲੇਕਿਨ ਅੰਡਾ ਇੱਕ ਕੰਪਲੀਟ ਗذاء ਹੈ ਉਹਦੇ ਵਿੱਚ ਪ੍ਰੋਟੀਨ ਵੀ ਸ਼ਾਮਲ ਨੇ ਮਿਨਰਲਸ ਵੀ ਸ਼ਾਮਲ ਨੇ ਵਿਟਾਮਿਨ ਵੀ ਸ਼ਾਮਲ ਨੇ ਅਗਰ ਤੁਸੀਂ ਇਹ ਕੰਡਾ ਡੇਲੀ ਖਾਂਦੇ ਹੋ ਔਰ ਇੱਕ ਗਲਾਸ ਦੁੱਧ ਪੀ ਲੈਂਦੇ ਹੋ ਅਗਰ ਦੁੱਧ ਨਹੀਂ ਵੀ ਅਵੇਲੇਬਲ ਦਹੀਂ ਖਾ ਲਓ ਇਕੁਅਲੀ ਗੁੱਡ ਹੈ ਉਹਦੇ ਵਿੱਚ ਤੇ ਤੁਸੀਂ ਮਤਲਬ ਇੱਕ ਆਲਮੋਸਟ ਕੰਪਲੀਟ ਗਦਾ ਤੁਸੀਂ ਲੈ ਰਹੇ ਹੋ ਬਾਕੀ ਚੀਜ਼ਾਂ ਉਹਦੇ ਨਾਲ-ਨਾਲ ਚਲਦੀਆਂ ਰਹਿੰਦੀਆਂ ਨੇ ਬਿਲਕੁਲ ਨਹੀਂ ਡਾਕਟਰ ਸਾਹਿਬ ਨਾਲੇ ਸਾਨੂੰ ਸ਼ਾਇਦ ਇਹ ਵੀ ਵੇਖਣਾ ਪਏਗਾ ਕਿ ਜਿਹੜੀ ਕਣਕ ਹੈ ਸਾਡੀ ਉਹ ਜਦੋਂ ਅਸੀਂ ਪਸਵਾਰਨ ਜਾਂਦੇ ਆ ਤੇ ਵਿੱਚ ਜਵੀ ਜ਼ਰੂਰ ਹੋਵੇ ਜਾਂ ਬਾਕੀ ਗ੍ਰੇਨ ਜਿਹੜੇ ਨੂੰ ਜ਼ਰੂਰ ਹੋਣ ਸ਼ਹਿਰਾਂ ਦੇ ਵਿੱਚ ਆਟਾ ਜਿਹੜਾ ਲੱਭਦਾ ਜਿਹੜਾ ਪੈਕ ਫਾਰਮ ਵਿੱਚ ਹੁੰਦਾ ਉਹ ਜ਼ਿਆਦਾਤਰ ਥੋੜਾ ਜਾਂ ਤੇ ਮੈਦਾ ਹੁੰਦਾ ਜਾਂ ਰਲੇ ਵਾਲਾ ਹੁੰਦਾ ਉਹ ਜ਼ਿਆਦਾ ਪ੍ਰੋਬਲਮੈਟਿਕ ਬਣ ਜਾਂਦਾ ਸਾਡੇ ਲਈ ਤੇ ਅਸੀਂ ਸ਼ਾਇਦ ਜਾਣ ਬੁੱਝ ਕੇ ਉਹਨੂੰ ਛਾਣ ਛਾਣ ਕੇ ਛਾਣ ਬਾਹਰ ਕੱਢ ਦਿੰਨੇ ਆਂ ਔਰ ਬਾਕੀ ਖਾ ਲੈਣੇ ਹਾਲਾਂਕਿ ਛਾਣ ਜ਼ਿਆਦਾ ਇੰਪੋਰਟੈਂਟ ਹੈ ਸ਼ਾਇਦ ਡਾਈਜੈਸਟਿਵ ਸਿਸਟਮ ਵਾਸਤੇ ਔਰ ਇਹ ਸਾਣ ਹੋਲੇ ਤੱਕ ਸ਼ਾਇਦ ਨਹੀਂ ਸਮਝ ਆ ਰਹੀ ਹੈ ਜਾਣ ਬੁੱਝ ਕੇ ਅਸੀਂ ਸਾਡੀ ਲਾਈਫ ਸਟਾਈਲ ਚੇਂਜ ਹੁੰਦਾ ਹੈ ਬੇਕ ਐਸ ਤਰ੍ਹਾਂ ਦਾ ਕੋਈ ਸਿਲਸਿਲਾ ਇਹ ਸਾਡਾ ਲੋਕਲ ਫਾਸਫੋਰਡ ਹੈ ਜੀ ਨਾਨ ਕੁਲਚਾ ਚਿੱਟੀ ਰੋਟੀ ਇਹ ਵੀ ਉਨੀ ਹੀ ਖਾਣੇ ਜਿਤਨੀ ਬਾਕੀ ਚੀਜ਼ਾਂ ਨੇ ਹਮਮ ਤੇ ਮੇਰੀ ਰੋਟੀ ਹੈ ਗੰਧਮ ਬਰਾਊਨ ਗੰਧਮ ਹੈ ਜਿਹੜਾ ਛਾਨਨੇ ਬਗਾਇਆ ਜਿਹੜਾ ਅਸਲ ਜਿਹੜੀ ਅਸਲ ਗੰਧਮ ਹੈ ਉਹ ਹੀ ਹੈ ਨਾ ਜੀ ਅਸੀਂ ਜਦੋਂ ਵੀ ਰੋਟੀ ਦਾ ਜ਼ਿਕਰ ਕਰਨੇ ਆ ਉਹਦਾ ਮਤਲਬ ਹੈ ਕਿ ਲਾਲ ਰੋਟੀ ਲਾਲ ਰੰਗ ਦੀ ਰੋਟੀ ਜਿਹੜੀ ਉਹ ਜਿਹੜੀ ਨੈਚੁਰਲ ਗੰਧਮ ਦੀ ਰੋਟੀ ਹੈ ਹਮ ਤੇ ਉਹਦੇ ਵਿੱਚ ਫਾਈਬਰ ਹੋਣਾ ਜ਼ਰੂਰੀ ਹੈ ਛਾਨ ਜਿਹਨੂੰ ਤੁਸੀਂ ਕਹਿ ਰਹੇ ਹੋ ਜੀ ਤੇ ਉਹ ਬਹੁਤ ਜ਼ਰੂਰੀ ਹੈ ਜਿਸਮ ਵਾਸਤੇ ਅਸੀਂ ਵੀ ਹੁਣ ਨਾ ਉਹ ਇਹ ਸਾਡਾ ਲੋਕਲ ਫਾਸਟ ਫੂਡ ਹੋ ਗਿਆ ਨਾ ਜੀ ਅਸੀਂ ਉਹ नान कुलਚੇ ਇਹਨਾਂ ਵੱਲ ਚਲੇ ਗਏ ਔਰ ਡਾਇਬੀਟਿਸ ਦਾ ਇੱਕ ਸਟੂਡੈਂਟ ਹੁੰਦਾ ਮੈਂ ਇਹ ਵੀ ਤੁਹਾਨੂੰ ਜ਼ਿਕਰ ਕਰਾਂਗਾ ਕਿ ਲਾਲ ਰੋਟੀ ਅਗਰ ਫੋਰ ਐਗਜ਼ਾਮਪਲ ਤੁਹਾਨੂੰ 100 ਕੈਲਰੀਜ਼ ਦੇ ਰਹੀ ਹੈ ਤੇ नान कुलचा ਤੁਹਾਨੂੰ ਉਸ ਤੋਂ ਦੁੱਗਣਾ ਕੈਲਰੀਜ਼ ਦੇ ਰਿਹਾ ਹੁੰਦਾ ਤੇ ਉਨਾ ਹੀ ਨੁਕਸਾਨਦੇ ਆ ਤੁਹਾਡੀ ਸਿਹਤ ਆਸਤੇ ਜਿੰਨੇ ਬਾਕੀ ਚੀਜ਼ਾਂ ਨੇ ਰੋਟੀ ਦੇ ਨਿਸਬਤ ਸਾਨੂੰ ਕੁਦਰਤ ਦੇ ਕਰੀਬ ਰਹਿਣਾ ਚਾਹੀਦਾ ਅਸੀਂ ਮਤਲਬ ਸਬਜ਼ੀਆਂ ਖਾਈਏ ਡੇਲੀ ਬੇਸਿਸ ਤੇ ਸਾਡੀ ਰਿਕੁਆਇਰਮੈਂਟ ਹੈ ਸਾਨੂੰ ਪ੍ਰੋਟੀਨ ਮਿਲ ਜਾਣਗੇ ਅੰਡੇ ਚੋਂ ਗੋਸ਼ਤ ਵਿੱਚੋਂ ਕਾਰਬੋਹਾਈਡਰੇਟ ਮਿਲ ਜਾਣਗੇ ਤੁਹਾਡੇ ਅਨਾਜ ਵਿੱਚੋਂ ਲੇਕਿਨ ਸਾਨੂੰ ਮਿਨਰਲ ਔਰ ਵਿਟਾਮਿਨ ਜਦ ਤੱਕ ਸਬਜ਼ੀਆਂ ਔਰ ਫਲ ਨਹੀਂ ਖਾਵਾਂਗੇ ਸਾਨੂੰ ਉਹ ਨਹੀਂ ਮਿਲਣਗੇ ਤੇ ਕਿਉਂਕਿ ਅਫੋਰਡੇਬਿਲਟੀ ਵੀ ਇੱਕ ਇਸ਼ੂ ਹੈ ਹਰ ਬੰਦਾ ਹਰ ਚੀਜ਼ ਖਾ ਨਹੀਂ ਸਕਦਾ ਲੇਕਿਨ ਕਮਸ ਕਮ ਅਗਰ ਇੱਕ ਬੰਦਾ ਅਗਰ ਕੁਝ ਨਹੀਂ ਖਾ ਸਕਦਾ ਫਰੂਟ ਵੀ ਅਫੋਰਡ ਨਹੀਂ ਕਰਦਾ ਤੇ ਉਹ ਕਮਸ ਕਮ ਇੱਕ ਅੰਡਾ ਬੱਚੇ ਨੂੰ ਜ਼ਰੂਰ ਡੇਲੀ ਖਿਲਾਵੇ ਦਵਾਈ ਸਮਝ ਕੇ ਖਿਲਾ ਦੇ ਜਿੰਨੇ ਪੈਸੇ ਬਾਅਦ ਚ ਬਿਮਾਰੀਆਂ ਤੇ ਲਾਣਿਆਂ ਨੇ ਉਹ ਬੱਤਰ ਹੈ ਕਿ ਬੱਚੇ ਨੂੰ ਇੱਕ ਅੰਡੇ ਦੀ ਸ਼ਕਲ ਚ ਉਹਨੂੰ ਪ੍ਰੀਵੈਂਸ਼ਨ ਦਿੱਤੀ ਜਾਵੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਇਹ ਵੀ ਦੱਸੋ ਜਿਹੜੇ افراد ਡੇਂਗੀ ਦਾ ਸ਼ਿਕਾਰ ਹੋਏ ਨੇ ਬੁਖਾਰ ਤੇ ਉਤਰ ਗਿਆ 6-7 ਦਿਨ ਵਿੱਚ ਵੀਕਨੈਸ ਨਹੀਂ ਜਾਂਦੀ ਤੇ ਜਿਨ੍ਹਾਂ ਨੇ ਉਲਟੀਆਂ ਕੀਤੀਆਂ ਨੇ ਬਹੁਤ ਜ਼ਿਆਦਾ ਉਹ ਕੁਝ ਖਾ ਵੀ ਨਹੀਂ ਸਕਦੇ ਤੇ ਉਹਨਾਂ ਦੇ ਬਾਰੇ ਦੱਸੋ ਕਿਹ ਕਿੰਦੀ ਡਾਈਟ ਉਹਨਾਂ ਨੂੰ ਲੈਣੀ ਚਾਹੀਦੀ ਹੈ ਤੇ ਕਿੰਜ ਆਪਣੇ ਆਪ ਨੂੰ ਰੀ ਬਿਲਡ ਕਰਨ ਆਪਣੀ ਬਾਡੀ ਨੂੰ ਬੇਸਿਕਲੀ ਡੈਂਗੀ ਦੇ ਵਿੱਚ ਹੁੰਦਾ ਪ੍ਰੋਬਲਮ ਇਹ ਹੈ ਕਿ ਜਿੱਥੇ ਤੁਹਾਡੀਆਂ ਹੱਡੀਆਂ ਦਾ ਔਰ ਪੱਠਿਆਂ ਦਾ ਤੋੜਪੁੱਟ ਚੱਲ ਰਿਹਾ ਹੈ ਉਹਦੇ ਨਾਲ ਨਾਲ ਤੁਹਾਡੇ ਜਿਗਰ ਦੇ ਉੱਤੇ ਵੀ ਸੋਜਣ ਆ ਜਾਂਦੀ ਹੈ ਤੁਹਾਡੇ ਪਿੱਤੇ ਦੇ ਉੱਤੇ ਵੀ ਸੋਜਣ ਆ ਜਾਂਦੀ ਹੈ ਉਹ ਜਦੋਂ ਜਿਗਰ ਦੇ ਵਿੱਚ ਸੋਜਣ ਆਏਗੀ ਪਿੱਤੇ ਤੇ ਸੋਜਣ ਆਏਗੀ ਤੇ ਉਲਟੀ ਲਾਮਹਾਲਾ ਜ਼ਰੂਰ ਹੋਏਗੀ ਤੇ ਇਸ ਵਾਸਤੇ ਇਹਨਾਂ ਪੇਸ਼ੈਂਟਸ ਦੇ ਜਿਹੜਾ ਨਾ ਇਹ ਐ ਨਹੀਂ ਹੁੰਦਾ ਕਿ 5 ਦਿਨ ਬਾਅਦ ਡੈਂਗੀ ਠੀਕ ਹੋ ਗਿਆ ਸਾਰਾ ਕੁਝ ਰਿਵਰਸ ਹੋ ਗਿਆ ਥੋੜਾ ਜਿਹਾ ਟਾਈਮ ਲੱਗਦਾ ਹੈ ਸਪੈਸ਼ਲੀ ਲਿਵਰ ਬਾਕੀ ਆਰਗਨ ਜਿੰਨੇ ਵੀ ਨੇ ਉਹਨਾਂ ਨੂੰ ਆਪਣੀ ਨਾਰਮਲ ਹਾਲਤ ਆਉਣ ਲੱਗਿਆ ਥੋੜਾ ਜਿਹਾ ਟਾਈਮ ਲੱਗਦਾ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਫੇਰ ਉਹ ਇੱਕ ਜੈਸੀ ਉਹ ਖੁਰਾਕ ਖਾਏ ਜਿਹਦੇ ਵਿੱਚ ਇਹ ਚੀਜ਼ਾਂ ਡਿਸਟਰਬ ਨਾ ਹੋਣ ਸਪਾਈਸੀ ਫੂਡ ਜਿਹੜਾ ਮਤਲਬ ਤੇਜ਼ ਮਿਰਚ ਵਾਲੇ ਖਾਣੇ ਨੇ ਜਾਂ ਤਰਸ਼ ਖਾਣੇ ਨੇ ਜ਼ਿਆਦਾ ਚਿਕਨਾਈ ਵਾਲੇ ਖਾਣੇ ਨੇ ਉਹਨਾਂ ਨੂੰ ਥੋੜਾ ਜਿਹਾ ਅਵੋਇਡ ਕਰੀਏ ਕੇ ਉਹਨਾਂ ਤੋਂ ਬਚੀਏ ਕਿ ਜੀ ਤੁਹਾਡਾ ਜਿਗਰ ਜਿਹੜਾ ਹੈ ਔਰ ਪਿੱਤਾ ਜਿਹੜਾ ਹੈ ਵਾਪਸ ਆਪਣੇ ਅਸਲੀ ਹਾਲਤ ਅੱਛੀ ਹਾਲਤ ਦੇ ਵਿੱਚ ਆਣ ਲੱਗੇ ਉਹਨਾਂ ਨੂੰ ਸਪੋਰਟ ਮਿਲ ਜਾਵੇ ਕਿਉਂਕਿ ਅਸੀਂ ਜਿੰਨੀ ਵੀ ਚਿਕਨਾਈ ਖਾਵਾਂਗੇ ਉਹ ਪਿੱਤੇ ਨੇ ਹਜ਼ਮ ਕਰਨੇ ਆ ਉਹਦੇ ਵਿੱਚ ਰਤੂਬਾ ਤਾਇਗੀ ਸ਼ਾਮਲ ਹੋਏਗੀ ਖੁਰਾਕ ਤੇ ਉਹ ਹਜ਼ਮ ਹੋਏਗਾ ਤੇ ਇਸੇ ਤਰ੍ਹਾਂ ਹੀ ਅਗਰ ਅਸੀਂ ਬਹੁਤ ਜ਼ਿਆਦਾ ਮਸਾਲੇ ਵਾਲੀ ਗਜ਼ਾ ਜਾਂ ਦੂਸਰੀਆਂ ਚੀਜ਼ਾਂ ਖਾਵਾਂਗੇ ਤੇ ਉਹ ਫਿਰ ਉਹ ਵੀ ਤੇ ਕਿਉਂਕਿ ਡੈਂਗੀ ਤਾਂ ਫੌਰਨ ਬਾਅਦ ਮਰੀਜ਼ ਤਾਂ ਠੀਕ ਹੋ ਜਾਂਦਾ ਲੇਕਿਨ ਉਹਦੇ ਜਿਹੜੇ ਬਾਕੀ ਅਜ਼ਾਨ ਨੇ ਉਹਨਾਂ ਨੂੰ ਆਹਸਤਾ ਇਸਤਾ ਟਾਈਮ ਲੱਗਦਾ ਹੈ اور امیونیٹی آہستہ آہستہ بہتر ਹੁੰਦੀ ਹੈ ਤੇ ਕੁਝ ਮਰੀਜ਼ ਦੇ ਡਿਪੈਂਡ ਕਰਦਾ ਹੈ ਪੇਸ਼ੈਂਟ ਟੂ ਪੇਸ਼ੈਂਟ ਮਰੀਜ਼ ਕੁਝ ਜਿਹੜਾ ਨੇ ਬਹੁਤ ਜਲਦੀ ਰਿਕਵਰ ਕਰ ਜਾਂਦੇ ਨੇ ਕੁਝ ਨੂੰ ਮਹੀਨਾ 2 ਮਹੀਨੇ इवन 3-4 ਮਹੀਨੇ ਵੀ ਲੱਗ ਜਾਂਦੇ ਨੇ ਜ਼ਿਆਦਾ ਟਾਈਮ ਵੀ ਲੱਗ ਸਕਦਾ ਤੇ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੀ ਪਾਣੀ ਦਾ ਇਨਟੇਕ ਆਪਣਾ ਅੱਛਾ ਰੱਖਣ ਨਮਕੀਅਤ ਦਾ ਇਨਟੇਕ ਅੱਛਾ ਰੱਖਣ ਇਹ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਜਿਹੜੀਆਂ ਹਨ ਕਿਉਂਕਿ ਜਦੋਂ ਉਲਟੀਆਂ ਆਣ ਗਿਆ ਤੇ ਫਿਰ ਪਾਣੀ ਦੀ ਕਮੀ ਹੋਰ ਹੋਏਗੀ ਜਦੋਂ ਪਾਣੀ ਦੀ ਕਮੀ ਹੋਏਗੀ ਤਾਂ ਫਿਰ ਮਜ਼ੀਦ ਉਲਟੀਆਂ ਆਣ ਗਿਆ ਗੁਰਦੇ ਕੰਪਰੋਮਾਈਜ਼ ਹੋ ਜਾਣਗੇ ਇਸ ਵਾਸਤੇ ਇਹ ਚੀਜ਼ਾਂ ਜਿਹੜੀ ਉਹ ORS ਪੀ ਸਕਦੇ ਨੇ ਬਿਲਕੁਲ ਜੀ ਉਹ ORS ਪੀ ਸਕਦੇ ਨੇ ਔਰ ਅਗਰ ਉਹ ਕੁਝ ਨਹੀਂ ਖਾ ਪੀ ਸਕ ਰਹੇ ਤੇ ORS ਇੱਕ ਡੇਲੀ ਜ਼ਰੂਰ ਲੈਣ ਉਹਦੇ ਨਾਲ ਤੁਹਾਡੇ ਨਮਕੀਅਤ ਵੀ ਪੂਰੇ ਹੋ ਜਾਣਗੇ ਔਰ ਪਾਣੀ ਦਾ ਇਨਟੇਕ ਵੀ ਪੂਰਾ ਹੋ ਜਾਏਗਾ ਇਹ ਜ਼ਰੂਰੀ ਹੈ ਉਹਨਾਂ ਵਾਸਤੇ ਬਿਲਕੁਲ ਇਸ ਤਰ੍ਹਾਂ ਅੱਛਾ ਡਾਕਟਰ ਸਾਹਿਬ ਵੱਡਕੇ ਜਿਹੜੇ ਨੇ ਜਾਂ ਜਿਹੜੇ ਬਡੇਰੇ ਨੇ ਮੈਚੁਰ ਲੋਕ ਨੇ ਉਹ ਤੇ ਫਿਰ ਵੀ ਆਪਣਾ ਦਵਾਦਾਰੂ ਕਰ ਲੈਂਦੇ ਨੇ ਬੱਚਿਆਂ ਦਾ ਜੜਾਕਰ ਉਦਾਸ ਹੋਣ ਬਿਮਾਰ ਹੋਣ ਉਹ ਨਹੀਂ ਜਰਿਆ ਜਾਂਦਾ ਮਾਪਿਆਂ ਕੋਲੋਂ ਵੀ ਔਰ ਬਾਕੀਆਂ ਕੋਲੋਂ ਵੀ ਤੇ ਅੱਜਕੱਲ ਬੱਚੇ ਵੀ ਉਸੇ ਫਰਜ਼ਾ ਚ ਸਾਹ ਲੈ ਰਹੇ ਨੇ ਜਿੱਦ ਜਿਸੀ ਲੈ ਰਹੇ ਨੇ ਉਹ ਮਾਸੂਮ ਬੱਚੇ ਦੇ ਚਿਹਰੇ ਦੇ ਉੱਤੇ ਅਗਰ ਉਦਾਸੀ ਹੋਏ ਤਾਂ ਚੰਗੀ ਨਹੀਂ ਲੱਗਦੀ ਕੀ ਮਾਪੇ ਰੁਟੀਨ ਰੱਖਣ ਕਿ ਜਿਹੜੀ স্মੋਗ ਹੈ ਜਿਹੜੀ ਅੱਖਾਂ ਦੇ ਵਿੱਚ ਨੱਕ ਦੇ ਵਿੱਚ ਹਰ ਹਰ ਜਗ੍ਹਾ ਜਾ ਕੇ ਬਿਮਾਰ ਕਰਦੀ ਵੀ ਛੋਟੇ ਬੱਚੇ ਔਰ ਬੱਚੀਆਂ ਨੂੰ ਉਹ ਸਕੂਲ ਤੋਂ ਆ ਕੇ ਗਰਾਰੇ ਕਰਨ ਸੌਣ ਤੋਂ ਪਹਿਲੇ ਕਰਨ ਕੀ ਚੀਜ਼ਾਂ ਖਾਣ ਇੱਕ ਸਪੈਸੀਫਿਕ ਜੀ ਰੁਟੀਨ ਦਾ ਸਕੂਲ ਜਾਣ ਤੋਂ ਪਹਿਲੇ ਕੀ ਕਰਨ ਕੋਈ ਥੋੜਾ ਜਿਹਾ ਇਹ ਦੱਸੋ ਤਾਂ ਕਿ ਉਹ ਛੋਟੇ ਛੋਟੇ ਰੈਮਡੀਜ਼ ਯੂਜ਼ ਕਰਕੇ ਸ਼ਾਇਦ ਅਸੀਂ ਬਚੇ ਰਹੀਏ प्रिवेंशन हमेशा हिफाजत हमेशा पहला सूल होना चाहिए कोविड hmm. hmm. है डेंगी है डेंगी है तो मच्छरों तो बचो hmm. अपने इलाके को बचाओ कोविड है तो फासला रखो मास्क पहनो सिंपल और मूँहू हाथ लाने तो पहले हाथ तो लवो hmm. सिंपल सिंपल चीज़ा ने प्रिवैन इस तरह ही समॉग है असं हवा नहीं रोक सकते ਅਸੀਂ ਸਾਹਾਂਸ ਲੈਣੇ ਲੈਣਾ ਹੈ ਬੱਚੇ ਨੇ ਸਕੂਲ ਜਾਣਾ ਉਹਨਾਂ ਨੂੰ ਅਸੀਂ ਉਸ ਹਵਾ ਤੋਂ ਨਹੀਂ ਬਚਾ ਸਕਦੇ ਉਹ ਅੱਖਾਂ ਚ ਵੀ ਜਾਣੀ ਹੈ ਨੱਕ ਦੇ ਜ਼ਰੀਏ ਵੀ ਜਾਣੀ ਹੈ ਲੇਕਿਨ ਅਸੀਂ ਉਹਨੂੰ ਮਿਨੀਮਾਈਜ਼ ਕਰ ਸਕਦੇ ਹਾਂ ਪ੍ਰिवेंट ਕਰ ਸਕਦੇ ਹਾਂ ਕਿ ਜੋ ਮਾਸਕ ਪਾਲਣ ਬੱਚੇ ਗਲਾਸੇਸ ਲਗਾ ਲਨ ਤਾਂ ਉਹਦੇ ਤੋਂ ਕੁਝ ਹੱਦ ਤੱਕ ਬਚਤ ਹੋ ਸਕਦੀ ਹੈ ਸੈਕੰਡ ਹੈ ਕਿ ਨਮਕ ਬਿਹਤਰੀਨ ਚੀਜ਼ ਹੈ ਜੀ ਗਲੇ ਆਸਤੇ ਔਰ ਤੁਹਾਡੇ ਇਸ ਰੈਸਪੀਰੇਟਰੀ ਟ੍ਰੈਕਟ ਆਸਤੇ ਤੇ ਤੁਹਾਨੂੰ ਅਗਰ ਬੱਚੇ ਜਿਹੜੇ ਹੈ ਨੇ ਉਹਨਾਂ ਨੂੰ ਸਵੇਰ ਦੁਪਹਿਰ ਸ਼ਾਮ ਰਾਤ ਦਿਨ ਚ 6 ਦਫਾ ਅਗਰ ਨਮਕੀਨ ਹਲਕੇ ਨੀਮ ਗਰਮ ਪਾਣੀ ਦੇ ਵਿੱਚ ਹਲਕਾ ਜਿਹਾ ਨਮਕ ਪਾ ਕੇ ਉਹਨੂੰ ਨਮਕੀਨ ਕਰ ਲਵੋ ਕੜਵਾ ਨਹੀਂ ਕਰਨਾ ਉਹਦੇ ਨਾਲ ਉਹਨਾਂ ਦੇ ਗਰਾਰੇ ਕਰਵਾਏ ਜਾਣ ਅਗਰ ਬੱਚਾ ਗਰਾਰੇ ਨਹੀਂ ਕਰ ਸਕਦਾ ਤਾਂ ਕੁਲੀਆਂ ਕਰ ਕਰਕੇ ਉਹਨੂੰ ਫੈਂਕ ਦੇਵੇ ਔਰ ਪਾਣੀ ਦਾ ਇਨਟੇਕ ਅੱਛਾ ਰੱਖੇ ਪਾਣੀ ਬਹੁਤ ਜ਼ਰੂਰੀ ਹੈ ਅਗਰ ਹਾਈਡਰੇਸ਼ਨ ਅੱਛੀ ਹੋਏਗੀ ਤੇ ਫੇਫੜੇ ਜਿਹੜੇ ਹੈ ਨੇ ਉਹਨਾਂ ਨੂੰ ਨਮੀ ਰਹੇਗੀ ਅਗਰ ਹਾਈਡਰੇਸ਼ਨ ਅੱਛੀ ਨਹੀਂ ਹੋਏਗੀ ਪਾਣੀ ਦੀ ਕਮੀ ਹੋਏਗੀ ਤੇ ਫੇਫੜੇ ਵੀ ਖੋਸ਼ ਖੋਸ਼ ਕੀ ਹੋਣਗੇ ਉਹ ਫਿਰ ਸਾਹ ਲੈਣ ਚ ਪ੍ਰੋਬਲਮ ਆਏਗੀ ਬੱਚਿਆਂ ਨੂੰ ਤੇ ਇੱਕ ਪਾਣੀ ਦਾ ਟੈਂਕ ਅੱਛਾ ਰੱਖੋ ਨੱਕ ਦੀ ਹਫਾਜ਼ਤ ਕਰੋ ਗੱਲੇ ਦੀ ਹਫਾਜ਼ਤ ਕਰੋ ਤੇ ਇਹ ਅਸੀਂ ਹਿਫਾਜ਼ਤ ਕਰ ਸਕਨੇ ਆ ਵਰਨਾ ਸਿਹਤ ਹਵਾਤਨੀ ਰੋਕਸਾ ਯਾਨੀ ਬੱਚਿਆਂ ਨੂੰ ਵਾਟਰ ਬੋਟਲ ਜਿਹੜੀ ਏ ਉਹ ਜ਼ਰੂਰ ਦੇ ਕੇ ਭੇਜੋ ਭਾਵੇਂ ਸਰਦੀਆਂ ਨੇ ਔਰ ਇਹ ਨਾ ਮੰਨਿਆ ਜਾਵੇ ਕਿ ਗਰਮੀਆਂ ਚ ਦੇ ਦੀ ਔਰ ਸਰਦੀਆਂ ਚ ਉਹਨਾਂ ਕੋਈ ਨਹੀਂ ਹੁੰਦੀ ਸਪੈਸਫਿਕਲੀ ਨੀਮ ਗਰਮ ਪਾਣੀ ਉਹਨਾਂ ਨੂੰ ਪਾ ਕੇ ਗਰ ਦੇ ਦਿੱਤਾ ਜਾਵੇ ਔਰ ਉਹਨਾਂ ਦੇ ਬੈਗ ਚ ਰਵੇ ਔਰ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਠਹਿ ਠਰ ਕੇ ਪੀਂਦੇ ਰਹਿਣਾ ਤੇ ਸ਼ਾਇਦ ਅਸੀਂ ਥੋੜਾ ਬਿਹਤਰ ਰਿਜ਼ਲਟ ਲੈ ਸਕਨੇ ਡਾਕਟਰ ਸਾਹਿਬ ਇਹ ਦਾ ਸੋ ਕਿ ਅਸੀਂ ਗੱਲ ਕੀਤੀ ਜਿਸਮਾਨੀ ਅਸਰਾਂਤ ਵਾਇਰਸ ਤੇ ਡੇਂਗੀ ਹੋਵੇ ਭਾਵੇਂ ਕੋਰੋਨਾ ਵਾਇਰਸ ਹੋਵੇ ਇਨਸਾਨ ਦੀ ਨਫਸੀਅਤ ਤੇ ਜਿਹੜਾ ਅਸਰ ਛੱਡਦੇ ਨੇ ਤੇ ਉਹਦੇ ਬਾਰੇ ਗੱਲ ਕਰੋ ਕਿ ਮੈਂ ਪੇਸ਼ੈਂਟ ਵੇਖੇ ਨੇ ਉਹ ਐ ਸੋਚ ਲੈਂਦੇ ਨੇ ਹੁਣ ਨਾ ਸੀ ਰਿਕਵਰ ਨਹੀਂ ਕਰ ਸਕਤੇ ਹੁਣ ਸਾਡੀ ਜ਼ਿੰਦਗੀ ਦਾ ਐਂਡ ਹੋ ਗਿਆ ਹੈ ਉਹ ਤੇ ਬਾਰੇ ਦੱਸੋ ਅ ਦੇਖੋ ਇੱਕ ਚੀਜ਼ ਹੈ ਤਕਲੀਫ ਪੇਨ ਉਹ ਪੇਨ ਕੋਈ ਵੀ ਹੋਵੇ ਤਕਲੀਫ ਕੋਈ ਵੀ ਹੋਵੇ ਉਹ ਤੁਹਾਡੇ ਉੱਤੇ ਜ਼ਿਹਨੀ ਅਸਰ ਜ਼ਰੂਰ ਛੱਡਦੀ ਹੈ ਉਹ ਦੰਦ ਦੇ ਦਰਦ ਹੋਵੇ ਤਦ ਵੀ ਤੁਸੀਂ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਬਸ ਇਹ ਆਖਰੀ ਦਰਦ ਹੈ ਕਿ ਸਪੈਨਸੀ ਦੇ ਦਰਦ ਬਾਅਦਫਾ ਹੋਵੇ ਉਹ ਵੀ ਲੱਗਦਾ ਕਿ ਜਿਹਾ ਆਖਰੀ ਦਰਦ ਹੈ ਤੇ ਦਰਦ ਜਿਹਨੇ ਤੌਰ ਤੇ ਕਿਉਂਕਿ ਡਾਂਗੇ ਚ ਵੀ ਦਰਦ ਹੈ ਕੋਵਿਡ ਜੀ ਪੇਨ ਹੈ ਬੇਸਿਕ ਫੈਕਟਰ ਜਿਹੜਾ ਹੈ ਹੁਣ ਉਹਦੇ ਵਿੱਚ ਜਦੋਂ ਕਿਸੇ ਵੀ ਸਪੈਸ਼ਲੀ ਕੋਵਿਡ ਜਿਹੜਾ ਹੈ ਜਦੋਂ ਦਾ ਆਇਆ ਹੁਣ 2 ਸਾਲ ਤੋਂ ਬਹੁਤ ਸਾਰੇ ਲੋਕ ਰੋਜ਼ਗਾਰ ਦੇ ਮਸਾਇਲ ਸ਼ੁਰੂ ਹੋ ਗਏ ਲਾਕਡਾਊਨ ਸ਼ੁਰੂ ਹੋ ਗਏ ਸੈਮੀ ਲਾਕਡਾਊਨ ਸ਼ੁਰੂ ਹੋ ਗਏ ਦੁਕਾਨਾਂ ਬੰਦ ਹੋ ਗਈਆਂ ਨੌਕਰੀਆਂ ਚਲੀਆਂ ਗਈਆਂ ਤੇ ਜ਼ਹਿਨੀ ਅਸਰات ਕਿਸ ਤਰ੍ਹਾਂ ਨਹੀਂ ਆਣਗੇ ਡੈਫੀਨਿਟਲੀ ਆਣਗੇ ਚਿਰਚਲਾਪਨ ਆਏਗਾ ਡਿਪਰੈਸ਼ਨ ਆਏਗੀ ਔਰ ਤੁਸੀਂ ਫਿਰ ਜਿਹੜੇ ਜਿਹੜੀ ਜਗ੍ਹਾ ਦੇ ਉੱਤੇ ਤੁਸੀਂ ਮਤਲਬ ਬੱਚਿਆਂ ਦੇ ਵਿੱਚ 24 ਘੰਟੇ ਮਾਂ ਨੇ ਅਗਰ ਬੱਚੇ ਭੇਜ ਦਿੱਤੇ ਤਾਂ ਵਿਚਾਰੀ ਨੂੰ ਸਾਹ ਆ ਜਾਂਦਾ ਕਿ ਸਕੂਲ ਚਲੇ ਗਏ ਨੇ ਚਲੋ 2-4 ਘੰਟੇ ਮੈਂ ਬਾਕੀ ਕੰਮ ਕਰਕੇ ਤੇ ਉਹ 24 ਘੰਟੇ ਬੱਚੇ ਕਰ ਰਹਿਣਗੇ ਤੇ ਮਾਂ ਵੀ 24 ਘੰਟੇ ਜ਼ਾਹਿਰ ਹੈ ਉਹਨਾਂ ਦੇ ਕੰਮਾਂ ਤੋਂ ਨਹੀਂ ਫਾਰਗ ਹੋਏਗੀ ਉਹਦੇ ਵਿੱਚ ਵੀ ਨਫਸੀਅਤੀ ਮਸਲੇ ਆਣਗੇ ਇਸੇ ਤਰ੍ਹਾਂ ਹੀ ਤੁਹਾਡੇ ਜਿਹੜੇ ਰੋਜ਼ਗਾਰ ਦੇ ਮਸਾਇਲ ਨੇ ਉਹ ਬੰਦਿਆਂ ਚ ਵੀ ਉਹ ਮਸਲੇ ਆਣਗੇ ਕਿ ਜੇ ਅਸੀਂ ਉਹ ਬੇਰੋਜ਼ਗਾਰ ਹੋ ਗਏ ਆਂ ਜਾਂ ਸੋ ਇੰਸੋ ਔਰ ਫਿਰ ਜਦੋਂ ਕੋਈ ਵੀ ਬਿਮਾਰੀ ਆਂਦੀ ਹੈ ਜਦੋਂ ਬਿਮਾਰੀ ਆਂਦੀ ਹੈ ਤਾਂ ਉਹ ਖਰਚੇ ਵੀ ਵੱਜ ਜਾਂਦੇ ਨੇ ਤੁਹਾਡੇ ਦਵਾਈਆਂ ਦੇ ਡਾਕਟਰਸ ਦੇ ਹਰ ਪਾਸੇ ਦੇ ਮਸਲੇ ਮਿਸਾਲ ਫਿਰ ਸਾਡਾ ਇੱਕ ਕਲਚਰ ਹੈ ਕਿ ਅਸੀਂ ਹਾਲ ਪੁੱਛਣ ਜ਼ਰੂਰ ਜਾਣਾ ਹੈ ਹੁਣ ਅਸੀਂ ਬੜਾ ਮਨਾ ਕੀਤਾ ਕਿ ਕੋਵਿਡ ਦੇ ਪੇਸ਼ੈਂਟ ਦਾ ਹਾਲ ਪੁੱਛਣ ਨਾ ਜਾਓ ਲੇਕਿਨ ਲੋਕ ਨਹੀਂ ਬਾਜ਼ ਆਂਦੇ ਔਰ ਉਹ ਜਾਂਦੇ ਨੇ ਤੇ ਜਦੋਂ ਤੁਸੀਂ ਕਿਸੇ ਦਾ ਹਾਲ ਪੁੱਛਣ ਜਾਂਦੇ ਹੋ ਤਾਂ ਤੁਸੀਂ ਸ਼ਾਇਦ ਕੁਝ ਲੈ ਕੇ ਨਾ ਜਾਓ ਲੇਕਿਨ ਉਹ ਤੁਖਾ ਪੀ ਕੇ ਜ਼ਰੂਰ ਆਂਦੇ ਹੋ ਇਹ ਸਾਡਾ ਕਲਚਰ ਹੈ ਜੀ ਔਰ ਇੱਕ ਅੱਛਾ ਕਲਚਰ ਹੈ ਕਿ ਅਸੀਂ ਮਹਿਮਾਨ ਦੀ ਆਓ ਭਗਤ ਕਰਨੇ ਆ ਲੇਕਿਨ ਕੁਝ ਜਗ੍ਹਾ ਤੇ ਉਤੇ ਇਹ ਮੈਂ ਉਹਦੇ ਆਸਤੇ ਮਰੀਜ਼ ਆਸਤੇ ਜ਼ਹਿਮਤ ਵੀ ਬਣ ਜਾਂਦੀਆਂ ਨੇ ਚੀਜ਼ਾਂ ਇਹਨਾਂ ਸਾਰਿਆਂ ਦਾ ਇੰਪੈਕਟ ਸਾਰੀਆਂ ਚੀਜ਼ਾਂ ਦਾ ਅਸਰਾਂਤ ਜ਼ਿਹਨ ਦੇ ਉੱਤੇ ਜ਼ਰੂਰ ਆਂਦੇ ਨੇ इंसान अपने मजबूर हो जंदा सोचने लग गया कि मैं हुन अपने खराजात किस तरह पूरे करांगा ते मैं इस तकलीफ च निकल सकांगा कि निकल सकांगा और तकलीफ ते चली जांदी है लेकिन ذہنی ਜਿਹੜੇ ਪਰੇਸ਼ਾਨੀਆਂ ਨੇ ਅਸਰਾਂਤ ਨੇ ਉਹ ਟਾਈਮ ਲੈਂਦੇ ਨੇ ਆ ਹਿਸਤਾ ਹਿਸਤਾ ਇਸਤਾਹੀਲ ਹੋਣ ਲੱਗਿਆਂ ਜਲਦਲਾ ਆ ਜਾਵੇ ਕੋਈ ਵੀ ਕਿਤੇ ਵੀ ਤੇ ਉਹਦੇ ਆਫਟਰ ਇਫੈਕਟਸ ਜਿਹੜੇ ਨੇ ਉਹ ਜ਼ਹਿਨਾ ਤੋਂ ਉਹ ਮਹੀਨਿਆਂ ਸਾਲਾਂ ਚ ਨਹੀਂ ਜਾਂਦੇ मरीज सुत्ते पे उठ के बैठ जाते हैं कि पता नहीं दुबारा नजर चला आ जाए तो ये एक इंपैक्ट इन पोस्ट ट्रोमैटिक डिस्ट्रैस कहने असं स्ट्रेस है जड़ा किसी भी हादसे तो बाद तो बीमारी भी एक हादसा है कोविड भी एक हादसा है डेंगी भी एक हादसा है ਉਹਦਾ ਇਫੈਕਟ ਕਿੰਨਾ ਆਂਦਾ ਹੈ ਉਹਦੇ ਤੇ ਉਹ ਕਿੰਨੀ ਤਕਲੀਫ ਚੋਂ ਗੁਜ਼ਰਿਆ ਬੰਦਾ ਇਹ ਸਾਰੀਆਂ ਚੀਜ਼ਾਂ ਉਹਦੇ ਜ਼ਿਹਨ ਦੇ ਉੱਤੇ ਜ਼ਰੂਰੀ ਹੈ ਬਿਲਕੁਲ ਇਸੇ ਤਰ੍ਹਾਂ ਡਾਕਟਰ ਸਾਹਿਬ ਇਹ ਤੇ ਬੜਾ ਖਿਲਾਰ ਔਰ ਪਸਾਰ ਵਾਲਾ ਟੌਪਿਕ ਹੈ ਕਿ ਓਵਰ ਆਲ ਸੋਸਾਇਟੀ ਤੇ ਕੀ ਇੰਪੈਕਟ ਪੈਂਦਾ ਹੈ ਔਰ ਮਰੀਜ਼ ਤੇ ਕੀ ਪੈਂਦਾ ਹੈ ਔਰ ਕਿਸ ਤਰ੍ਹਾਂ ਇੱਕ ਸੋਸਾਇਟੀ ਉਹ ਵਲਨਰੇਬਲ ਬੰਦਾ ਜਿਹੜਾ ਅਗੇ ਡਰਾਮਾ ਜੋ ਵਾਪਸ ਆਇਆ ਉਹਨੂੰ ਕਿਵੇਂ ਬਚਾ ਸਕਨੇ ਇਹ ਸਾਰੀਆਂ ਗੱਲਾਂ ਕਿਸੇ ਹੋਰ ਪ੍ਰੋਗਰਾਮ ਵਿੱਚ ਅਸੀਂ ਬੈਕ ਡਿਟੇਲ ਨਾਲ ਕਰਾਂਗੇ ਤੁਹਾਨੂੰ ਫਿਰ ਜ਼ਹਿਮਤ ਦਾਂਗੇ ਕਿ ਤੁਸੀਂ ਆਓ ਥੋੜਾ ਜਿਹਾ ਟਾਈਮ ਕੱਢੋ ਔਰ ਇਹ ਸਵਾਲ ਇਹਨਾਂ ਨਾਲ ਸਾਨੂੰ ਜਾਣਕਾਰੀ ਦਿਓ ਬਹੁਤ শুকਰਿਆ ਬਹੁਤ ਮਿਹਰਬਾਨੀ ਕਿ ਤੁਸੀਂ ਆਏ ਥੋੜਾ ਟਾਈਮ ਕੱਢਿਆ ਜੀ ਨਾਜ਼ਰੀਨ ਹੁਣ ਵੇਲਾ ਹੋ ਗਿਆ ਕਿ ਨੀਕੀ ਜਿਹੀ ਬ੍ਰੇਕ ਦਾ ਬ੍ਰੇਕ ਲ ਜਾਵਾਂਗੇ ਮੁੜ ਕੇ ਵਾਪਸ ਆਵਾਂਗੇ ਰਹਿਣਾ ਸਾਡੇ ਨਾਲ ਜੀ ਮੜ ਕੇ ਵਾਪਸ ਆ ਗਏ ਆ ਪਾਕਿਸਤਾਨ ਚਲਵੈਨ ਲਾਹੌਰ ਸੈਂਟਰ ਤੇ ਮੇਰਾ ਨਾਮ ਹੈ ਅਲੀ ਉਸਮਾਨ ਬਾਜਵਾ ਸੋਹਿਰਾ ਸਾਜਿਦ ਮੇਰੇ ਨਾਲ ਮੌਜੂਦ ਨੇ ਪ੍ਰੋਗਰਾਮ ਦਾ ਨਾਮ ਹੈ ਆਜਦਾ ਮਹਿਮਾਨ ਔਰ ਮੈਡੀਕਲ ਪ੍ਰੈਕਟਿਸ਼ਨਰ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਔਰ ਜਾਣਿਆ ਕਿ ਡੇਂਗੀ ਕੋਵਿਡ ਓਮਿਕਰੋਨ ਦਾ ਹੁਣ ਵੇਰੀਐਂਟ ਜਿਹੜਾ ਆ ਗਿਆ ਉਹਦੇ ਕੋ ਕਿਵੇਂ ਬਚਿਆ ਜਾ ਸਕਦਾ ਔਰ ਢੇਰ ਸਾਰੀਆਂ ਗੱਲਾਂ ਹੋਈਆਂ ਇੱਕ ਗੀਤ ਮਨੂੰ ਯਾਦ ਆ ਰਿਹਾ ਉਰਦੂ ਦਾ ਇਨ ਨਈ ਮਸ਼ੀਨੋ ਕੇ ਸਭ ਪਈਏ ਘੂਮੇਂਗੇ ਦਹਿਕਾਂ ਵੀ ਹੋਣਗੇ ਸ਼ਾਇਦ ਮਜ਼ਦੂਰ ਵੀ ਝੂਮੇਂਗੇ ਲੇਕਿਨ ਮਜ਼ਦੂਰ ਚੂਮਣਗੇ ਕ ਜੇ ਦੋਨਾਂ ਨੂੰ ਉਹਨਾਂ ਦੇ ਹਕੂਕ ਵੀ ਲੱਭਣਗੇ ਕੰਮ ਤੇ ਬਥੇਰਾ ਕਰਦੇ ਨੇ ਮਜ਼ਦੂਰ ਇਸ ਵਤਨੀ عزیز ਦੇ ਵਿੱਚ ਔਰ ਪੰਜਾਬ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਪੈਲੀ ਦੇ ਵਿੱਚ ਕੋਈ ਨਾ ਕੋਈ ਕੰਮ ਕਰ ਰਿਹਾ ਹੋਣਾ ਲੇਕਿਨ ਉਹਨਾਂ ਦੇ ਹਕੂਕ ਦੀ ਹਿਫਾਜ਼ਤ ਆਸਤੇ ਗਵਰਨਮੈਂਟ ਕੀ ਕਰਦੀ ਔਰ ਕੀ ਨਹੀਂ ਕਰਦੀ ਔਰ ਕੀ ਫਰਦਰ ਹੋ ਸਕਦਾ ਔਰ ਕੀ ਕਰਨਾ ਚਾਹੀਦਾ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਡਾਇਰੈਕਟਰ ਜਨਰਲ ਲੇਬਰ ਵੈਲਫੇਅਰ ਪੰਜਾਬ ਡਾਕਟਰ ਫੈਸਲ ਜ਼ਹੂਰ ਸਾਹਿਬ ਨੂੰ ਸਦਾਵਤ ਦਿੱਤੀ ਸਲਾਮ ਅਲੈਕਮ ਡਾਕਟਰ ਵਾਅਲੈਕਮ ਸਲਾਮ ਕਿਸੀ ਤਬੀਅਤ ਆ ਜੀ ਬਿਲਕੁਲ ਠੀਕ ਠਾਕ ਕਿਹਦਾ ਰੰਗਲਾ ਸੈਟ ਤੇ ਸਾਡਾ ਤੁਸੀਂ ਆਂਦੇ ਕਿਹਾ ਸੀ ਆਫੇਅਰ ਮੈਂ ਕਿਹਾ ਇੱਕ ਵਾਰੀ ਥੋੜੀ ਹੋਰ ਤਾਰੀਫ ਕਰਦੇ ਨਹੀਂ ਜੀ ਮਾਸ਼ਾਅੱਲਾ ਬੜਾ ਅੱਛਾ ਜੀ ਪੂਰਾ ਇੱਕ ਜਿਹੜਾ ਸਾਡਾ ਦੇ ਹੀ ਪੰਜਾਬ ਦਾ ਹਾਂ ਹਾਂ ਇਹਦੇ ਵਿੱਚ ਲੁੱਕ ਆਣਾ ਚਾਹੀਦਾ ਹੈ ਮੌਜੂਦ ਔਰ ਫੈਡੇ ਆਰਟਿਸਟ ਵੀ ਬੈਠੇ ਨੇ ਬਾਕੀ ਲੋਕ ਵੀ ਜੀ ਜੀ ਤੇ ਇਹ ਪੂਰਾ ਇੱਕ ਕਲਚਰ ਨੂੰ ਜਿਹੜਾ ਬਿਲਕੁਲ ਸਿੱਧਰ ਤੇ ਅੱਛਾ ਸੈਟੇ ਮਾਸ਼ਾਅੱਲ। ਹੋਰ ਗਾਲਬਨ ਤੁਹਾਡਾ ਕਿੰਗ ਐਡਵਰਡ ਨਾਲ ਵੀ ਜੀ ਮੈਂ ਉੱਥੋਂ ਤੋਂ ਸੀ ਪਹਿਲੇ ਮਾਸਟਰ ਐਮਬੀਬੀਐਸ ਕੀਤਾ ਸੀ ਜੀ ਬਿਲਕੁਲ। ਔਰ ਨਨਕਾਣਾ ਤੋਂ ਤੁਹਾਡਾ ਤਾਲੁਕ ਹੀ ਹੈ ਔਰ ਨਨਕਾਣਾ ਤੇ ਉਹ ਸ਼ਹਿਰ ਜਿਹੜਾ ਕਾਫੀ ਪੰਜਾਬ ਦੇ ਵਿੱਚ ਰੁਚਿਆ ਹੋਇਆ ਇੱਕ। ਜੀ ਗੁਰੂ ਨਾਨਕ ਦੀ ਜਾਇ پیدائش ਜੀ ਬਿਲਕੁਲ ਇਸੇ ਤਰ੍ਹਾਂ। ਅਬ ਇਬਤਦਾਦ ਦਿਨ ਥੋੜੇ ਜਿਹੇ ਦੱਸੋਣਾ ਆਪਣੇ ਕਿ ਕਿਸਰਾਂ ਦਾ ਨਨਕਾਣਾ ਤੁਸੀਂ ਵੇਖਿਆ ਕੁਝ ਬਦਲਿਆ ਨਨਕਾਣਾ ਜਾਂ ਉਂਝ ਦਾ ਹੀ ਹੈ? ਹਾਂ ਜੀ ਮੈਂ ਆਪਣੀ ਯਾਨੀ ਬਚਪਨ ਦੇ ਹਵਾਲੇ ਨਾਲ ਅਗਰ ਦੇਖਾਂ ਔਰ ਥੋੜੀ ਮੇਰੀ ਸਕੂਲਿੰਗ ਉਥੇ ਜਿਹੜੀ ਹੋਈ ਉਦੋਂ ਕਾਫੀ ਇੱਕ ਯਾਨੀ ਕਹਿ ਲਓ ਬਹੁਤ ਹੀ ਵਿਹਿਆਤੀ ਆਊਟਲੁੱਕ ਸੀ ਛੋਟਾ ਜਿਹਾ ਸ਼ਹਿਰ ਸੀ ਔਰ ਗੁਰਦੁਆਰੇ ਤਜ਼ਾਰੀ ਘਰਲੇ ਬੜੇ ਸਦੀਆਂ ਦੇ ਉਥੇ ਹੈ ਨੇ ਔਰ ਸਾਡੇ ਜਿੰਨੇ ਵੀ ਸਿੱਖ ਯਾਤਰੀ ਜਾਂ ਸਾਡੇ ਮਹਿਮਾਨਜ਼ਾਹਰਾਤ ਵੀ ਆਂਦੇ ਨੇ ਲੋਕਲ ਉਥੇ ਸਿੱਖ ਵੀ ਰਹਿੰਦੇ ਨੇ ਤੇ ਫਿਰ ਆਹਸਾ-ਆਹਸਾ ਹੁਣ ਦੇਖੀਏ ਤੇ ਪਿਛਲੇ 30-35 ਸਾਲਾਂ ਚ ਬਹੁਤ ਡਿਵੈਲਪ ਹੋ ਗਿਆ ਹੁਣ ਤੇ ਯੂਨੀਵਰਸਿਟੀ ਵੀ ਬਣਨੀ ਜਾ ਰਹੀ ਹੈ ਜੀ ਉਥੇ ਔਰ ਜਦੋਂ ਦਾ ਜ਼ਿਲ੍ਹਾ ਬਣਿਆ ਉਦੋਂ ਖਾਸੀ ਤਰੱਕੀ ਹੋਈ ਉਹਦੀ ਤੇ ਹੁਣ ਤੇ ਸਾਡੀਆਂ ਅਪਰੋਚ ਰੋਡਾਂ ਵੀ ਬਹੁਤ ਅੱਛੀਆਂ ਬਣ ਗਈਆਂ ਆਈਆਂ ਨੇ ਔਰ ਇਸ ਗਵਰਨਮੈਂਟ ਵਿੱਚ ਹੋਰ ਫਰਦਰ ਤਰੱਕੀ ਹੋ ਰਹੀ ਏ ਮੋਟਰਵੇ ਤੁਸੀਂ ਦੇਖੀ ਜਿਹੜੀ ਮੁਲਤਾਨ ਜਾ ਰਹੀ ਏ ਉਹ ਬਿਲਕੁਲ ਨਨਕਾਣੇ ਦੇ ਕੋਲੋਂ ਲੰਘਦੀ ਏ ਔਰ ਉਹਦਾ ਵੀ ਬੜਾ ਵੱਡਾ ਫਾਇਦਾ ਹੋਇਆ ਨਨਕਾਣੇ ਦੇ ਲੋਕਾਂ ਨੂੰ ਐਂ ਜੀ ਸਮਝ ਲਈਏ ਕਿ ਲਾਹੌਰ ਦੇ ਇੱਕ ਹਿੱਸੇ ਹੀ ਬਣ ਗਿਆ ਨਨਕਾਣਾ ਬਿਲਕੁਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਔਰ ਸਾਰੇ ਪੰਜਾਬ ਨੂੰ ਸਾਰੇ ਪਾਕਿਸਤਾਨ ਨੂੰ ਤਰੱਕੀ ਦੇਣੀ ਚਾਹੀਦੀ ਅੱਛਾ ਤੁਹਾਡਾ ਸਰ ਜਿਹੜਾ ਹੁਣ ਡਿਪਾਰਟਮੈਂਟ ਜਿਹਨੂੰ ਅੱਜਕਲ ਸਰਵ ਕਰਦੇ ਹੋ ਇਹਦੇ ਬਾਰੇ ਥੋੜਾ ਨਾਜ਼ਰੀਨ ਨੂੰ ਦ ਬਣਾਇਆ ਗਿਆ ਕਦੋਂ ਬਣਾਇਆ ਗਿਆ ਇਹ ਕਰਦਾ ਕੀ ਇਹਦੇ ਮਕਾਸਦ ਕੀ ਨੇ ਇਹ ਜੀ ਡਿਪਾਰਟਮੈਂਟ ਤੇ ਕਿਆਮੇ ਪਾਕਿਸਤਾਨ ਦੇ ਵਕਤ ਦਾ ਹੀ ਹੈ ਹਮਮ ਔਰ ਜ਼ਰੀਦਾਂ ਤੇ ਜਦੋਂ ਦਾ ਜਦੋਂ ਇੰਡੀਆ ਪਾਕਿਸਤਾਨ ਇੱਕ ਸੀ ਉਦੋਂ ਵੀ ਉਹਦਾ ਨਾਂ ਕੀ ਇਹ ਪ੍ਰੀ ਪਾਰਟੀਸ਼ਨ ਵੀ ਹੈ ਅੰਗਰੇਜ਼ਾਂ ਦੇ ਦੌਰ ਦਾ ਹੈ ਹਮਮ ਔਰ ਇਹਦਾ ਬੁਨਿਆਦੀ ਮਕਸਦ ਹੈ ਹੀ ਇਹ ਕਿ ਜੂ ਜੂ ਇੰਡਸਟਰੀਲਾਈਜੇਸ਼ਨ ਪ੍ਰੋਸੈਸ ਸਟਾਰਟ ਹੋਇਆ ਤੁਸੀਂ ਵੇਖਿਆ 20ਵੀਂ ਸਦੀ ਦੇ ਆਗਾਜ਼ ਵਿੱਚ ਉਹ ਜ਼ਿਆਦਾ ਹੋ ਗਿਆ ਫਿਰ ਜਿਹੜੀ ਜੰਗੇ ਅਜ਼ੀਮ ਦੋ ਹਿਆਂ ਉਹਦੇ ਚ ਵੀ ਇੰਡਸਟਰੀਅਲਾਈਜੇਸ਼ਨ ਤੇ ਸਾਰਾ ਸਿਲਸਿਲਾ ਚੱਲੇ ਤੇ ਜਦੋਂ ਪਾਕਿਸਤਾਨ ਬਣਿਆ ਉਦੋਂ ਇਸ ਡਿਪਾਰਟਮੈਂਟ ਨੂੰ ਜ਼ਾਹਰੀ ਬਾਤ ਹੈ ਪਾਕਿਸਤਾਨ ਦਾ ਜਿਹੜਾ ਇੱਕ ਪੂਰਾ ਵੈਸਟ ਪਾਕਿਸਤਾਨ ਇਸ ਪਾਕਿਸਤਾਨ ਦੇ ਵਾਲੇ ਨਾਲ ਆ ਗਿਆ ਔਰ ਇਹਦਾ ਬੇਸਿਕ ਮਕਸਦ ਲੇਬਰ ਦੀ ਵੈਲਫੇਅਰ ਹੈ ਕਿ ਲੇਬਰਰਸ ਕੌਣ ਨੇ ਮਜ਼ਦੂਰਾਂ ਦੇ ਵਾਸਤੇ ਕੀ ਗਵਰਨਮੈਂਟ ਕਰ ਸਕਦੀ ਏ ਕਿ ਉਹਨਾਂ ਨੂੰ ਫਾਇਦਾ ਦੇ ਸਕਦੀ ਏ ਕੀ ਮਰਾਤ ਦੇ ਸਕਦੇ ਔਰ ਮਜ਼ਦੂਰਾਂ ਦੇ ਕਾਨੂੰਨ ਦੇ ਉੱਤੇ ਜਿਹੜਾ ਅਮਲ ਕਰਨਾ ਇਹਦਾ ਬੁਨਿਆਦੀ ਮਕਸਦ ਹੈ ਗੌਰਮੈਂਟ ਨੇ ਮੁਖਲਿਫ ਕਾਨੂੰਨ ਬਣਾਏ ਨੇ ਮਜ਼ਦੂਰਾਂ ਦੀ ਵੈਲਫੇਅਰ ਵਾਸਤੇ ਭਲਾਈ ਵਾਸਤੇ ਉਹਨਾਂ ਨੂੰ ਅਮਲ ਦਰਾਮਦ ਕਰਾਉਣ ਵਾਸਤੇ ਇਹ ਮਹਿਕਮਾ ਕੰਮ ਕਰਦਾ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਇੱਕ ਜਾਇਜ਼ ਹੱਕ ਹੈ ਉਹ ਮਿਲ ਸਕੇ ਬਿਲਕੁਲ ਸਹੀ ਗਰੇਲੂ ਮੁਲਾਜ਼ਮੀਆਂ ਦੇ ਬਾਰੇ ਵਿੱਚ ਦੱਸੋ ਕਿ ਉਹ ਕਿਸ ਤਰ੍ਹਾਂ ਮੁਸਤਫੀਦ ਹੋ ਸਕਤੇ ਨੇ ਹਾਂ ਜੀ ਗਰੇਲੂ ਮੁਲਾਜ਼ਮੀਆਂ ਕਾਫੀ ਧੀਰ ਜਿਹੜਾ ਹੈ ਉਹ ਤੁਸੀਂ ਅਗਰ ਦੇਖਿਆ ਜਾਏ ਤੇ ਨੈਗਲੈਕਟਿਡ ਹੀ ਰਹੇ ਸਾਡੇ ਔਰ ਉਹਨਾਂ ਵਾਸਤੇ ਕੋਈ ਐਸਾ ਕਾਨੂੰਨ ਸਾਡੇ ਮੂਲਕ ਵਿੱਚ ਮੌਜੂਦ ਨਹੀਂ ਸੀ ਇਹ ਕ੍ਰੈਡਿਟ ਅਗਰ ਤੁਸੀਂ ਦੇਖੋ ਤੇ Imran Khan ਸਾਹਿਬ ਦੀ ਹਕੂਮਤ ਤੇ وزیر اعلی ਉਸਮਾਨ ਦਸਦਾਰ ਸਾਹਿਬ ਦੀ ਕਹਿ ਲਓ ਦੋਵਾਂ ਦੀ ਵਿਜਨ ਔਰ ਅੱਗੇ ਸਰਪ੍ਰਸਤੀ ਚ ਮਹਿਕਮੇ ਨੇ ਸਾਡੇ ਮਿਨਿਸਟਰ جناب ਅੰਸਰ ਮਜੀਦ ਨਿਆਜ਼ੀ ਸਾਹਿਬ ਨੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਪੂਰਾ ਇੱਕ ਕਾਨੂੰਨ ਅਸੈਂਬਲੀ ਨੇ ਉਹਨਾਂ ਪਾਸ ਕਰ ਦਿੱਤਾ ਡੋਮੈਸਟਿਕ ਵਰਕਰਸ ਦਾ ਉਹਦੇ ਰੂਲਸ ਵੀ ਹੁਣ ਬਣ ਰਹੇ ਨੇ ਔਰ ਡੋਮੈਸਟਿਕ ਵਰਕਰਸ ਦਾ ਪੂਰੇ ਪੰਜਾਬ ਚ ਅਸੀਂ ਸਰਵੇ ਕਰਾ ਰਹੇ ਹਾਂ ਕਿ ਹੈ ਕਿੰਨੇ ਨੇ ਹਮ ਕਿੱਥੇ ਕਿੱਥੇ ਨੇ ਕਿ ਇਸ ਜ਼ਿਲ੍ਹੇ ਚ ਕਿੰਨੇ ਨੇ ਉਹਨਾਂ ਦੇ ਪੂਰੇ ਫਿਰ ਅਗੇ ਇੱਕ ਰਾਈਟਸ ਦਾ ਸਿਲਸਿਲਾ ਹੈ ਕਿ ਉਹ ਕਿੰਨੇ ਘੰਟੇ ਕੰਮ ਕਰਨਾ ਹੈ ਉਹਨਾਂ ਦੀ ਮਿਨੀਮਮ ਤਨਖਾਹ ਕਿੰਨੀ ਹੋਏਗੀ ਠੀਕ ਹੈ ਉਹਨਾਂ ਨੂੰ ਇਲਾਜ ਮਾਲਜੇ ਦੇ ਵਾਸਤੇ ਜਿਹੜਾ ਹੈਲਥ ਕਾਰਡ ਕਿਸ ਤਰ੍ਹਾਂ ਦਿੱਤਾ ਜਾਏਗਾ ਬਾਕੀ ਵੀ ਜਿੰਨੇ ਵੀ ਉਹਨਾਂ ਦੇ ਰਿਲੇਟਿਡ ਮਾਰਾਤ ਨੇ ਉਹ ਆਣਗੇ ਇਹਦੇ ਵਿੱਚ ਇਹ ਇਨਸ਼ਾਅੱਲਾ ਅਸੀਂ ਜਿਸ ਤਰ੍ਹਾਂ ਕੰਮ ਕਰ ਰਹੇ ਹਾਂ 5-6 ਮਹੀਨੇ ਚ ਇਹਨੂੰ ਅਸੀਂ ਇੱਕ ਬੜੇ ਅੱਛੇ ਸਿਲਸਲੇ ਜਿਹਾ ਹੋ ਗਿਆ ਨਾਲ ਨਾਲ ਡਾਕਟਰ ਵੀ ਨੈਟਿਚ ਆ ਜਾਣਗੇ ਸਾਡੇ ਜੇਕਰ ਦੱਸ ਦੋ ਮਿਨੀਮਮ ਵੇਜ ਵੀ ਨਾਲ ਹੀ ਅਸੀਂ ਦੱਸ ਦੇ ਕਿਉਂਕਿ ਕਾਫੀ ਲੋਕ ਵੇਖ ਰਹੇ ਹੋਣਗੇ ਟੀਵੀ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਰ ਮਿਨੀਮਮ ਵੇਜ ਐਸ ਲਈ ਜਿਹੜੀ ਪੰਜਾਬ ਗਵਰਨਮੈਂਟ ਨੇ ਨੋਟੀਫਾਈ ਕੀਤੀ ਔਰ ਐਸ ਹਕੂਮਤ ਨੇ ਤਕਰੀਬਨ ਐ ਕਹਿ ਲੋ ਕਿ 3 ਸਾਲਾਂ ਚ ਤੀਸਰੀ ਦਫਾ ਨੋਟੀਫਾਈ ਕੀਤੀ ਹੈ ਪਿਛਲੀ ਹਕੂਮਤਾਂ ਸ਼ਾਇਦ 4-4 5-5 ਸਾਲ ਬਾਅਦ ਆਂਦੀ ਸੀ ਮਿਨੀਮਮ ਵੇਜ ਐਸ ਲਈ ਕਮਜ਼ ਕਾਮ ਜਿਹੜੀ ਆਮ ਮਜ਼ਦੂਰ ਜਿਹੜਾ ਮੈਨੂਅਲ ਲੇਬਰਰ ਕੰਮ ਕਰਦਾ ਟੈਕਨੀਕਲ ਦੀ ਗੱਲ ਨਹੀਂ ਮੈਂ ਕਰ ਰਿਹਾ ਉਹ ਵੀ 1000 ਰੁਪਏ ਮਿਨਿਮਮ ਵੇਜ ਉਹਦੀ ਘੱਟੋ ਘੱਟ ਤਨਖਾਹ 1000 ਲਾਜ਼ਮੀ ਇਹ ਦੇਣਾ ਔਰ ਅਗਰ ਨਹੀਂ ਕੋਈ ਦੇਂਦਾ ਤੇ ਉਹਦਾ ਫੇਰ ਉਹਦੇ ਖਿਲਾਫ ਸ਼ਿਕਾਇਤ ਹੋ ਸਕਦੀ ਹੈ ਕਾਨੂੰਨ ਉਹਦੇ ਵਿੱਚ ਪੂਰਾ ਮੌਜੂਦ ਹੈ ਅਸੀਂ ਐਕਸ਼ਨ ਲੈਣੇ ਆ ਉਹਦਾ ਸਾਰਾ ਜੁਰਮਾਨੇ ਹੁੰਦੇ ਨੇ ਹਰ ਚੀਜ਼ ਹੁੰਦੀ ਹੈ ਬਿਲਕੁਲ ਅੱਛਾ ਰਾਈਟਸ ਦੀ ਤੁਸੀਂ ਗੱਲ ਕੀਤੀ ਤੇ ਮਜ਼ਦੂਰਾਂ ਦੀ ਯੂਨੀਅਨਸ ਵੀ ਬਣੀਆਂ ਹੁੰਦੀਆਂ ਨੇ ਮਜ਼ਦੂਰ ਕਿਸਾਨ ਪਾਰਟੀ ਵੀ ਗਈ ਔਰ ਇਸ ਤਰ੍ਹਾਂ ਉਹ ਕਾਫੀ ਰਲ ਮਿਲ ਕੇ ਕੰਮ ਵੀ ਕਰਦੇ ਨੇ ਇਦੇ ਹਵਾਲੇ ਨਾਲ ਤੁਸੀਂ ਜ਼ਾਤੀ ਤੌਰ ਤੇ ਕੀ ਸਮਝਦੇ ਹੋ ਇਹ ਯੂਨੀయన్స్ ਦਾ قیام ਹੋਣਾ ਚਾਹੀਦਾ ਹੈ ਔਰ ਉਹ مزید ਬਿਹਤਰ ਤਰੀਕੇ ਨਾਲ ਕਿਵੇਂ ਆਪਣੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਹਕੂਕ ਦਿਵਾ ਸਕਦੇ ਨੇ ਦੇਖੋ ਜੀ ਯੂਨੀਅਨ ਦਾ ਪੂਰਾ ਇੱਕ ਸਾਡਾ ਇੰਡਸਟਰੀ ਰਿਲੇਸ਼ਨਸ ਐਕਟ ਹੈ ਉਹਦਾ ਕਾਨੂੰਨ ਹੈ ਉਹਦੇ ਵਿੱਚ ਕਲੈਕਟਿਵ 바ਰਗੇਨਿੰਗ ਦੀ ਇੱਕ ਪੂਰੀ ਪਾਵਰ ਹੁੰਦੀ ਯੂਨੀਅਨ ਨੂੰ ਔਰ ਬਿਲਕੁਲ ਹੋਣਾ ਚਾਹੀਦਾ ਹੈ ਤਾਂ ਕਿ ਉਹ ਕਲੈਕਟਿਵਲੀ ਉਹਨਾਂ ਦੇ ਨੁਮਾਇੰਦੇ ਮੁਤਖਬ ਹੋ ਜਿਵੇਂ ਅਸੀਂ ਇੱਕ ਓਵਰਆਲ ਆਪਣੀ ਜਨਰਲ ਐਕਸ਼ਨ ਹੁੰਦੇ ਨੇ ਵਜ਼ੀਰ ਆਜ਼ਮ ਆਉਂਦੇ ਨੇ ਵਜ਼ੀਰ ਆਲਾ ਆਉਂਦੇ ਨੇ ਮੁਤਖਬ ਨੁਮਾਇੰਦੇ ਅਸੈਂਬਲੀ ਬਣਦੀ ਐਂਜੂ ਉਸਵਾਰੇ ਵਿੱਚ ਉਹ ਕਲੈਕਟਿਵਲੀ ਸਾਰੇ ਮਜ਼ਦੂਰਾਂ ਦੇ ਸਾਰੇ ਵਰਕਰਾਂ ਦੇ ਹਕੂਕ ਦੇ ਬਾਰੇ ਵਿੱਚ ਇੰਤਜ਼ਾਮੀਆਂ ਨਾਲ ਗੱਲ ਕਰ ਸਕਣ ਔਰ ਜਿਹੜੇ ਰਾਈਟਸ ਉਹਨਾਂ ਨੂੰ ਵਿਊ ਮਿਲਨੇ ਚਾਹੀਦੇ ਨੇ ਉਹ ਮਿਲਣ ਔਰ ਉਹਦੇ ਬਾਰੇ ਵਿੱਚ ਉਹ ਆਪਣਾ ਨੁਕਤਾ ਨਜ਼ਰ ਔਰ ਆਪ ਚੀਜ਼ ਪੇਸ਼ ਕਰ ਸਕਣ ਔਰ ਰੈਗੂਲਰਲੀ ਤੁਸੀਂ ਦੇਖੋ ਮੁਖਲੇ ਵਦਾਰਿਆਂ ਚਾ ਹੋ ਰਿਹਾ ਅਸੀਂ ਤਕਰੀਬਨ ਪਿਛਲੇ 1 ਸਾਲ ਵਿੱਚ ਜਿੰਨੇ ਵੀ ادارے ਰਿਲੇਟਿਡ ਨੇ ਭਾਵੇਂ ਉਹ ਲੈਸਕੋ ਵੇ ਪਾਰਕਸ ਐਂਡ ਆਰਟੀਕਲਚਰ ਅਥਾਰਟੀ ਦੀ ਮਜ਼ਦੂਰ ਯੂਨੀਅਨ ਹੈ ਵਾਸਾਿਲ ਹੋਰ ਇਸ ਫੈਸਲਾਬਾਦ ਪੰਜਾਬ ਦੇ ਮੁਖਤਿਰ ਸ਼ਹਿਰਾਂ ਇਵਨ ਪ੍ਰਾਈਵੇਟ ਹੈ ਜਿਵੇਂ ਪੈਕੇਜਸ ਪੈਰਲ ਇੰਡਸਟਰੀ ਹੈ ਵੱਡੀ ਵੱਡੀ ਜਿਹੜੀਆਂ ਵੀ ਹੋ ਰਹਾ ਹੈ ਹਾਂ ਸਾਰਿਆਂ ਦੇ ਇਲੈਕਸ਼ਨ ਰੈਗੂਲਰਲੀ ਇੱਕ ਟਾਈਮ ਪੀਰੀਅਡ ਤੋਂ ਬਾਅਦ ਅਸੀਂ ਕਰਵਾ ਰਹੇ ਹਾਂ ਸਾਡਾ ਅਦਾਰਾ ਇਹ ਕਰਾਂਦਾ ਹੈ ਔਰ ਬੜੇ ਮਾਸ਼ਾਅੱਲਾ ਫੇਰ ਔਰ ਅੱਛੇ ਇਲੈਕਸ਼ਨ ਹੋਏ ਨੇ ਕੋਈ ਸ਼ਿਕਾਇਤ ਨਹੀਂ ਆਈ ਕਾਰونا دیگر ਦੇ ਨੁਮਾਇੰਦਤ ਸੰੀਮਾ ਨੇ ਅੱਗੇ ਆਪਣੇ ਆਪਣੇ ਵਰਕਿੰਗ ਅੱਛਾ ਡਾਕਟਰ ਸਾਹਿਬ ਕੁਝ ਜਿਤਨੇ ਮਜ਼ਦੂਰ ਐਸੇ ਹੁੰਦੇ ਨੇ ਜਿਹੜੇ ਕਿ ਉਹਨਾਂ ਕੋਲ ਟੈਕਨੀਕਲ ਸਕਿੱਲ ਹੁੰਦੀ ਹੈ ਉਹ ਕੁਝ ਟੈਕਨੀਕਲ ਟ੍ਰੇਨਿੰਗ ਵੋਕੇਸ਼ਨਲ ਇੰਸਟੀਟਿਊਸ਼ਨ ਤੋਂ ਵੀ ਨਿਕਲੇ ਹੁੰਦੇ ਨੇ ਕੁਝ ਜਿਹੜੇ ਹੁੰਦੇ ਨੇ ਉਹਨਾਂ ਕੋਲ ਨਹੀਂ ਹੁੰਦੀ ਔਰ ਵੈਸੇ ਉਹ ਜ਼ੋਰ ਜਿਹੜਾ ਉਹਨਾਂ ਦਾ ਕੋਲ ਹੁੰਦਾ ਤਾਕਤ ਹੁੰਦੀ ਉਹਦੇ ਇਸਤੇਮਾਲ ਕਰਦੇ ਹੋਏ ਰੋਜ਼ੀ ਰੋਟੀ ਕਮਾ ਰਹੇ ਨੇ ਲੇਕਿਨ ਉਹ ਆਪਣੇ ਹਕੂਕ ਬਾਰੇ ਸ਼ਾਇਦ ਬਹੁਤ ਜ਼ਿਆਦਾ ਨਹੀਂ ਜਾਣਦੇ ਔਰ ਅਗਰ ਜਾਣਦੇ ਵੀ ਨੇ ਤੇ ਉਹ ਕਿੱਥੋਂ ਹਾਸਲ ਕਰਨੇ ਨੇ ਨਹੀਂ ਪਤਾ ਲੱਗਦਾ ਹੁਣ ਮੇਰੇ ਵਰਗਾ ਬੰਦਾ ਜਾਂ ਸੁਹਿਰਾ ਵਰਗੀ ਕੁੜੀ ਜਾਂ ਹੋਰ ਕੋਈ ਅਸਰੰਦ ਐਜੂਕੇਟਿਡ ਬੰਦਾ ਜਿਹੜਾ ਨਵੀਂ ਪੀੜੀ ਚ ਹੋਏ ਉਹ ਜ਼ੁਲਮ ਹੁੰਦਾ ਵੇਖਦਾ ਕਿਤੇ ਕਿਸੇ ਨਾਲ ਉਹ ਕਿਸ ਤਰ੍ਹਾਂ ਉਹਦੀ ਜ਼ੁਬਾਨ ਬਣ ਸਕਦਾ ਉਸ ਮਜ਼ਦੂਰ ਕਿਸਾਨ ਦੀ ਕਿ ਜਿਹੜਾ ਆਪਣੀ ਗੱਲ ਨਹੀਂ ਕਰ ਸਕਦਾ ਦੇਖੋ ਉਹਦੇ ਆਸਤੇ ਅਸੀਂ ਤੇ ਬਿਲਕੁਲ ਇੱਕ ਆਵਾਮੀ ਤਸ਼ਹੀਰ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਨਾਲ ਹੋਰ ਜਿੰਨੀਆਂ ਵੀ ਸਾਡੀ ਲੋਕਲ ਐਨ ਜੀਓਜ਼ ਨਾਲ ਹਰ ਵੇਲੇ ਕਰਦੇ ਰਹਿੰਦੇ ਆ ਔਰ ਸਾਡਾ ਮਜ਼ਦੂਰਾਂ ਦੀ ਖਲਾਫ ਬੁਬੂਦ ਵਾਸਤੇ ਬਿਲਕੁਲ ਇੱਕ ਆਨਲਾਈਨ ਸਿਸਟਮ ਬਣਿਆ ਆਇਆ ਹੈ अच्छा ਜਿਹਦੇ ਚ ਅਗਰ ਤੁਸੀਂ ਸ਼ੁਰੂ ਕਰੋ ਤੇ ਪ੍ਰਾਈਮ ਮਿਨਿਸਟਰ ਦਾ ਸਿਟੀਜ਼ਨ ਪੋਰਟਲ ਇਹ ਇੱਕ ਬੜੀ ਹਰ ਬੰਦੇ ਨੂੰ ਉਹਦਾ ਪਤਾ ਹੈ ਕੋਈ ਕਿਸੇ ਕਿਸਮ ਦੀ ਅਗਰ ਕੋਈ ਸ਼ਿਕਾਇਤ ਹੋਏ ਤੇ ਉੱਤੇ ਕਰ ਸਕਦਾ ਜੀ ਉਸ ਤੋਂ ਬਾਅਦ ਸਾਡੇ ਜਿਹੜਾ ਇਲਾਕਾ ਜੀ ਦਫ਼ਤਰ ਨੇ ਉਹ ਮੌਜੂਦ ਨੇ ਮਜ਼ਦੂਰਾਂ ਨੂੰ ਮਜ਼ਦੂਰ ਲੀਡਰਸ ਨੂੰ ਯੂਨੀਅਨਸ ਨਾਲ ਉਹਨਾਂ ਦਾ ਹਰ ਵੇਲੇ ਇੰਟਰੈਕਸ਼ਨ ਰਹਿੰਦਾ ਹੈ ਪਤਾ ਲੱਗਦਾ ਰਹਿੰਦਾ ਹੈ ਚੀਜ਼ਾਂ ਦਾ ਜੋ ਜੋ ਦਰਖਾਸਤੇ ਸਾਨੂੰ ਡਾਇਰੈਕਟ ਵੀ ਦਰਖਾਸਤ ਕੋਈ ਦੇ ਸਕਦਾ ਬਹੁਤ ਸਾਰੀਆਂ ਦਰਖਾਸਤਾਂ ਆndੀਆਂ ਨੇ आज मेरी डाक ही 7 8 संजय ਦੇ ਚੋਂ ਮਿਨਿਮਮ ਵੇਜ ਦਾ ਕਿਸੇ ਨੇ ਕਿਹਾ ਐ ਸੀ ਮੈਨ ਨਹੀਂ ਮਿਲੀ ਕਈ ਦਫਾ ਸਿਕਿਉਰਟੀ ਗਾਰਡ ਦੀ ਇੱਕ ਦਰਖਾਸਤ ਸੀ ਕਿ ਸਾਡੇ ਕੋਲ ਓਵਰਟਾਈਮ ਲੈ ਰਹੇ ਨੇ ਪਰ ਪੇ ਨਹੀਂ ਕਰ ਰਹੇ ਤੇ ਉਹ ਆਂਦੀਆਂ ਰਹਿੰਦੀਆਂ ਨੇ ਨਾਲ ਨਾਲ ਅਸੀਂ ਮਸਲੇ ਹੱਲ ਕਰ ਰਹੇ ਹਾਂ ਤੇ ਉਹ ਅਵੇਅਰਨੈਸ ਅਸੀਂ ਦੇ ਰਹੇ ਹਾਂ ਬਾਕੀ ਯਾਨੀ ਕੋਈ ਵੀ ਸਿਟੀਜ਼ਨ ਦੱਸ ਸਕਦਾ ਤੁਹਾਨੂੰ ਜੀ ਬਿਲਕੁਲ ਉਹਦਾ ਆਨਲਾਈਨ ਐਕਸੈਸ ਵੀ ਮੌਜੂਦ ਹੈ ਸਾਡੇ ਦਫਤਰ ਵੀ ਮੌਜੂਦ ਨੇ ਪੂਰਾ ਇੱਕ سلسلہ ਹੈ ਡਿਸਟ੍ਰਿਕਟ ਵਿੱਚ ਵੀ ਮੌਜੂਦ ਹੈ ਤਹਿਸੀਲ ਸਤਾ ਦੇ ਉੱਤੇ ਵੀ ਸਾਰਾ سلسلہ ਮੌਜੂਦ ਹੈ ਤੇ ਉਹਦੇ 'ਚ ਕੋਈ ਐਸੀ ਗੱਲ ਨਹੀਂ ਹੈਗੀ ਨਾਰੇ ਅਸੀਂ ਉਹਦੇ ਨਾਲ ਨਾਲ ਫਿਰ ਐਕਸ਼ਨ ਲਈ ਜਾਂਦੇ ਹਾਂ ਜਿਹੜਾ ਚਾਈਲਡ ਲੇਬਰ ਦੇ ਬਾਰੇ ਵਿੱਚ ਦੱਸੋ ਕਿ ਇਹ ਦਿਖਾਤਵੇਂ ਲਈ ਕੀਲੇ ਇੰਤਜ਼ਾਮ ਕਰ ਰਹੇ ਹੋ ਗੱਲ ਬੜੀ ਹੁੰਦੀ ਹੈ ਤੇ ਫਿਰ ਵੀ ਅਸੀਂ ਵੇਖਨੇ ਆ ਹਾਂ ਹਾਂਜੀ ਚਾਈਲਡ ਲੇਬਰ ਤੁਸੀਂ ਦੇਖੋ ਜਿੱਥੇ ਵੀ ਕੋਈ ਥਰਡ ਵਰਲਡ ਕੰਟਰੀਜ਼ ਯਾਨੀ ਥੋੜੀ ਤਰੱਕੀ ਆਫਤਾ ਐਨੇ ਨਹੀਂ ਅਸੀਂ ਹਾਲੀ ਹੈਗੇ ਯਾਨੀ ਅਸੀਂ ਹਾਲੀ ਤਰੱਕੀ ਪਜ਼ੀਰ ممالک ਵਿੱਚ ਇੱਕ ਫੀਨੋਮਨਾ ਹਰ ਜਗ੍ਹਾ ਹੈ ਕਿਉਂਕਿ ਜ਼ਰੀ ਗੱਲ ਗੁਰਬਤ ਤੇ ਐਕੋ ਜਿਹੀਆਂ ਚੀਜ਼ਾਂ ਨੇ ਕਿ ਕਈ ਵਾਰ ਕੰਪੈਲ ਹੁੰਦੇ ਨੇ ਲੋਕ ਚਾਈਲਡ ਲੇਬਰ ਵਾਂਗ ਉਹਦੇ ਵਾਸਤੇ ਗਵਰਨਮੈਂਟ ਨੇ ਤੇ ਇੱਕ ਬੜਾ ਹੀ ਵਾਜ਼ਿਆ ਕਾਨੂੰਨ ਬਣਾਇਆ ਤਾ ਹੈ ਔਰ ਉਹਦੇ ਚੋਂ ਬਕਾਇਦਾ ਐਫ ਆਈ ਆਰ ਹੁੰਦੀ ਹੈ ਕਿ ਕੋਈ ਚਾਈਲਡ ਲੇਬਰ ਕਿਧਰੇ ਰੱਖਿਆ ਜਾਂਦਾ ਹੈ ਔਰ ਸਾਡੇ ਲੇਬਰ ਇਨਸਪੈਕਟਰ ਲੇਬਰ ਅਫਸਰ ਵਿਜ਼ਿਟਸ ਕਰਦੇ ਨੇ ਸ਼ਾਪਸ ਤੇ ਵੀ ਫੈਕਟਰੀਜ਼ ਤੇ ਵੀ ਔਰ ਤਕਰੀਬਨ ਤਾਂ ਮੈਂ ਦੱਸਾਂ ਕਿ ਪਿਛਲੇ 6 ਮਹੀਨਿਆਂ ਚ ਅਸੀਂ 1000 ਤੋਂ ਜ਼ਿਆਦਾ ਐਫ ਆਈ ਆਰਸ ਕਰਾਈਆਂ ਨੇ ਚਾਈਲਡ ਲੇਬਰਸ ਦੇ ਉੱਤੇ ਤੇ ਚਾਈਲਡ ਲੇਬਰ ਦੇ ਉੱਤੇ ਅਸੀਂ ਸਟ੍ਰਿਕਲੀ ਇੰਪਲੀਮੈਂਟ ਕਰ ਰਹੇ ਹਾਂ ਖਾਸ ਤੌਰ ਤੇ ਪੱਠਿਆਂ ਦੇ ਉੱਤੇ ਆਮ ਜਿਹੜੀਆਂ ਸ਼ਾਪਸ ਦੇ ਉੱਤੇ ਜਿਵੇਂ ਆ ਤੁਸੀਂ ਦੇਖੋ ਮੋਟਰ ਮੈਕੈਨਿਕ ਬਹੁਤ ਜ਼ਿਆਦਾ ਨਜ਼ਰ ਆਉਂਦੇ ਨੇ ਕੋਸ਼ਿਸ਼ੀ ਵੇਟਰ ਮਗਰ ਸਾਡਾ ਨਾਲ ਯੂਨਿਟੀ ਤੋਂ ਇਲਾਵਾ ਦੂਸਰਾ ਐਕਸ਼ਨ ਵੀ ਹੈ ਕਿ ਉਹ ਬੱਚਿਆਂ ਨੂੰ ਅਗਰ ਮਿਸਾਲ ਏ ਉਹ ਸੀ ਉਹ ਬੱਚਾ ਤੇ ਕੱਢ ਦੇਣਗੇ ਉਹ ਬੱਚੇ ਨੂੰ ਜਿਹੜੀ ਉਹਦੀ ਐਜੂਕੇਸ਼ਨ ਨੇ ਅਸਲ ਮਕਸਦ ਹੈ ਨਾ ਬੱਚੇ ਨੂੰ ਸਕੂਲ ਚੋਣਾ ਚਾਹੀਦਾ ਹੈ بجائے ਕਿ ਉਹ ਸਾਡੇ ਕੋਲ ਯਾਨੀ ਕਿਸੇ ਦੁਕਾਨ ਦੇ ਉੱਤੇ ਉੱਥੇ ਕੰਮ ਕਰਦਾ ਹੋਵੇ ਤੇ ਉਹਦੇ ਆਸਤੇ ਅਸੀਂ ਇੱਕ ਪੂਰਾ ਇੱਕ ਹੋਰ ਸਕੀਮ ਬਣਾਈ ਹੈ ਪੂਰੀ ਗਵਰਨਮੈਂਟ ਨੇ ਨਾ ਸਿਸਟਮ ਬਣਾਇਆ ਹੈ ਜਿੱਦੇ ਤੇ ਅਸੀਂ ਉਹ ਬੱਚਿਆਂ ਨੂੰ ਫੇਰ ਐਜੂਕੇਸ਼ਨ ਡਿਪਾਰਟਮੈਂਟ ਦੇwale ਕਰਦੇ ਔਰ ਉਥੇ ਉਹਨਾਂ ਦੇ ਮਾਪੇ ਨੂੰ ਵੀ ਬੁਲਾਉਂਦੇ ਆ ਔਰ ਫ੍ਰੀ ਆਫ ਕਾਸ ਜਿਸ ਤਰ੍ਹਾਂ ਗਵਰਨਮੈਂਟ ਐਜੂਕੇਸ਼ਨਲ ਸਿਸਟਮ ਹੈ ਕੋਸ਼ਿਸ਼ ਕਰਦੇ ਆ ਕਿ ਉਹ ਤਾਲੀਮ ਵੱਲ ਪੈ ਜਾਏ بجائے ਕਿ ਵਾਪਸ ਕਿਸੇ ਜਗ੍ਹਾ ਤੇ ਹੋਰ ਫੇਰ ਉਹ ਮਲਾਜ਼ਮਤ ਕਰਨਾ ਸ਼ੁਰੂ ਕਰ ਬਿਲਕੁਲ ਗੱਲਾਂ ਦਾ سلسلہ ਇੱਥੇ ਜੋੜਾਂਗੇ ਵੇਲਾ ਹੋਇਆ ਨਿੱਕੀ ਜੀ ਬ੍ਰੇਕ ਦਾ ਤੁਸੀਂ ਕਿਧਰੇ ਨਹੀਂ ਜਾਣਾ ਮਿਲਨੇ ਆ ਨਿੱਕੀ ਜੀ ਬ੍ਰੇਕ ਤੋਂ ਬਾਅਦ ਜੀ ਰੰਗਲੇ ਸੈੱਟ ਤੇ ਇੱਕ ਵਾਰੀ ਫੇਰ ਜੀ ਆਇਆਂ ਨੂੰ ਕਹਾਂਗੇ ਪ੍ਰੋਗਰਾਮ ਦਾ ਨਾਮ ਹੈ ਅੱਜ ਦਾ ਮਹਿਮਾਨ ਮੇਰਾ ਨਾਮ ਹੈ ਉਸਮਾਨ ਬਾਜਵਾ ਸੁਹੇਰਾ ਸਾਜਿਦ ਮੇਰੇ ਨਾਲ ਮੌਜੂਦ ਹੀ ਗਿਆਨ ਨੇ ਔਰ ਗੱਲ ਹੋ ਰਹੀ ਹੈ ਦੇਸ਼ ਪੰਜਾਬ ਦੇ ਉਹਨਾਂ ਮਿਹਨਤ ਕਸ਼ਾਂ ਦੀ ਉਹਨਾਂ ਮਜ਼ਦੂਰਾ ਕਿਸਾਨਾਂ ਦੀ ਜਿਨ੍ਹਾਂ ਦੇ ਕਰਕੇ ਸਾਡੇ ਟੇਬਲ ਦੇ ਉੱਤੇ ਰੋਟੀ ਆਉਂਦੀ ਹੈ ਔਰ ਜਿਨ੍ਹਾਂ ਦੇ ਕਰਕੇ ਸਾਰਾ ਸਿਸਟਮ ਚੱਲਦਾ ਹੈ ਉਹਨਾਂ ਦੇ ਕਿਹੜੇ ਹਕੂਕ ਨੇ ਔਰ ਕਿਵੇਂ ਲੱਭ ਸਕਦੇ ਨੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਫੇਰ ਗੁਫਤਗੂ ਦਾ ਸਿਲਸਿਲਾ ਜੋੜਨੇ ਡਾਕਟਰ ਸਾਹਿਬ ਇੱਕ ਪਾਸੇ ਜਿੱਥੇ ਵੇਖਿਆ ਕਿ ਬੰਦੇ ਕੰਮ ਕਰਦੇ ਨੇ ਔਰ ਛੋਟੇ ਬੱਚੇ ਕੰਮ ਕਰਦੇ ਨੇ ਹੁਣ ਥੋੜਾ ਜਿਹਾ ਬੱਚੀਆਂ ਜਿਹੜੀਆਂ ਨੇ ਔਰਤਾਂ ਜਿਹੜੀਆਂ ਨੇ ਉਹ ਵੀ ਬਹੁਤ ਜ਼ਿਆਦਾ ਮਜ਼ਦੂਰੀ ਕਰ ਰਹੀਆਂ ਨੇ ਉਹਨਾਂ ਲਈ ਕੋਈ ਸਪੈਸ਼ਲ ਪੈਕੇਜ ਕੋਈ ਇੱਕ ਸੈਕਟਰ ਜਾਂ ਸੈਸ਼ਨ ਬਣਾ ਲਿੱਤਾ ਗਿਆ ਹੈ ਜਾਂ ਕੋਈ ਅਸਰ ਆਂਦਾ ਕਿ ਉਹ ਆਸਾਨੀ ਨਾਲ ਆਪਣਾ ਮੁੱਦਾ ਪੇਸ਼ ਕਰ ਸਕਣ ਔਰ ਹਰ ਜਗ੍ਹਾ ਨੂੰ ਡੀਲ ਕਰਨਾ ਪਵੇ ਇਸਰਾਂ ਦਾ ਇਹ ਬਿਲਕੁਲ ਇੱਕ ਤੇ ਉਹਨਾਂ ਦੇ ਜਿਹੜੇ ਸਾਡੇ ਲੇਬਰ ਦੇ ਕਾਨੂੰਨ ਨੇ ਉਹਦੇ 'ਚ ਬਹੁਤ ਸਾਰੇ ਐਸੇ ਕਾਨੂੰਨ ਨੇ ਜਿਹੜੇ ਔਰਤਾਂ ਦੇ ਬਾਰੇ 'ਚ ਜਾਂ ਊਮਨ ਵਰਕਰਸ ਦੇ ਬਾਰੇ 'ਚ ਖਾਸ ਸਪੈਸੀਫਿਕ ਨੇ ਇਹ ਮਖसूस ਨੇ ਜੇ ਮੈਟਰਨਿਟੀ ਲੀਵ ਦੇ ਹਵਾਲੇ ਨਾਲ ਜਿਹੜੇ ਕਾਨੂੰਨ ਨੇ ਜੀ ਉਹ ਸਾਰੇ ਅਸੀਂ ਉਹਦਾ ਇੰਪਲੀਮੈਂਟ ਕਰਾਉਨੇ ਆ ਕਿ ਛੁੱਟੀ ਕਦੋਂ ਮਿਲਣੀ ਹੈ ਬੱਚੇ ਦੀ ਪਦਾਇਸ਼ ਤੋਂ ਬਾਅਦ ਕਿੰਨੀ ਦਿਨ ਛੁੱਟੀ ਹੋਏਗੀ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਵਰਕਿੰਗ ਆਰਸ ਨੇ ਕਿਸ ਤਰ੍ਹਾਂ ਹੋਣਗੇ ਅਗਰ ਕਿਸੇ ਔਰਤ ਨੇ ਕਿਸੇ ਫੈਕਟਰੀ ਚ ਕੰਮ ਕਰਨਾ ਹੈ ਤੇ ਉਹਨਾਂ ਦੇ ਉੱਥੇ ਜਿਹੜੇ ਰਾਈਟਸ ਨੇ ਵੇਜ ਦਾ ਬੜਾ ਸਵਾਲ ਡਾਕਟਰ ਸਾਹਿਬ ਵੇਜ ਦੀ ਉਹਨਾਂ ਦੀ ਪੂਰੀ ਜਿਹੜੀ ਕਿ ਬੰਦਿਆਂ ਤੋਂ ਘੱਟ ਮਿਲਦੀ ਹੈ ਇਹ ਵੀ ਇੱਕ ਮੁੱਦਾ ਆ ਰਿਹਾ ਸਰ ਆਂਦਾ ਹੈ ਮਗਰ ਉਹ ਕੰਬਾਈਨ ਹੀ ਆਂਦਾ ਯਾਨੀ ਅਗਰ ਕੋਈ ਘੱਟ ਮਿਲ ਰਹੀ ਹੈ ਤੇ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਹੀ ਮਿਲ ਰਹੀ ਦੋਵਾਂ ਨੂੰ ਹੀ ਦੋਵੇਂ ਪਾਸੇ ਆਂਦਾ ਮਗਰ ਦੂਸਰਾ ਉਹਨਾਂ ਦੇ ਵਰਕਿੰਗ ਆਰਸ ਦੇ ਹਵਾਲੇ ਨਾਲ ਉਹਨਾਂ ਦੀ ਵਰਕਪਲੇਸ ਤੇ ਸੇਫਟੀ ਔਰ ਖਾਸ ਤੌਰ ਤੇ ਉਹਨਾਂ ਦੇ ਵਾਲੇ ਨਾਲ ਹਾਈਜਨ ਦੇ ਵਾਲੇ ਨਾਲ ਜਿਹੜੇ ਵਾਸ਼ਰੂਮ ਸੈਪਰੇਟ ਹੋਣੇ ਚਾਹੀਦੇ ਨੇ ਉਹਦੇ ਵਾਲੇ ਨਾਲ ਸਾਡਾ ਬੜਾ ਸਪੈਸੀਫਿਕ ਕਾਨੂੰਨ ਹੈ ਕੋਸ਼ਿਸ਼ ਹੈ ਕਿ ਵੀ ਉਸ ਤਰ੍ਹਾਂ ਹੋਏ ਫਿਰ ਅਗਰ ਕੋਈ ਵਰਕਿੰਗ ਊਮਨ ਆਪਣਾ ਬੱਚਾ ਲੈ ਆਂਦੇ ਨੇ ਤੇ ਉਥੇ ਫੈਕਟਰੀ ਦੇ ਵੀ ਡੇ ਕੇਅਰ ਸੈਂਟਰ ਦੇ ਵਾਲੇ ਨਾਲ ਜਿਹੜਾ ਉਹ ਅਸੀਂ ਇੰਪਲੀਮੈਂਟ ਕਰਾਣੇ ਆ ਪੂਰੇ ਔਰ ਜਿੰਨੇ ਵੀ ਉਹ ਕਾਨੂੰਨ ਨੇ ਉਹ ਮੌਜੂਦ ਨੇ ਉਹਦੇ ਨਾਲ ਨਾਲ ਅਸੀਂ ਇੰਪਲੀਮੈਂਟੇਸ਼ਨ ਕਰਾਣੇ ਆ ਫੈਕਟਰੀਆਂ 'ਚ ਵੀ ਪੱਠਿਆਂ ਦੇ ਉੱਤੇ ਵੀ ਅਸੀਂ ਇੱਕ ਸਕੀਮ ਨੂੰ ਸ਼ੁਰੂ ਕੀਤੀ ਹੈ ਕਿ ਲਾਜ਼ਮੀ ਸੈਪਰੇਟ ਵਾਸ਼ਰੂਮ ਔਰਤਾਵਾਂ ਵਾਸਤੇ ਹੋਵੇ ਇੱਕ ਸਾਫ਼ ਪੀਣ ਦਾ ਪਾਣੀ ਸਾਰੇ ਆਸਤੇ ਔਰਤਾ ਸਮੇਤ ਔਰ ਦੂਸਰਾ ਜਿੱਥੇ ਲੇਡੀਜ਼ ਕੰਮ ਕਰਦੀਆਂ ਨੇ ਉਥੇ ਉਹਨਾਂ ਵਾਸਤੇ ਸੈਪਰੇਟ ਵਾਸ਼ਰੂਮ ਹੈ ਜਿਹੜੇ ਪੈਟਰੋਲ ਪੰਪਸ ਨੇ ਇੱਥੇ ਵੀ ਹੁਣ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪੈਟਰੋਲ ਪੰਪ ਤੇ ਸੈਪਰੇਟ ਵਾਸ਼ਰੂਮ ਜ਼ੋਨ ਵਾਸ਼ਰੂਮ ਜ਼ੋਨ ਪਹਿਲੇ ਤੇ ਵਾਸ਼ਰੂਮ ਜ਼ੋਨ ਔਰ ਫਿਰ ਉਹ ਕਲੀਨ ਹੋਵੇ ਕਲੀਨ ਔਰ ਸੈਪਰੇਟ ਸੈਪਰੇਟ ਰਹੀ ਤਾਂ ਕਿ ਜਿਹੜੀ ਬੇਸਿਕੀ ਨੀਡ ਹੈ ਉਹ ਪੂਰੀ ਹੋ ਸਕੇ ਬਾਕੀ ਉਹਨਾਂ ਦੀ ਮਿਨੀਮਮ ਵੇਜ ਹੈ ਉਹਨਾਂ ਦੇ ਵਰਕਿੰਗ ਆਰਸ ਨੇ ਵਰਕਿੰਗ ਕੰਡੀਸ਼ਨਸ ਨੇ ਫਿਰ ਇਹ ਕਿ ਅਗਰ ਕਿਸੇ ਦੀ ਰਾਤ ਦੀ ਡਿਊਟੀ ਹੈ ਤੇ ਉਹਨਾਂ ਦੀ ਸੇਫਟੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਘਰ ਆਣਾ ਜਾਣਾ ਫੈਕਟਰੀ ਦੀ ਟਰਾਂਸਪੋਰਟ ਉਹਨੂੰ ਕਿਸ ਤਰ੍ਹਾਂ ਚੜ੍ਹਨੀ ਹੈ ਐ ਸਾਰੀਆਂ ਚੀਜ਼ਾਂ ਸੀ ਇੰਪਲੀਮੈਂਟ ਕਰਾ ਰਹੇ ਇੱਕ ਗੱਲ ਹੈ ਕਿ ਕਾਨੂੰਨ ਹੈ ਨੇ ਉਹਨਾਂ ਤੇ ਇੰਪਲੀਮੈਂਟ ਹੋ ਰਿਹਾ ਹੈ ਪਰ ਸਪੈਸ਼ਲੀ ਜਿਹੜੇ ਘਰੇਲੂ ਮੁਲਾਜ਼ਮੀਆਂ ਨੇ ਜੇਕਰ ਔਰਤਾਂ ਦੀ ਗੱਲ पे ਕਰਨੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਵਾਸਤੇ ਇਹ ਕਾਨੂੰਨ ਹੈ ਉਹਨਾਂ ਦੀ ਅਵੇਰਨੈਸ ਵਾਸਤੇ ਵੀ ਕੋਈ ਕੰਮ ਹੋ ਰਿਹਾ ਹੈ ਇਹ ਕਾਨੂੰਨ ਤੇ ਦੇਖੋ ਨਾ ਜੀ ਪੂਰਾ ਉਹਦੇ ਵਿੱਚ ਅਵੇਰਨੈਸ ਦਾ ਵੀ ਪਹਿਲੂ ਇਹ ਹਰ ਚੀਜ਼ ਬਣ ਗਿਆ ਹੈ ਮਗਰ ਜਿਸ ਤਰ੍ਹਾਂ ਮੈਂ ਦੱਸਿਆ ਉਹ ਹਾਲੀ ਰੀਸੈਂਟ ਪਾਸ ਇਸ ਸਾਲ ਹੀ ਹੋਇਆ ਸੀ ਉਹਨਾਂ ਸੀ ਜਿੰਨੇ ਵੀ ਸਾਡੇ ਐਨ ਜੀਓਜ਼ ਨੇ ਜਾਂ ਗਵਰਨਮੈਂਟ ਦੇ ادارے ਨੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨਾਲ ਮਿਲ ਕੇ ਅਸੀਂ ਇੱਥੇ ਅਵੇਰਨੈਸ ਦਈਏ ਇਕ ਦੂਸਰਾ ਹੈ ਕਿ ਉਸ ਕਾਨੂੰਨ ਦੇ ਉੱਤੇ ਮਜ਼ੀਦ ਅਮਲ ਦਰਾਮਦ ਹੋਏ ਯਾਨੀ ਉਹਦੇ ਵਾਸਤੇ ਅਸੀਂ ਰਜਿਸਟ੍ਰੇਸ਼ਨ ਦਾ ਅਮਲ ਸ਼ੁਰੂ ਕੀਤਾ ਕਿ ਸਾਨੂੰ ਪਤਾ ਤੇ ਲੱਗੇ ਨਾ ਕੌਣ ਕੌਣ ਡੋਮੈਸਟਿਕ ਵਰਕਰ ਹੈ ਯਾਨੀ ਉਹਨਾਂ ਦੀ ਰਜਿਸਟ੍ਰੇਸ਼ਨ ਅਸੀਂ ਕਰ ਰਹੇ ਹਾਂ ਪੂਰਾ ਇੱਕ ਸਰਵੇ ਕਰ ਰਹੇ ਹਾਂ ਪੂਰੀ ਰਜਿਸਟ੍ਰੇਸ਼ਨ ਕਰ ਰਹੇ ਫਿਰ ਅਸੀਂ ਉਹਨਾਂ ਦਾ ਇੱਕ ਕਾਰਡ ਸਿਸਟਮ ਸ਼ੁਰੂ ਕਰਾਂਗੇ ਜਿਹਦੇ ਚ ਉਹਨਾਂ ਨੂੰ ਹੈਲਥ ਦਾ ਇੱਕ ਕਾਰਡ ਮਿਲੇਗਾ ਔਰ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਜਾਏਗੀ ਕਿ ਇਹ ਫਲਾਨਾ ਹੈ ਇੱਥੇ ਕੰਮ ਕਰਦੇ ਨੇ ਫਿਰ ਉਹਨਾਂ ਦਾ ਵੇਜ ਸਟਰਕਚਰ ਵੀ ਇੰਪਲੀਮੈਂਟ ਹੋਏਗਾ ਉਹਨਾਂ ਦੇ ਵਰਕਿੰਗ ਆਰ ਵੀ ਇੰਪਲੀਮੈਂਟ ਹੋਣਗੇ ਇਹ ਦੋ ਯਾਨੀ ਅਸੀਂ ਸਟੇਜ ਬਾਈ ਸਟੇਜ ਸਟੈਪ ਬਾਈ ਸਟੈਪ ਸ਼ੁਰੂ ਕੀਤਾ ਆਇਆ ਹੈ ਜਾਰੀ ਗੱਲ ਇਹ 60 70 ਸਾਲ ਤੱਕ ਇੱਕ ਚੀਜ਼ ਮੌਜੂਦ ਨਹੀਂ ਸੀ ਵਿਚਾਰੇ ਐਵੇਂ ਕੰਮ ਕਰ ਰਹੇ ਸਨ ਮਗਰ ਹੁਣ ਕਾਨੂੰਨ ਬਣਨ ਨਾਲ ਚੀਜ਼ਾਂ ਬਣਨ ਨਾਲ ਅੱਗੇ ਉਹਦਾ سلسلہ ਚੱਲ ਪਿਆ ਹੈ ਰਜਿਸਟ੍ਰੇਸ਼ਨ ਵਿੱਚ ਡਾਕਟਰ ਸਾਹਿਬ ਨਾਲ ਹੀ ਅਗਰ ਦੱਸ ਦੇਈ ਕਿ ਕਿਵੇਂ ਕੋਈ ਕਰ ਸਕਦਾ ਹੈ ਅਗਰ ਟੀਮ ਨਹੀਂ ਪਹੁੰਚਦੀ ਜਾਂ ਇਹਨੇ ਨਹੀਂ ਪਹੁੰਚਣ ਗਿਆ ਸਾਡਾ ਸਰਵੇ ਸ਼ੁਰੂ ਹੋਣ ਲੱਗਾ ਹੈ ਕਾਰ ਕਰ ਜਾ ਕੇ ਉਹ ਡੋਮੈਸਟਿਕ ਵਰਕਰਸ ਦੀ ਤਫਸੀਲ ਲੈਣ ਦੀ ਹੈ ਉਸ ਤੋਂ ਬਾਅਦ ਅਸੀਂ ਉਹ ਪੂਰਾ 5-6 ਮਹੀਨੇ ਦਾ ਪ੍ਰੋਸੈਸ ਕਰਕੇ ਸਾਡੇ ਕੋਲ ਪੂਰਾ ਡਾਟਾ ਆ ਜਾਏਗਾ ਫਿਰ ਉਹਦੀ ਬੇਸ ਤੇ ਅਸੀਂ ਕਰਾਂਗੇ ਮਗਰ ਸਾਡੀ ਗੱਲ ਇਹ ਉਹਦੇ ਚ ਵੀ ਕਈ ਵਈ ਮੁਸ਼ਕਿਲਾਂ ਹਨ ਕਿਉਂਕਿ ਡੋਮੈਸਟਿਕ ਵਰਕਰਸ ਬੜੇ ਫਲੂਇਡ ਜਿਹਾ ਸਿਸਟਮ ਹੁੰਦਾ ਨਾ ਇੱਕ ਕਾਮ ਕਰਿਆ ਨੇ ਕੋਈ ਡੋਮੈਸਟਿਕ ਵਰਕਰ ਕਿਸੇ ਦੇ ਘਰ ਹੋ ਸਕਦਾ ਦੋ ਮਹੀਨੇ ਬਾਅਦ ਉਹ ਛੱਡ ਜਾਂ। ਹੋਰ ਕਿਧਰੇ ਚਲੇ ਜਾਂ ਉਹ ਕਿਸੇ ਵੱਲ ਅਸੀਂ ਸਿਰਫ ਇਹ ਉਥੋਂ ਦਾ ਕੀਤਾ ਆਏ ਉਹਨਾਂ ਚੀਜ਼ਾਂ ਨੂੰ ਅਸੀਂ ਨਾਲ-ਨਾਲ ਕੈਟਰ ਕਰ ਰਹੇ ਹਾਂ ਤਾਂ ਕਿ ਅਗਰ ਕੋਈ ਛੱਡ ਗਿਆ ਜਾਂ ਪਤਾ ਲੱਗ ਗਿਆ ਕਿੱਥੇ ਆਈਡੀ ਕਾਰਡ ਨੰਬਰ ਜਿਹੜਾ ਉਹ ਡਾਟਾ ਕਰਕੇ ਉਹ ਸਾਰਾ ਅਸੀਂ ਉਹਨੂੰ ਟ੍ਰੈਕ ਟ੍ਰੈਕਿੰਗ ਉਹਦੀ ਟ੍ਰੇਸਿੰਗ ਕਰਾਂਗੇ ਤੇ ਉਮੀਦ ਹੈ ਇਨਸ਼ਾਅੱਲਾ ਸਾਲ ਦੇ ਅੰਦਰ ਅਸੀਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਬੁਨਿਆਦੀ ਸਿਸਟਮ ਹੈ ਉਹਨਾਂ ਦੀ ਰੈਕਗਨੀਸ਼ਨ ਉਹਨਾਂ ਦੀ ਅਵੇਅਰਨੈਸ ਉਹ ਕਿਦਾਂ شکایت ਇੱਥੇ ਕਰਨਾ ਹੈ ਉਹਨਾਂ ਨੇ ਉਹਨਾਂ ਸਾਰਾ ਸਿਲਸਿਲਾ ਉਹਨਾਂ ਨੂੰ ਜਿੰਨੇ ਵੀ ਇੱਕ ਸਿਸਟਮ ਦੇ ਤਹਿਤ ਬਾਕੀ ਲੇਬਰਰਸ ਨੂੰ ਕੋਕਾਸਲ ਨੇ ਉਨਾਂ ਨੂੰ ਮਿਲੇ ਬਿਲਕੁਲ ਅੱਛਾ ਡਾਕਟਰ ਸਾਹਿਬ ਦੁਬਈ ਐਕਸਪੋ ਦੀ ਅਗਰ ਗੱਲ ਕਰੀਏ ਉੱਥੇ ਇਸ ਦਫਾ ਹੈਸ਼ਟੈਗ ਚਲਾਇਆ ਗਿਆ ਪੰਜਾਬ ਈਜ਼ ਦੇ ਨਾਮ ਤੌਰ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਇਸ ਸੂਬੇ ਦੇ ਵਿੱਚ ਕਾਰੋਬਾਰ ਕਰ ਸਕਨੇ ਆਂ ਔਰ ਪਾਕਿਸਤਾਨ 'ਚ ਕਾਰੋਬਾਰ ਕਰ ਸਕਨੇ ਆਂ ਇਸ ਹਵਾਲੇ ਨਾਲ ਥੋੜਾ ਜਿਹਾ ਮਜ਼ੀਦ ਅਵੇਅਰ ਕਰੋ ਸਰਾਨੋ ਕਿ ਤੁਹਾਡਾ ਡਿਪਾਰਟਮੈਂਟ ਇਹ ਨਾਲ ਕਿਸ ਤਰ੍ਹਾਂ ਕਨੈਕਟਡ ਹੈ ਔਰ ਲੋਕਾਂ ਨੂੰ ਛੋਟੇ ਕਾਰੋਬਾਰ ਕਰਨ 'ਚ ਕਿਵੇਂ ਆਸਾਨੀ ਦਿੱਤੀ ਜਾ ਰਹੀ ਹੈ ਯੋਦੈ ਦੇਖੋ ਅਸੀਂ ਇੱਕ ਤੇ ਹੋਮ ਬੇਸ ਵਰਕਰ ਦਾ ਵੀ ਐਕਟ ਆ ਗਿਆ ਹੈ। ਹਮਮ ਹੋਮ ਬੇਸ ਵਰਕਰਸ ਤੋਂ ਮਰਾਦ ਉਹ ਵਰਕਰਸ ਨੇ ਜਿਹੜੇ ਸਮਾਲ ਕਾਟੇਜ ਇੰਡਸਟਰੀ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਘਰਾਂ 'ਚ ਬੈਠੇ ਕੋ ਜੁੱਤੀਆਂ ਬਣਾ ਰਿਆ ਕੋ ਕੱਪੜਿਆਂ ਦਾ ਕੰਮ ਕਰ ਰਿਆ ਕੋ ਕੜਾਈ ਦਾ ਬੀਬੀਆਂ ਕੰਮ ਕਰ ਰਹੀਆਂ ਨੇ ਫੂਡ ਵਗੈਰਾ ਦਾ ਵੀ ਫੂਡ ਦਾ ਪ੍ਰੋਸੈਸਿੰਗ ਦਾ ਮਲਟੀਪਲ ਬਿਜ਼ਨੈਸਸ ਨੇ ਤੁਸੀਂ ਜਿੰਨੇ ਵੀ ਨਾਮ ਲਲੋ ਉਹਨਾਂ ਸਾਰਿਆਂ ਦਾ ਵੀ ਇੱਕ ਨੈਟਵਰਕ ਅਸੀਂ ਪੂਰਾ ਬਣਾ ਰਹੇ ਹਾਂ ਕਿ ਉਹਨਾਂ ਦੇ ਕੀ-ਕੂ ਹੋਣਗੇ ਉਹਨਾਂ ਨੂੰ ਕੀ ਮਰਾਤ ਮਿਲ ਸਕਦੀਆਂ ਨੇ। ਉਹਨਾਂ ਦੇ ਬੱਚੇ ਕਿੱਥੇ تعلیم حاصل ਕਰ ਸਕਦੇ ਨੇ ਉਹਨਾਂ ਦੇ ਡੋਮੈਸਟਿਕ ਵਰਕਰਸ ਵੀ ਜਿਵੇਂ ਅਸੀਂ ਪਹਿਲੇ ਕੱਲ ਕੀਤੀ ਉਹਨਾਂ ਵਾਸਤੇ ਵੀ ਉਹਨਾਂ ਦੇ ਬੱਚਿਆਂ ਵਾਸਤੇ ਜਿਹੜੇ ਸਾਡੇ ਵਰਕਰ ਵੈਲਫੇਅਰ ਸਕੂਲ ਹੈਗੇ ਨੇ ਬਕਾਇਦਾ ਹਰ ਜ਼ਿਲ੍ਹੇ ਚ ਲੇਬਰਰਸ ਦੇ ਵਰਕਰਸ ਦੇ ਸਕੂਲ ਨੇ ਔਰ ਉੱਥੇ ਫ੍ਰੀ ਆਫ ਕਾਸਟ ਐਜੂਕੇਸ਼ਨ ਹੈ ਫ੍ਰੀ ਯੂਨੀਫਾਰਮ ਹੈ ਫ੍ਰੀ ਟਰਾਂਸਪੋਰਟ ਹੈ ਉਹ ਚੀਜ਼ਾਂ ਉਹਨਾਂ ਨੂੰ ਵੀ ਮਿਲਣੀਆਂ ਸ਼ੁਰੂ ਹੋਣ ਗਿਆ ਤੇ ਉਹ ਸਵਾਲੇ ਨਾਲ ਜਿਹੜਾ ਈਜ਼ ਆਫ ਡੂਇੰਗ ਬਿਜ਼ਨਸ ਦਾ ਕਨਸੈਪਟ ਹੈ ਕਿ ਬਹੁਤ ਸਾਰੇ ਸਰਕਾਰੀ ਧਾਰੀ ਅਗਰ ਤੁਸੀਂ ਕੋਈ ਕੰਮ ਸਟਾਰਟ ਕਰਦੇ ਹੋ ਉਹ ਵਿੱਚ ਆ ਜਾਂਦੇ ਨੇ ਐਨਓਸੀਜ਼ ਦੇ حوالے ਨਾਲ ਕਿ ਜੀ ਸਾਡੇ ਵਿਭਾਗੇ ਕੋਲ ਵੀ ਐਨਓਸੀ ਲੋ ਉਹ ਸਾਨੂੰ ਵੀ ਪੁੱਛੋ ਸਾਨੂੰ ਵੀ ਉਹ ਬੰਦਾ ਕੋਈ ਪੰਜੀਤੀ ਵਿਭਾਗ ਵਿੱਚ ਘਿਰ ਜਾਂਦਾ ਹੈ ਔਰ ਉਹ ਬਿਜ਼ਨਸ ਕੀ ਸਟਾਰਟ ਹੁੰਦਾ ਉਹ ਖੱਪ ਜਾਂਦਾ ਹੈ ਐਨਓਸੀ ਔਰ ਮੁਖਤਲਫ ਜਿਹੜੀਆਂ ਰੈਗੂਲੇਸ਼ਨਸ ਨੇ ਉਹਦੇ ਵਿੱਚ ਅਸੀਂ ਤੇ ਆਪਣੇ ਵਿਭਾਗ ਦੀਆਂ ਬਹੁਤ ਸਾਰੀਆਂ ਰੈਗੂਲੇਸ਼ਨਸ ਜਿਹੜੀਆਂ ਗੈਰ ਜ਼ਰੂਰੀ ਜਾਂ ਓਵਰ ਦਾ ਪੀਰੀਅਡ ਵੁਨ ਰਿਕੁਆਇਰਡ ਨਹੀਂ ਆਈਟੀ ਦਾ ਦੌਰ ਆ ਗਿਆ ਸਾਰੀਆਂ ਚੀਜ਼ਾਂ ਇੰਪਰੂਵ ਕਰਕੇ ਯਾਨੀ ਉਹ ਅਸੀਂ ਚੇਂਜ ਕਰ ਦਿੱਤੀਆਂ ਨੇ ਔਰ ਉਸੇ کوشش ਕੀਤੀ ਹੈ ਕਿ ਜਿਹੜੀ ਮਿਨਿਮਮ ਚੀਜ਼ ਦੀ ਰਿਕੁਆਇਰਮੈਂਟ ਬੜੀ ਹੀ ਜ਼ਰੂਰੀ ਹੋ ਵਿੱਚ ਆਵੇ ਜਿਹੜੀ ਐਸੀਆਂ ਚੀਜ਼ਾਂ ਗੈਰ ਜ਼ਰੂਰੀ ਸਨ ਉਹ ਪ੍ਰਾਈਮ ਮਿਨਿਸਟਰ ਨੇ ਬਕਾਇਦਾ ਮੀਟਿੰਗਾਂ ਚੇਅਰ ਕੀਤੀਆਂ ਨੇ ਚੀ ਮਿਨਿਸਟਰ ਨੇ ਔਰ ਬੜਾ ਪ੍ਰਾਈਮ ਮਿਨਿਸਟਰ ਦਾ ਐਸੇ ਤੇ ਫੋਕਸ ਹੈ ਇਮਰਾਨ ਖਾਨ ਸਾਹਿਬ ਦਾ ਜੀਨੀਜ਼ ਆਫ ਡੂਇੰਗ ਬਿਜ਼ਨਸ ਹੋਏ ਤਦ ਇਹ ਉੱਥੇ ਵੀ ਪ੍ਰੋਟ੍ਰੇ ਕੀਤਾ ਗਿਆ ਹੈ ਕਿ ਇਨਵੈਸਟਰ ਫ੍ਰੈਂਡਲੀ ਕੰਟਰੀ ਹੈ ਜਿਹੜਾ ਵੀ ਬੰਦਾ ਅਗਬਾਰੋਂ ਵੀ ਇਨਵੈਸਟਰ ਆਏ ਉਹ ਆਸਾਨੀ ਨਾਲ ਇੱਥੇ ਕਾਰੋਬਾਰ ਸਟੈਬਲਿਸ਼ ਕਰ ਸਕੇ ਮਗਰ ਇਹ ਵੀ ਮੈਂ ਤਾਂ ਜ਼ਰੂਰ ਯਾਦ ਕਰਾਵਾਂਗਾ ਕਿ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਲਾਜ਼ਮੀ ਨੇ ਕਰਨੀਆਂ ਪੈਣ ਸਿਰਫ ਅਸੀਂ ਈਜ਼ ਆਫ ਡੂਇੰਗ ਬਿਜ਼ਨਸ ਇਚ ਲੇਬੋਰਸ ਦੇ ਬੋਸਾਰੇ ਹਕੂਕੀ ਨਾ ਮਿਸ ਕਰਦੇ ਹੀ ਕਿ ਉਹ ਤਰ੍ਹਾਂ ਨਾ ਪੂਰੀ ਦੇ ਹੋਣ ਉਹਨਾਂ ਨੂੰ ਪੂਰਾ ਚੀਜ਼ਾਂ ਨਾ ਚਲਾ ਰਹੇ ਹੋ ਤੇ ਅਸੀਂ ਉਹ ਵੀ ਸਾਈਡ ਦੇਖਣੀ ਹੈ ਕਿ ਉਹ ਚੀਜ਼ਾਂ ਵੀ ਸਹੀ ਤਰੀਕੇ ਨਾਲ ਇੰਪਲੀਮੈਂਟ ਹੋਣ ਔਰ ਇਹ ਵੀ ਸਾਈਡ ਦੇਖਣੀ ਹੈ ਕਿ ਉਹਦਾ ਨਾ ਕੀ ਈਜ਼ ਆਫ ਡੂਇੰਗ ਬਿਜ਼ਨਸ ਈਜ਼ ਵੀ ਦਾ ਵੇਅ ਔਰ ਚੈੱਕ ਐਂਡ ਬੈਲੈਂਸ ਚੈੱਕ ਐਂਡ ਬੈਲੈਂਸ ਵੀ ਦਾ ਵੇਅ ਬਿਲਕੁਲ ਚੈੱਕ ਐਂਡ ਬੈਲੈਂਸ ਬੁਕਾ ਦੇ ਆਂਗੇ ਤੁਹਾਡਾ ਵੀ ਕੰਮ ਖਰਾਬ ਹੀ ਬਹੁਤ ਸ਼ੁਕਰ ਰੱਖ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਟਾਈਮ ਕੱਢਿਆ ਔਰ ਕਾਫੀ ਅਵੇਅਰਨੈ ਇਹ ਸਵਾਲ ਨਾਲ ਦਿੱਤੀ ਹੈ ਕਿ ਮਜ਼ਦੂਰ ਕਿਸਾਨ ਦੇ ਜਿਹੜੇ ਹਕੂਕ ਨੇ ਉਹ ਹਕੂਮਤ ਕਿਵੇਂ ਉਹਦਾ ਖਿਆਲ ਰੱਖ ਰਹੀ ਹੈ ਔਰ ਮਜ਼ੀਦ ਰੱਖਦੀ ਰਹੇਗੀ ਔਰ ਮਜ਼ੀਦ ਅਸੀਂ ਸੋਨੇ ਔਰ ਵਧੀਆ ਦਿਨ ਵੇਖਾਂਗੇ ਬਹੁਤ ਸ਼ੁਕਰੀਆ ਫਿਰ ਕਿਸੇ ਦਿਨ ਇਕੱਠੇ ਹੋ ਕੇ ਬਹਾਂਗੇ ਫਿਰ ਟੇ ਸਾਰੀਆਂ ਗੱਲਾਂ ਕਰਾਂਗੇ ਬਹੁਤ ਪਿਆਰ ਜੀ ਨਾਜ਼ਰੀਨ ਹੁਣ ਵਿਦਾ ਹੋ ਗਿਆ ਕਿ ਨਿੱਕੀ ਜੀ ਬ੍ਰੇਕ ਦਾ ਬ੍ਰੇਕ ਮੁੜ ਕੇ ਵਾਪਸ ਆਵਾਂਗੇ ਹੋਰ ਟੇ ਸਾਰੀਆਂ ਗੱਲਾਂ ਕਰਾਂਗੇ ਰਹਿਣਾ ਸਾਡੇ ਨਾਲ ਜੀ ਅਲੀ ਉਸਮਾਨ ਬਾਜਵਾ ਔਰ ਸੁਹੇਰਾ ਸਾਜੇ ਦਲੋਂ ਇੱਕ ਵਾਰੀ ਫੇਰ ਜੀ ਆਇਆਂ ਨੂੰ ਕਹਾਂਗੇ ਅੱਜ ਦਾ ਮਹਿਮਾਨ ਬੜਾ ਵਧੀਆ ਤਰੀਕੇ ਨਾਲ ਚੱਲਦਾ ਪਿਆ ਔਰ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਬ੍ਰੇਕ ਤੋਂ ਪਹਿਲੇ ਅਸੀਂ ਗੱਲ ਕਰ ਰਹੇ ਸਾਂ ਨਮਾਣਿਆਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਜਿੱਥੇ ਉਹਨਾਂ ਨੂੰ ਹਕੂਕ ਦੀ ਲੋੜ ਹੈ ਉੱਥੇ ਹੀ ਉਹਨਾਂ ਦੀ ਗੱਲ ਕਰਨ ਦੀ ਵੀ ਲੋੜ ਹੈ ਇੱਕ ਜ਼ਮਾਨੇ ਦੇ ਵਿੱਚ ਪਹਿਲੇ ਪਹਿਲ ਦੀ ਗੱਲ ਕਰੀਏ ਅਗਰ ਪੰਜਾਬ ਦੀ ਤਿਹਸਰਾਂ ਦੇ ਵੱਡੇ ਸੂਫੀ ਬਾਬੇ ਔਰ ਸ਼ਾਇਰ ਲੰਘੇ ਨੇ ਜਿਹੜੇ ਨਮਾਣਿਆਂ ਦੀ ਗੱਲ ਕਰਦੇ ਸਨ ਨਮਾਣਾ ਬਣ ਕੇ ਯਾ ਨਮਾਣੀ ਬਣ ਕੇ ਗੱਲ ਕਰਦੇ ਸਨ ਇਸੇ ਵੱਲੋਂ ਨਾਲ ਸਾਡਾ ਸੂਫੀ ਸੈਗਮੈਂਟ ਹੈ ਗਿਆ ਔਰ ਹਮੇਸ਼ਾ ਦੀ ਤਰ੍ਹਾਂ ਸਾਡੀਆਂ ਪ੍ਰੋਣੀਆ ਮਤਲਬ ਕਿ ਪ੍ਰੋਣੀਆ ਤੇ ਨਹੀਂ ਕਹਿਣਾ ਚਾਹੀਦਾ ਸਾਡੇ ਘਰ ਦਾ ਜੀ ਹੈਗੀਆਂ ਨੇ ਡਾਕਟਰ ਸੁਗਰਾ ਸਦਰ ਸਾਹਿਬਾ ਸਟੂਡੀਓ ਵਿੱਚ ਮੌਜੂਦ ਨੇ ਅਸਲਾਮੁਅਲੈਕਮ ਡਾਕਟਰ ਸਾਹਿਬਾ ਵਾਲੇਕਮ ਸਲਾਮ कैसी ਤਬੀਅਤ ਹੈ ਕਰਮ ਸ਼ੁਕਰ ਅੱਜਕੱਲ ਤੇ ਸਮੋਗ ਦੇ ਕਰਕੇ ਬੜੇ ਮਸਾਇਲ ਵੀ ਚੱਲਦੇ ਨੇ ਬੜੇ ਤੇ ਉਹਦੇ ਨਾਲ ਤੁਸੀਂ ਘਰਾਰੇ ਵਗੈਰਾ ਜਾਂ ਜੀ ਬਾਕੀ ਚੀਜ਼ਾਂ ਨਾ ਕਰਕੇ guzara karde ho ਬਿਲਕੁਲ ਮੈਂ ਤੇ ਹਰ ਵੇਲੇ ਉਹ ਨਾ ਆਪਣਾ ਮਾਸਕ ਪਾਨੀ ਆ ਕਿਉਂਕਿ ਇਤਨੀ ਜਿਹੜੀ ਫਜ਼ਾਹ ਚ ਗੰਦਗੀ ਹੈ ਉਹਦੇ ਸਾਹ ਲੈਣਾ ਬੜਾ ਔਖਾ ਹੁੰਦਾ ਹੈ ਹਮਮ ਔਰ ਦੁਆ ਵੀ ਕਰਨੀ ਹੈ ਕਿ ਅੱਲਾਹ ਕਰੇ ਛੇਤੀ ਨਾਲ ਰਹਿਮਤ ਦਾ ਬਦਲ ਭਰੇ ਤੇ ਸਾਡੇ ਜਾਣ ਤੇ ਸਾਰੇ ਪੰਜਾਬ ਚ ਹਰ ਤਰ੍ਹਾਂ ਦੀ ਵਿਵਹਾਜ ਆਏ ਹਰ ਤਰ੍ਹਾਂ ਦੇ ਇਨਸ਼ਾ ਅੱਲਾਹ ਜੀ ਖਾਜਾ ਫਰੀਦ ਸਾਹਿਬ ਦੇ حوالے ਨਾਲ ਜੇ ਗੱਲਬਾਤ ਕਰਨੀ ਹੈ ਇਹਨਾਂ ਦੇ حوالے ਨਾਲ ਥੋੜੀ ਜੀ ਗੱਲ ਚੋ ਅਸੀਂ ਪਹਿਲੇ ਵੀ ਕਿਉਂਕਿ ਗੱਲ ਕਰ ਚੁੱਕੇ ਹਾਂ ਤਾਂ ਵੈਸੇ ਖਾਜਾ ਫਰੀਦ ਤੇ ਲੇਕਿਨ ਕੁਝ ਕੁਝ ਦਿਨ ਪਹਿਲੇ ਉਹਨਾਂ ਦਾ ਉਸ ਹੋਇਆ ਔਰ ਪਿਲਾਕ ਚ ਵੀ ਕਾਨਫਰੰਸ ਹੋਈ ਤੇ ਇਸ ਸਵਾਲ ਨਾਲ ਅਸੀਂ ਅੱਜ ਗੱਲ ਕਰ ਰਹੇ ਹਾਂ ਉਹਨਾਂ ਦੇ ਬਾਰੇ ਚ ਖਾਜਾ ਫਰੀਦ ਸਾਡੀ ਸੂਫੀ ਲੜੀ ਦੇ ਉਹ ਸੋਹਣੇ ਸ਼ਾਇਰ ਨੇ ਕਿ ਜਿਨ੍ਹਾਂ ਨੂੰ ਇੱਕ ਰਮਾਨਵੀਅਤ ਹੈ ਦੇ ਹਵਾਲੇ ਕਿਉਂਕਿ ਸੂਫੀ ਤੇ ਗੱਲ ਤੇ ਸ਼ਲੋਕ ਦੀ ਕਰਦਾ ਹੈ ਨਾ ਲੇਕਿਨ ਉਹਦਾ ਜਿਹੜਾ ਇੱਕ ਅੰਦਾਜ਼ ਹੈ ਇੱਕ ਉਹਦਾ ਜਿਹੜਾ ਇੱਕ ਸਟਾਈਲ ਹੈ ਇੱਕ ਉਹਦੀ ਲੋਕਾਂ ਤੇ ਇੱਕ ਰੱਪਣ ਦੀ ਆਪਣੀ ਗੱਲ ਜਿਹੜੀ ਹੈ ਉਹਨੂੰ ਕਹਿਣ ਦਾ ਢੰਗ ਹੈ ਉਹ ਇਤਨਾ ਇਤਨਾ ਮਿੱਠਾ ਹੈ ਇਤਨਾ ਖੂਬਸੂਰਤ ਹੈ ਕਿ ਦਿਲ ਚੁੱਤਰ ਜਾਂਦਾ ਹੈ ਔਰ ਇਸ ਵਾਲੇ ਨਾਲ محبت ਦੀ ਗੱਲ ਜਿਹੜੀ ਹੈ ਉਹ ਜਿਸ ਤਰ੍ਹਾਂ ਖਾਜਾ ਫਰੀਦ ਨੇ ਕੀਤੀ ਹੈ ਸ਼ਾਇਦ ਹੀ ਕਿਸੇ ਹੋਰ ਸੂਫੀ ਸ਼ਾਇਰ ਨੇ ਕੀਤੀ ਹੋਵੇ ਤੇ ਬਹੁਤ ਸੋਹਣੇ ਸ਼ਾਇਰ ਔਰ ਸੂਫੀ ਲੜੀ ਦੇ ਆਖਰੀ ਸ਼ਾਇਰ ਮੰਨੇ ਜਾਂਦੇ ਨੇ ਤੇ ਕੋਟ ਮਿਠਣ ਕਰਮਾ ਭਾਗਾ ਦਾ ਉਹ ਇਲਾਕਾ ਹੈ ਕਿ ਜਿੱਥੇ ਉਹਨਾਂ ਨੇ ਡੇਰਾ ਲਾਇਆ ਔਰ ਤੁਸੀਂ ਵੀ ਗਏ ਹੋਵੋਗੇ ਕੋਟ ਮਿਠਣ ਤੁਸੀਂ ਦੇਖਿਆ ਹੋਣਾ ਹੈ ਕਿ ਕਿਤਨਾ ਉਹ ਇੱਕ ਅਹ ਖੁਸ਼ਕ ਔਰ ਅਜੀਬ ਤਰ੍ਹਾਂ ਦੀ ਫਿਜ਼ਾ ਹੈ ਕਿ ਸਖਤ ਜ਼ਿੰਦਗੀ ਹੈ ਉੱਥੇ ਔਰ ਮੈਂ ਕਈ ਵਾਰੀ ਇਹ ਗੱਲ ਕਹਿਨੀ ਆ ਕਿ ਰੱਬ ਆਪਣੇ ਨੇਕ ਬੰਦਿਆਂ ਨੂੰ ਅਜ਼ਮਾਇਸ਼ਾਂ ਚ ਬੜਾ ਲੰਘਾਂਦਾ ਹੈ ਰਿਆਸਤਾਂ ਚ ਔਰ ਇਹਨਾਂ ਥਾਵਾਂ ਤੇ ਭੇਜਦਾ ਹੈ ਜਿੱਥੇ ਕਿ ਉਹਨਾਂ ਨੂੰ ਫਿਰ ਇਜ਼ਾਦ ਦੇ ਅੰਦਰ ਵੀ ਚਿੱਲੇ ਕੱਟਣੇ ਪੈਣੇ ਨੇ ਤੇ ਬਾਹਰ ਵੀ ਤੇ ਉੱਥੇ ਜਾ ਕੇ ਉਹਨਾਂ ਨੇ ਉੱਥੇ ਦੇ ਲੋਕਾਂ ਦੀ ਗੱਲ ਕੀਤੀ ਉਹਨਾਂ ਦੀ ਜ਼ੁਬਾਨ ਚ ਗੱਲ ਕੀਤੀ ਉਸ ਲੈਂਡਸਕੇਪ ਦੀ ਗੱਲ ਕੀਤੀ ਔਰ ਫੇਰ ਉਹਨਾਂ ਮਹਿਰੂਮੀਆਂ ਦੀ ਗੱਲ ਕੀਤੀ ਉਹਨਾਂ ਰੰਗਾਂ ਦੀ ਗੱਲ ਕੀਤੀ ਉਹ ਸਾਰੀਆਂ ਗੱਲਾਂ ਨੂੰ ਆਪਣੀ ਸ਼ਾਇਰੀ ਦਾ ਮੌਸਾ ਇੱਕ ਲੈਂਡਸਕੇਪ ਔਰ ਰੰਗਾਂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਕਿਉਂ ਨਾ ਅਸੀਂ ਰੰਗਾਂ ਵੱਲ ਮੁੜ ਕੇ ਜਾਈਏ ਔਰ ਵੇਖੀਏ ਕਿ ਕੈਨਵਸ ਤੇ ਉੱਤੇ ਕੀ ਬਣਿਆ ਤੇ ਉਧਰ ਥੋੜਾ ਜਿਆਦਾ ਧਿਆਨ ਕਰਨੇ ਹੈ ਗੋ ਕਰਨੇ ਆ ਜੀ ਜਨਾਬ ਕਿਥੋਂ ਤੱਕ ਲੈਂਡਸਕੇਪ ਕਿਥੋਂ ਤੱਕ ਸਾਡਾ ਵਸੇਬ ਜਿਹੜਾ ਪਹੁੰਚਿਆ ਕੀ ਬਣਾ ਰਿਹਾ ਜੀ ਬਿਲਕੁਲ ਜਿਹੜਾ ਪੰਜਾਬ ਦਾ ਕਲਚਰ ਸ਼ੁਰੂ ਕੀਤਾ ਸੀ ਹੁਣ ਜਿਹੜੀਆਂ ਪੰਜਾਬ ਦੀਆਂ ਮਟਿਆਰਾਂ ਸਨ ਜਿਹੜੀਆਂ ਕਾਰਾਂ ਚ ਪਹਿਲੇ ਕੰਮ ਕਰਦੀਆਂ ਹਾਂ ਫਿਰ ਖੇਤਾਂ ਜਾਂਦੀਆਂ ਸਨ ਜਿਹੜਾ ਕੈਜ ਕਲ ਰਿਵਾਜ ਬਿਲਕੁਲ ਖਤਮ ਹੁੰਦਾ ਜਾ ਰਿਹਾ ਉਹ ਵੀ ਕਰਦੀਆਂ ਹਾਂ ਹੁਣ ਬਿਲਕੁਲ ਨਹੀਂ ਕਰ ਰਹੇ ਹੁਣ ਤੇ ਆਂਦੇ ਆਂਦੀ ਆਏ ਤੁਸੀਂ ਕੰਮ ਸ਼ੁਰੂ ਕਰੋ ਸਾਨੂੰ ਸਿਖਾਓ ਅੱਛਾ ਹੈ ਕਿਉਂਕਿ ਖੇਤਾਂ ਖੁਦ ਕੰਮ ਕਰ ਰਹੀ ਹੁੰਦੀ ਸਨ ਤੇ ਉਹਨਾਂ ਦਾ ਕਲਚਰ ਜਿਹੜਾ ਸਾਡਾ ਕੁਝ ਖੇਚ ਕੰਮ ਕਰਕੇ ਵਾਪਸ ਆ ਰਹੀਆਂ ਨੇ ਕੋਈ ਜਾ ਰਹੀਆਂ ਨੇ ਔਰ ਇਹ ਤਕਰੀਬਨ ਸੈਕੰਡ ਟਾਈਮ ਦਾ ਯਾਨੀ ਕਿ 3 ਤੋਂ 4 ਦਾ ਟਾਈਮ ਹੈ ਹਾਂ ਉਹ ਤੁਸੀਂ ਬਿਲਕੁਲ ਸੱਚਾ ਰੰਗ ਤੁਸੀਂ ਬਣਾਇਆ ਵਜ੍ਹਾ ਹੈ ਵੇ ਕਿ ਇਨਾ ਮੁਟਿਆਰਾਂ ਬਗੈਰ ਪੰਜਾਬ ਨਹੀਂ ਜੇ ਚੱਲਦਾ ਔਰ ਅੱਜ ਵੀ ਕਰ ਰਹੀਆਂ ਨੇ ਤੇ ਪੰਜਾਬ ਟੁਰਦਾ ਪੰਜਾਬ ਚੱਲਦਾ ਬਿਲਕੁਲ ਇਸੇ ਤਰ੍ਹਾਂ ਵਧੀਆ ਤੇ ਮੁੜ ਕੇ ਆਨੇ ਆ ਫਿਰ ਵੇਖਨੇ ਆ ਕਿ ਮੁਟਿਆਰਾਂ ਨੇ ਕਿਹੜਾ ਕਿਹੜਾ ਕੰਮ ਜਿਹੜਾ ਉਹ ਕੀਤਾ ਅੱਛਾ ਬਾਜਵਾ ਸਾਹਿਬ ਮੈਨੂੰ ਵੀ ਇਹਨਾਂ ਦੀ ਤਸਵੀਰ ਤੇ ਗੱਲ ਯਾਦ ਆਈ ਖਾਜਾ ਫਰੀਦ ਦੇ ਵਾਲਾ ਜੀ ਕਿ ਉਹਨਾਂ ਨੇ ਸ਼ਾਇਰੀ ਜਿਹੜੀ ਇਹਨੂੰ ਇੱਕ ਔਰਤ ਬਣ ਕੇ ਕੀਤੀ ਹੈ ਜੀ ਜੀ ਔਰ ਇੱਕ ਔਰਤ ਵੀ ਕਿ ਜਿਹੜੀ ਹਿਜਰ ਦੀ ਮਾਰੀ ਹੋਈ ਹੈ ਹਮ ਕਿ ਜਿਹਦਾ ਮਹਿਬੂਬ ਬੜੀ ਦੂਰ ਹੈ ਔਰ ਉਹ ਡਾਡਾ ਵਿਛੋੜਾ ਡਾਡਾ ਵਿਛੋੜਾ ਔਰ ਉਹ ਜਿਹੜੀ ਹੈ ਨਾ ਉਡੀਕਦੀ ਇਹ ਹਰ ਵੇਲੇ ਉਡੀਕਦੀ ਹੈ ਔਰ ਜਿਹੜੀ ਉਹਦੀ ਉਡੀਕ ਹੈ ਨਾ ਆਸ ਹੈ ਉਮੀਦ ਹੈ ਉਹਨੂੰ ਰੋਹੀ ਦੀ ਤੱਤੀ ਰੇਤ ਦੁੜਾਂਦੀ ਰਹਿੰਦੀ ਹੈ ਲੇਕਿਨ ਉਹ مایੋਸ ਨਹੀਂ ਹੁੰਦੀ ਔਰ ਖਾਬ ਤੱਕਦੀ ਹੈ ਉਹਨਾਂ ਦਿਨਾਂ ਦੇ ਜਦੋਂ ਪੀਲੂ ਪੱਕਣ ਨਹੀਂ ਆ ਤੇ ਫਿਰ ਉਹ ਰਲ ਕਿਚੜਨਗੇ ਯਾਨੀ ਉਹਦੇ ਵਿੱਚ ਇੱਕ ਸੁਨੇਹਾ ਹੈ ਤੇ ਹਾਜ਼ਰ ਫਰੀਦ ਦੇ ਸ਼ਾਇਰੀ ਦਾ ਕਮਾਲ ਇਹ ਹੈ ਕਿ ਉਹਨਾਂ ਦੇ ਹਿਜਰ ਵਿੱਚ ਵੀ ਮਿਠਾਸ ਹੈ ਯਾਨੀ ਉਹਨਾਂ ਜਿਹੜੀ ਹਿਜਰ ਦੀ ਗੱਲ ਕੀਤੀ ਹੈ ਅੱਜ ਮੇਰਾ ਕਾਲਮ ਜਪਿਆ ਜਿਹੜਾ ਉਹਦਾ ਉਨਵਾਨ ਹੈ ਕਿ ਆ ਮਿਲ ਮਾਹੀ ਮੈਂ ਮੰਦੀ ਆ ਕਿ ਮੈਂ ਬਿਮਾਰ ਆ ਤੇ ਮੈਨੂੰ ਮਿਲ ਯਾਨੀ ਮੇਰੀ ਬਿਮਾਰੀ ਜਿਹੜੀ ਹੈ ਉਹ ਤੇਰੀ ਦੀਦ ਨਾਲ ਜੁੜੀ ਹੋਈ ਹੈ ਅਗਰ ਮੈਂ ਤੈਨੂੰ ਦੇਖ ਲਾਂਗੀ ਤੇ ਮੈਂ ਤੰਦਰੁਸਤ ਹੋ ਜਾਾਂਗੀ ਅਸਲ ਵਿੱਚ ਇਹ ਇਨਸਾਨ ਦੀ ਰੂਹ ਦੀ ਗੱਲ ਹੈ ਔਰ ਉਹਦੀ ਗੱਲ ਨੂੰ ਅਗਰ ਸੂਫੀ ਜਿਹੜਾ ਹੈ ਖੋਲ ਕੇ ਬਿਆਨ ਕਰਨਾ ਲੱਗ ਜਾਏ ਤਾਂ ਇੱਕ ਬਿਲਕੁਲ ਭਾਸ਼ਣ ਲੱਗੇਗਾ ਔਰ ਇੱਕ ਬਿਲਕੁਲ ਐਸੀ ਤਬਲੀਗ ਉਹਦੇ ਲਈ ਤਾਫਤ ਕਿਤੇ ਮੁੱਕ ਜਾਈਗੀ ਔਰ ਉਹ ਇਸ ਤਰ੍ਹਾਂ ਦੀ ਗੱਲ ਲੱਗੇਗੀ ਕਿ ਜਿਹਨੂੰ ਸ਼ਾਇਦ ਲੋਕ ਸੁਣਨਾ ਦੂਜੀ ਵਾਰ ਸੁਣਨਾ ਵੀ ਪਸੰਦ ਨਾ ਕਰਨ ਇਸ ਲਈ ਸਾਡੇ ਬਾਬਿਆਂ ਨੇ ਇਹਨੂੰ ਕੈਪਸੂਲ ਵਿੱਚ ਜਿਹੜਾ ਨਾ ਰੁਮਾਨ ਦਾ ਕੈਪਸੂਲ ਇੱਡਾ ਸੋਹਣਾ ਬਣਾਇਆ ਉਹਦੇ ਵਾਸਤੇ ਕਿ ਉਹਨੂੰ ਜਿੰਨੀ ਵਾਰੀ ਸੁਣੀਏ ਕਿਉਂਕਿ ਸਾਰੇ ਸਿਆਣੇ ਜਾਣਦੇ ਨੇ ਕਿ ਆਖਰ ਉਹਦੇ ਵਿੱਚ ਜਿਹੜਾ ਹੈ

हां ये ਤੁਸੀਂ ਦੇਖੋ ਨਾ ਕਿ ਜਿਹੜੇ ਸਾਡੇ ਬਾਬੇ ਨੇ ਖাজা ਸਾਹਿਬ ਕਿਉਂਕਿ ਇੱਕ ਤਰ੍ਹਾਂ ਦੇ ਆਖਰੀ ਸੂਫੀ ਸ਼ਾਇਰ ਅਸੀਂ ਉਹਨਾਂ ਨੂੰ ਗਿਣਨੇ ਆਂ ਵੈਸੇ ਤੇ 1845 ਚ ਪੈਦਾ ਹੋਏ ਨੇ ਮੀਆਂ ਮੁਹੰਮਦ ਬਖਸ਼ 1830 ਚ ਪੈਦਾ ਹੋਏ ਨੇ ਤੇ ਲੇਕਿਨ ਇਹਨਾਂ ਦੀ ਕਿਉਂਕਿ ਫੌਤ ਇਹ ਪਹਿਲਾਂ ਹੋ ਗਈ ਸਨ ਉਹਨਾਂ ਤੋਂ ਮੀਆਂ ਮੁਹੰਮਦ ਬਖਸ਼ ਤੋਂ ਫੌਤ ਪਹਿਲਾਂ ਹੋ ਗਈ ਸਨ ਇਸ ਲਈ ਅਸੀਂ ਬਾਅਦ ਕਾ ਮੀਆਂ ਮੁਹੰਮਦ ਬਖਸ਼ ਨੂੰ ਕਹਿੰਦੇ ਆ ਕਿ ਆਖਰੀ ਸ਼ਾਇਰ ਤੇ ਇਹ ਸਾਡੇ ਜਿੰਨੇ ਵੀ ਸੂਫੀ ਸ਼ਾਇਰ ਨੇ ਉਹਨਾਂ ਨੇ ਆਪਣੀ ਮਾਂ ਬੋਲੀ ਯਾਨੀ ਆਪਣੀ ਧਰਤੀ ਦੀ ਬੋਲੀ 'ਚ ਗੱਲ ਕੀਤੀ ਤਾਂ ਹੀ ਉਹਨਾਂ ਦੀ ਗੱਲ ਹੀ ਉਹਨਾਂ ਦੀ ਗੱਲ ਵਿੱਚ ਮਿਠਾਸ ਹੈ ਤਾਸੀਰ ਹੈ ਜਦੋਂ ਵੀ ਉਹਨਾਂ ਨੇ ਦੂਜੀ ਜ਼ਬਾਨ 'ਚ ਗੱਲ ਕੀਤੀ ਉਹਦੇ 'ਚ ਇੱਕ ਤਸੰਨੋਜ ਆ ਗਿਆ ਔਰ ਇੱਕ ਬਨਾਵਟ ਜੀ ਆ ਗਈ ਹੈ ਇੱਕ ਉਹਦੇ ਉਹਦਾ ਰੰਗ ਜਿਹੜਾ ਨਾ ਉਹ ਖਿਲਰਿਆ ਨਹੀਂ ਹੈ ਔਰ ਤੁਸੀਂ ਬਹੁਤ ਸਾਰੇ ਅਤਾ ਕਿ ਮੀਆਂ ਮੁਹੰਮਦ ਬਖਸ਼ ਨੇ ਵੀ ਲਿਖਿਆ ਉਰਦੂ ਜੇ ਲੇਕਿਨ ਉਹ ਤੁਸੀਂ ਪੜੋ ਉਹਨਾਂ ਦੇ ਤੁਸੀਂ ਬਿਲਕੁਲ ਵੀ ਅਜੀਬ ਤਰ੍ਹਾਂ ਦੇ ਮਖਮਸੇ ਚ ਪਈ ਆ ਹਾਂ ਕਿ ਉਹਨਾਂ ਦਾ ਇਕਲਾਮ ਹੈ ਹਾਲਾਂਕਿ ਬਕਾਇਦਾ ਉਹਨਾਂ ਦੇ ਚਿੱਠੀਆਂ ਲਿਖੀਆਂ ਹੋਈਆਂ ਨੇ ਸਾਰਾ ਲੇਕਿਨ ਉਹਦੇ ਵਿੱਚ ਉਹ ਜਿਹੜੀ ਮਿਠਾਸ ਨਹੀਂ ਹੈ ਉਹਦੇ ਵਿੱਚ ਉਹ ਅਸਰ ਨਹੀਂ ਤੇ ਮੈਨੂੰ ਸਮਝ ਨਹੀਂ ਆ ਕਿ ਉਹਨਾਂ ਦੇ ਉਰਦੂ ਕਲਾਮ ਨੂੰ ਐਸੇ ਲਈ ਤਵੱਜੋ ਨਹੀਂ ਮਿਲੀ ਕਦੇ ਕਿਸੇ ਹਵਾਲਾ ਨਹੀਂ ਦਿੱਤਾ ਇਸ ਲਈ ਕਿ ਉਹਨਾਂ ਦਾ ਜਿਹੜਾ ਮਾਂ ਬੋਲੀ ਦਾ ਕਲਾਮ ਹੈ ਉਹ ਇਤਨਾ ਉੱਚਾ ਤੇ ਸੱਚਾ ਹੈ ਕਿ ਉਹ ਫਿਰ اپنی جکڑ ہی نہیں ਛੱਡਦਾ کہ وہ کسی او سے اور پاسے جائے نہیں ہے نا اسੇ ਧਿਆਨ ਕਰ سکے আজকাল ਦੇ ਬੱਚੇ ਸਿੰਬਲਿਜ਼ਮ ਦਾ ਜਿਹੜੀ ਟਰਮ ਹੈਗੀ ਉਹ ਬੜੀ ਜਾਣਦੇ ਨੇ ਉਹਦੇ ਬਾਰੇ ਗੱਲ ਵੀ ਕਰਦੇ ਨੇ ਸਾਡੇ ਵੜਕੇ ਆਣੇ ਬਾਬੇ ਆਣੇ ਬੜੀ ਪਹਿਲੇ ਇੱਕ علامਤੀ ਚੀਜ਼ਾਂ ਲਿਖੀਆਂ ਔਰ ਬਣਾਈਆਂ ਤੇ ਬਾਬਾ ਜੀ ਦੇ ਹਵਾਲੇ ਨਾਲ ਦੱਸੋ ਕਿ ਇਹਨਾਂ ਦਾ ਜਿਹੜਾ ਜਿਹੜਾ علਾਮਤੀ ਪੂਰਾ ਇੱਕ ਨਿਯਾਮ ਹੈ ਉਹ ਕੀ ਹੈ ਜਿਵੇਂ ਪੀਲੂ ਦਾ ਅਸੀਂ ਜ਼ਿਕਰ ਕੀਤਾ ਪੀਲੂ ਪੱਕੀਆਂ ਨਹੀਂ ਆ ਚਨੂਰ ਅਲਿਆਰ ਇਦਾ ਵੀ ਉਸ ਦਾ ਜ਼ਿਕਰ ਕੀਤਾ ਇਸ ਤੋਂ ਇਲਾਵਾ ਕਿਹੜੇ ਸਿੰਬਲਸ ਉਹਨਾਂ ਬਣਾਏ ਕਿਹੜੇ ਉਹਨਾਂ ਨੇ ਚੀਜ਼ਾਂ ਕੀਤੀ ਤੁਸੀਂ ਦੇਖੋ ਕਿ ਸਾਰੇ ਸੂਫੀਆਂ ਨੇ ਇਲਾਮਤਾਂ ਦੇ ਰਾਹੀਂ ਗੱਲ ਕੀਤੀ ਹੈ ਔਰ ਇਹ ਸੂਫੀਆਂ ਦੀ ਵਡਿਆਈ ਇਹ ਵੀ ਹੈ ਕਿ ਇਹਨਾਂ ਨੇ ਇਲਾਮਤਾਂ ਆਪਣੀ ਧਰਤੀ ਤੋਂ ਲਈਆਂ ਨੇ ਯਾਨੀ ਇਹਨਾਂ ਇਲਾਮਤਾਂ ਕਿਸੇ ਸਮੁੰਦਰ ਪਾਰੋਂ ਕਿਸੇ ਬੜੇ ترقی یافتਾ ਮਲਕੋਂ ਨਹੀਂ ਲਈਆਂ ਜਾਂ ਪਹਿਲਾਂ ਤੋਂ ਰਾਇਜ ਜਿਸ ਤਰ੍ਹਾਂ ਅਸੀਂ ਫਾਰਸੀ ਸ਼ਾਇਰੀ ਦਾ ਅਸਰ ਤੱਕਨੇ ਆਪਣੀ ਪੰਜਾਬੀ ਸ਼ਾਇਰੀ ਗੋਲ ਬਲਬਲ ਵੇਖ ਦੇ ਲੈਣੇ ਜੀ ਹਾਂ ਬਿਲਕੁਲ ਔਰ ਖਾਸ ਤੌਰ 'ਤੇ ਜਿਹੜੀ ਸਾਡੀ ਫਾਰਸੀ ਸ਼ਾਇਰੀ ਹੈ ਉਹਦਾ ਬੜਾ ਅਸਰ ਹੈ ਪੰਜਾਬੀ ਸ਼ਾਇਰੀ ਤੇ ਲੇਕਿਨ ਇਲਾਮਤਾਂ ਘੇੜੀਆਂ ਲਈਆਂ ਗਿਆ ਸਾਰੀਆਂ ਔਰ ਸਾਰਾ ਜਿਹੜਾ ਉਹ ਮਨਜ਼ਰਨਾਮਾ ਤਸ਼ਕੀਲ ਦਿੱਤਾ ਗਿਆ ਜਿਹੜੇ ਦੁੱਖ ਸੁੱਖ ਬਿਆਨ ਕੀਤੇ ਗਏ ਉਹ ਇੱਥੇ ਦੇ ਲੋਕਾਂ ਦੇ ਤੇ ਖਾਜਾ ਫਰੀਦ ਦੀਆਂ ਲਾਮਤਾਂ ਜਿਹੜੀਆਂ ਨੇ ਉਹ ਤੇ ਖਸੂਸੀ ਤੌਰ ਤੇ ਉਸ ਖਾਸ ਇਲਾਕੇ ਦੀਆਂ ਜਿੱਥੇ ਉਹ ਰਹਿੰਦੇ ਸਨ ਮਸਲ ਰੋਹੀ ਨੂੰ ਉਹਨਾਂ ਨੇ ਬੜਾ ਵਰਤਿਆ ਰੋਹੀ ਦੇ ਵਾਲਾਂ ਨਾਲ ਬੜੀ ਗੱਲ ਕੀਤੀ ਹੈ ਰੋਹੀ ਦੇ ਤੇ ਜਿਹੜਾ ਇੱਕ ਦੁੱਖ ਦਾ ਸਮਾਂ ਆਂਦਾ ਹੈ ਜਦੋਂ ਉੱਥੇ ਬਿਲਕੁਲ بارش ਨਹੀਂ ਹੁੰਦੀ ਉਦੋਂ ਉਨੂਕਿਲ ਕਿਹੜੇ ਦੁੱਖਾਂ ਨਾਲ ਜੋੜਿਆ ਹੈ ਤਤੜੀ ਦੇ ਦੁੱਖਾਂ ਨਾਲ ਜੋੜਿਆ ਹੈ ਔਰ ਜਦੋਂ ਬਾਰਿਸ਼ ਹੁੰਦੀ ਹੈ ਉਹ ਉਹ ਕੀ ਹਾਲ ਹੈ ਉਹ ਵੀ ਰੂਹ ਦੀ ਇੱਕ ਨਹਾਲ ਹੋਣ ਦਾ ਵੇਲਾ ਹੈ ਫਿਰ ਪੀਲੂ ਹੈ ਇਸੇ ਤਰ੍ਹਾਂ ਹੀ ਜਿਹੜੀ ਰੱਬ ਨਾਲ ਔਰਤ ਬਣ ਕੇ ਗੱਲ ਕਰਨਦਾ ਹੈ ਇਹ ਵੀ ਇੱਕ ਇਲਾਮਤੀ ਨਿਜ਼ਾਮ ਹੈ ਪੂਰਾ ਕਿਉਂਕਿ ਇੱਕ ਆਸ਼ਿਕ ਔਰ ਮਸ਼ੂਕ ਦੀ ਗੱਲ ਕਰਨਾ ਔਰ ਇੱਕ ਨਾਜ਼ ਅੰਦਾਜ਼ ਨਾਲ ਰੱਬ ਨਾਲ ਗੱਲ ਕਰਨਾ ਇਹ ਬਾਬਾ ਫਰੀਦ ਦੀ ਇੱਕ ਖੂਸੀਅਤ ਹੈ ਜਿਸ ਦੀ وجہ ਤੋਂ ਉਹਨਾਂ ਦੀ ਸ਼ਾਇਰੀ ਦਾ ਜਿਹੜਾ ਉਗਣਵਾ ਸਾਨੂੰ ਰੰਗ ਹੈ ਉਹ ਦਿਸਦਾ ਹੈ ਤੇ ਇੱਕ ਲੈਂਡਸਕੇਪ ਜਦੋਂ ਅਸੀਂ ਦੇਖਨੇ ਆ ਉਹਨਾਂ ਦੀ ਸ਼ਾਇਰੀ ਦਾ ਲਾਮਤੀ حوالے ਨਾਲ ਤੇ ਸਾਨੂੰ ਇੱਥੇ ਬਹਿ ਕੇ ਲਾਹੌਰ ਵੀ ਪੀਲੂ ਪਕੀਆਂ ਤੇ ਉਹ ਰੋਹੀ ਤੇ ਉਹ ਸਾਰਾ ਕੁਝ ਦਿਸਣ ਲੱਗ ਪੈਂਦਾ ਮੈਂ ਜਦੋਂ ਪਹਿਲੀ ਵਾਰੀ ਕੋਟ ਮਟਣ ਗਈ ਤੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਇੱਥੇ ਕਈ ਵਾਰੀ ਆਈਆਂ ਇਸ ਲਈ ਕਿ ਉਹ ਅੱਖਰ ਬੋਲਦੇ ਅੱਖਰ ਨੇ ਨਾ ਸੱਚੇ ਅੱਖਰ ਨੇ ਔਰ ਮੈਨੂੰ ਇਹ ਕਿ ਸ਼ਾਇਦ ਇਹ ਮੈਂ ਚੀਜ਼ਾਂ ਸਾਰੀਆਂ ਦੇਖ ਚੁੱਕੀ ਹਾਂ ਆਪਣੇ ਆਪਣੇ ਤਸਵੁਰਾਤ ਚ ਆਪਣੇ ਕਿਸੇ ਕਿਸੇ ਆਪਣੀ ਖਾਬ ਚ ਕਹਾਣੀ ਚ ਤੇ ਉਹ ਸਾਰੀਆਂ ਚੀਜ਼ਾਂ ਮਨੂ ਕਲੈਕਟਿਵ ਅਨਕੌਨਸ਼ੀਅਸ ਜਿਹੜਾ ਸਾਡਾ ਪੰਜਾਬੀਆਂ ਦਾ ਸ਼ਾਇਦ ਉਹਦੇ ਵਿੱਚ ਕਿਤੇ ਚਲਾ ਗਈ ਹੋਏਗਾ ਤੇ ਮੈਨੂੰ ਲੱਗਦਾ ਕਿ ਮੈਂ ਦੇਖ ਚੁੱਕੀ ਹਾਂ ਇਸ ਲਈ ਉਹ ਬੜਾਈ ਤਾਕਤਵਰ ਹੈ ਔਰ ਬਹੁਤ ਖੂਬਸੂਰਤ ਹੈ ਤੁਹਾਡੇ ਮੁਤਾਬਿਕ ਖਾਜਾ ਸਾਹਿਬ ਕਿਹੜੀ ਹਸਤੀ ਤੋਂ متاثر ਨਜ਼ਰ ਆਉਂਦੇ ਨੇ ਖਾਜਾ ਸਾਹਿਬ ਬੁਨਿਆਦੀ ਤੌਰ ਤੇ ਤੁਸੀਂ ਦੇਖੋ ਕਿ ਉਹਨਾਂ ਦਾ ਕਿਉਂਕਿ 18ਵੀਂ ਔਰ 19ਵੀਂ ਸਦੀ ਹੈ ਔਰ ਉਹਦੇ ਵਿੱਚ बहुत सारे बहुत मतलब जमाना काफ़ी तरक्की कर गया सी किताबा लिखिया लिया जा एक दूसरे तक अपना बड़ा आसान सी और लेकिन ख्वाजा गुलाम फरीद जड़े ने ਖਾਜਾ ਉਹਨਾਂ ਦਾ ਬੁਨਿਆਦੀ ਤੌਰ ਤੇ ਨਾਮ ਹੈ ਖਾਜਾ ਗੁਲਾਮ ਫਰੀਦ ਉਹ ਬਾਬਾ ਫਰੀਦ ਤੋਂ ਸਭ ਤੋਂ ਜ਼ਿਆਦਾ متاثر ਸਨ ਔਰ ਉਹਨਾਂ ਦਾ ਨਾਮ ਵੀ ਗੁਲਾਮ ਫਰੀਦ ਰੱਖਿਆ ਗਿਆ ਸੀ ਯਾਨੀ ਜਿਹੜੇ ਆ ਪਾਕਪਤਨ ਵਾਲੇ ਬਾਬਾ ਫਰੀਦ ਨੇ ਉਹਨਾਂ ਦਾ ਗੁਲਾਮ ਔਰ ਇਹਨਾਂ ਦੀ ਵਡਕੀ ਜਿਹੜੇ ਨੇ ਉਹ ਵੀ ਉਹਨਾਂ ਨਾਲ ਬੜੀ ਮੁਹੱਬਤ ਕਰਦੇ ਸਨ ਤੇ ਖਾਜਾ ਫਰੀਦ ਵੀ ਆਪਣੀ ਸਾਰੀ ਯਾਤਿ ਉਹਨਾਂ ਨਾਲ ਬੜੀ ਮੁਹੱਬਤ ਕਰਦੇ ਰਹੇ ਨੇ ਇਸ ਤੋਂ ਇਲਾਵਾ ਇਹਨਾਂ ਦੀ ਹਿਆਤੀ ਦੀਆਂ ਜਿਸ ਤਰ੍ਹਾਂ ਅਸੀਂ ਅੱਜਕੱਲ ਗੱਲ ਕਰ ਰਹੇ ਹਾਂ ਕਿ ਇਹਨਾਂ ਨੇ ਬਾਕੀ ਮਜ਼ਾਹਬ ਦੇ ਲੋਕਾਂ ਦਾ ਵੀ ਇਹਨਾਂ ਦੇ ਦਰਬਾਰ ਤੇ ਇਨਾਂ ਦੇ ਜਿਹੜਾ ਡੇਰੇ ਤੇ ਬਹੁਤ ਆਣਾ ਜਾਣਾ ਸੀ ਅੱਤਾ ਕਿ ਇੱਕ ਦਿਨ ਇਹਨਾਂ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਰੋਜ਼ੇ ਤੁਸੀਂ ਤੇ ਕਿ ਹਿੰਦੂ ਜੋੜਾ ਇਹਨਾਂ ਨੂੰ ਮਿਲਣ ਆਇਆ ਔਰ ਉਹਨਾਂ ਨੇ ਕੁਝ ਸਗਾਤ ਲੈ ਕੇ ਆਏ ਤੇ ਉਹ ਸਗਾਤ ਇਹਨਾਂ ਨੇ ਖਾ ਲਈ ਔਰ ਸਾਰੇ ਲੋਕਨ ਰੋਲਾ ਪਾਤਾ ਜਿਸ ਤਰ੍ਹਾਂ ਸਾਡੇ ਅਕਸਰ ਹੁੰਦਾ ਹੈ ਕਿ ਇਹਨਾਂ ਨੇ ਰੋਜ਼ਾ ਭੰਦ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਇੱਕ ਨੂੰ ਤੇ ਰਾਜ਼ੀ ਕਰ ਲਾਂਗਾ ਪਰ ਇਹਨਾਂ ਨੂੰ ਕਿੰਜ ਕਰਾਂਗਾ ਵਾਹ ਵਾਹ ਤਾਂ ਇਹ ਮਤਲਬ ਇਹ ਸਾਡੇ ਸਾਡੇ ਸੂਫੀ ਇਹ ਸਾਡੇ 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 ਬਲੀ ਕਿ ਜਿਹੜੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਟੁਰਦੇ ਸਨ ਔਰ ਖਾਜਾ ਫਰੀਦ ਦੀ ਸ਼ਾਇਰੀ ਦਾ ਅਸੀਂ ਅਗਰ ਪੈਗਾਮ ਦੇਖੀਏ ਵਾਦਤੁਲ ਵਿਜੂਦ ਦਾ ਫਲਸਫਾ ਦੇਖੀਏ ਤੇ ਉਹ ਵਾਦਤੁਲ ਵਿਜੂਦ ਜਿਹੜਾ ਹੈ ਇੱਕ ਤਾਂ ਅਸੀਂ ਪੂਰੀ ਕਾਇਨਾਤ ਦਾ ਵਾਦਤੁਲ ਵਿਜੂਦਨ ਬਾਰੇ ਗੱਲ ਕਰਦੇ ਨਾ ਜਿਹਦੇ ਚ ਸਾਰਾ ਮੰਜ਼ਰ ਨਾਮ ਹੈ ਦਰਖਤ ਨੇ ਬਾਕੀ مخلوقات ਨੇ ਉਲਕਾਈ ਦੀ ਇੱਕ ਵਾਦਤ ਦੀ ਗੱਲ ਕਰਦੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ बबुले शाह ने इक्ो अलफ किया है तो केंद्र ने अलफ इक्ो अम बस वो यार यानी कि अलफ ही है कख भी नहीं सारी दुनिया अलफ है मतलब कि जितने भी इंसान ने वो एक ने अलफ का क्योंकि एक दिया हों तरह उन्होंने बाकी जी कु यार अगर यार कु यार डिटम ਕਿ ਹਰ ਜਲਵੇ ਚ ਹਰ ਸ਼ਹਿ ਚ ਮੈਂ ਰੱਬ ਨੂੰ ਵੇਖਣਾ ਇਸ ਲਈ ਮੈਨੂੰ ਤਾਂ ਕੋਈ ਮਾੜਾ ਬੰਦਾ ਦਿਸਦਾ ਹੀ ਨਹੀਂ ਜਿਹੜੇ ਗੈਰ ਨੇ ਉਹ ਵੀ ਮੈਨੂੰ ਯਾਰ ਨਿਸਦੇ ਨੇ ਤੇ ਇਹ ਸਾਡੇ ਸੂਫੀ ਸਨ ਇਹ ਸਾਡਾ ਫਲਸਫਾ ਸੀ ਇਸ ਧਰਤੀ ਦਾ ਔਰ ਇਹ ਪੈਗਾਮ ਸੀ ਬਿਲਕੁਲ ਔਰ ਸਵਾਣੀ ਬਣ ਕੇ ਗੱਲ ਕਹਿਣਾ ਤੁਸੀਂ ਦੋ ਤਿੰਨ ਦਫਾ ਜ਼ਿਕਰ ਵੀ ਕੀਤਾ ਔਰ ਇਹਦੀ ਰੀਤ ਵੀ ਲੱਭਦੀ ਹੈ ਇਹਦੇ ਵਿੱਚ ਅਸੀਂ ਅਗਰ ਥੋੜਾ ਜਿਹਾ ਹੋਰ ਡੂੰਘਾ ਜਾ ਕੇ ਵੇਖੀਏ ਤੇ ਕੀ ਵਜ੍ਹਾ ਬਣਦੀ ਹੈ ਕਿ ਤੇ ਇਸ ਢੰਗ ਨਾਲ ਗੱਲ ਕਹਿਣ ਦਾ ਤਰੀਕਾ ਔਰ ਫਿਰ ਉਹਦਾ ਅਸਰ ਵੱਧ ਕਿਵੇਂ ਜਾਂਦਾ असल असलच सवाणी जी है ना पहले नंबर से बाबा फरीद तो शुरू कर दो लामत उत्तों ही टुरी ने सारिया के र वा, रूहू वोटी कहना और बाकी चीज़ा काफ़ी सहरे पेके किस दुनिया में पेके अगले जान में सहुरे नंदा छंदा अगू फिर ये लामत डिवैलप हो जहाँ य रब न जी सूफी ने गल की है औरत बन के हम तीस अपने पंजाब की ਇਹ ਤਾਰੀਖ ਦੇਖੋ ਨਾ ਤੇ ਇਹਦੇ ਵਿੱਚ ਜਿਹੜਾ ਮਰਦ ਦੌਰਨ ਦਾ ਰਿਸ਼ਤਾ ਨਾ ਬੜਾ ਮੁਹੱਬਤ ਨਾਲ ਗੁੰਨਿਆ ਹੋਇਆ ਹੈ ਉਹਦੇ ਵਿੱਚ ਉਹ ਕੋਈ ਬਰਾਬਰੀ ਜਾਂ ਕੋਈ ਹਾਕਮ ਮਕੂਮ ਦਾ ਮਸਲਾ ਨਹੀਂ ਹੈ ਕਿ ਅਸੀਂ ਜਿਹੜਾ ਅੱਜ ਅੱਜ ਦੇ ਦੌਰ ਚ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਔਰਤ ਨੂੰ ਕੋਈ ਸ਼ਾਇਦ ਨੀਵਾ ਦਰਜਾ ਦਿੱਤਾ ਜਾਂਦਾ ਹੈ ਕੋਈ ਕਿਸੇ ਦਾ ਵੈਰੀ ਨਹੀਂ ਸੀ ਉਹ ਨਹੀਂ ਉਹ ਨਹੀਂ ਸੀ ਮੁਹੱਬਤ ਦਾ ਦਰਜਾ ਸੀ ਤਾਂ ਕਿ ਤੁਸੀਂ ਹੀਰ ਦੀ ਦਾਸਤਾਨ ਪੜ੍ਹਦੇ ਹੋ ਤੇ ਸਾਰੇ ਫੈਸਲੇ ਹੀਰ ਕਰਦੀ ਹੈ ਉਹਦੀ ਮਾਂ ਕਰਦੀ ਹੈ ਮਲਕੀ ਕਰਦੀ ਹੈ ਔਰ ਉਹਨੂੰ ਬਾਖਤਿਆਰ ਦੱਸਿਆ ਗਿਆ اسرا ਸਾਡੇ ਪੰਜਾਬ ਵਿੱਚ ਮਰਤੇ ਔਰ ਤੇ ਦਰਮਿਆਨ ਬੜਾ ਹੀ ਇੱਕ ਗੂੜਾ ਤਲਕ ਸੀ ਇੱਕ ਆਸ਼ਿਕ ਔਰ ਮਸ਼ੂਕ ਦਾ ਔਰਤ ਆਸ਼ਿਕ ਵੀ ਸੀ ਮਸ਼ੂਕ ਵੀ ਸੀ ਔਰ ਇਹ ਅਸੀਂ ਸ਼ਾਇਦ ਜਿਹੜੀ ਮਸ਼ੂਕ ਦਾ ਇਹ ਇਹ ਹੈ ਇਹ ਅਸੀਂ ਫਾਰਸੀ ਸ਼ਾਇਰੀ ਤੋਂ ਵੀ ਲਿਆ ਹੈ ਔਰ ਹਿੰਦੂਇਜ਼ਮ ਤੋਂ ਵੀ ਲਿਆ ਹੈ ਕੱਠੇ ਰਹਿਆ ਬੜਾ عرصਾ ਤੇ ਅਚਾ ਉਹਦੇ ਚ ਜਿਹੜੀ ਫਿਰ ਇੱਕ ਗਨਾਈਤ ਹੈ ਨਾ ਇੱਕ ਰਚਾਓ ਹੈ ਕਿ ਉਹ ਇੱਕ ਐਸੀ ਆਪਣੇ ਮਹਿਬੂਬ ਦੀ ਚਾਹ ਪੁਜਾਰਨ ਹੈ ਪੁਜਾਰਨ ਦਾ ਰੂਪ ਇਹਦਾ ਕਿ ਜਿੰਨੇ ਆਪਣੀ ਮਨ ਮਰਜ਼ੀ ਸਭ ਕੁਝ ਕੱਢ ਕੇ ਸੁੱਟ ਦਿੰਦਾ ਹੈ ਉਹ ਚੋਲਾ ਪਾਇਆ ਜਿਹੜਾ ਉਹਦੇ ਮਹਿਬੂਬ ਨੂੰ ਚੰਗਾ ਲੱਗਦਾ ਹੈ ਜਿਹੜਾ ਉਹਦੇ ਸਾਜਣ ਨੂੰ ਚੰਗਾ ਲੱਗਦਾ ਹੈ ਉਹਦੇ ਖਾਮਦ ਨੂੰ ਚੰਗਾ ਲੱਗਦਾ ਹੈ ਔਰ ਫਿਰ ਉਹਦੀ ਰਜ਼ਾ ਦੇ ਮੁਤਾਬਕ ਉਹ ਖਾਣਾ ਪਕਾਉਂਦੀ ਹੈ ਉਹਦੀ ਰਜ਼ਾ ਦੇ ਮੁਤਾਬਕ ਕੰਮ ਕਰਦੀ ਹੈ ਔਰ ਕੋਈ ਵੀ ਐਸਾ ਕੰਮ ਨਹੀਂ ਕਰਨਾ ਚਾਹਦੀ ਜਿੱਦ ਨਾਲ ਉਹ ਰੁੱਸ ਜਾਏ ਤੇ ਉਹ ਉਹਦੇ ਉਹਦੇ ਆਲੇ ਦੁਆਲੇ ਰਹਿਣਾ ਉਹਦੀ ਨਜ਼ਰ 'ਚ ਰਹਿਣਾ ਉਹਦਾ ਕਮਾਲ ਹੈ ਸਭ ਤੋਂ ਉਹ ਕਹਿੰਦੀ ਹੈ ਕਿ ਮੈਂ ਮੇਰਾ ਕਮਾਲ ਇਹ ਹੈ ਕਿ ਮੇਰਾ ਸਾਈ ਜਿਹੜਾ ਹੈ ਉਹ ਮੈਨੂੰ ਦੇਖੇ ਔਰ ਮੇਰੀ ਮੌਜੂਦਗੀ ਦਾ ਅਹਿਸਾਸ ਕਰੇ ਹੁਣ ਇਸੇ ਗੱਲ ਨੂੰ ਲੈ ਕੇ ਤੇ ਸੂਫੀ ਨੇ ਆਪਣੇ ਰੱਬ ਨਾਲ ਗੱਲ ਕੀਤੀ ਔਰ ਇਹ ਗੱਲ ਦਰਸਲ ਰੂਹ ਦੀ ਗੱਲ ਹੈ ਰੂਹ ਦੀ ਰੂਹੇ ਮੁਤਲਕ ਨਾਲ ਗੱਲ ਤੁਸੀਂ ਕਹਿ ਲਓ ਲੇਕਿਨ ਉਹ ਜਿਹੜਾ ਰਚਾਉ ਹੈ ਉਹਨੇ ਸੂਫੀ ਦੀ ਸ਼ਾਇਰੀ ਨੂੰ ਵੀ ਖੂਬਸੂਰਤ ਬਣਾਇਆ ਔਰ ਫਿਰ ਰੂਹ ਦੀ ਗੱਲ ਨੂੰ ਕਹਿਣਾ ਵੀ ਆਸਾਨ ਬਣਾਇਆ ਫਿਰ ਉਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਅਸੀਂ ਆਪਣਾ ਜਿਹੜਾ ਕਲਚਰਲ ਰੰਗ ਹੈ ਉਹ ਵੀ ਉਹਦੇ ਵਿੱਚ ਸਮੋ ਸਕੇ ਕਿਉਂਕਿ ਤੁਸੀਂ ਅਗਰ ਵੈਸੇ ਹੀ ਸਿੱਧੇ ਸਿੱਧੇ ਇੱਕ ਮਸਬੀ ਗੱਲ ਕਰੋਗੇ ਤੇ ਕਲਚਰ ਤੇ ਰੰਗ ਨਹੀਂ ਆਏਗਾ ਨਾ ਜਦੋਂ ਕੁੜੀ ਦੀ ਗੱਲ ਕਰੋਗੇ ਔਰਤ ਦੀ ਉਹਦੇ ਸੱਤ ਰੰਗ ਦਾ ਪੋਛਣ ਵੀ ਆਏਗਾ ਔਰ ਉਹਦੇ ਨੰਗੇ ਪੈਰਾਂ ਦੀ ਗੱਲ ਵੀ ਹੋਵੇਗੀ ਕਿ ਉਹਦੀ ਪਾਜ਼ੇਬਾਂ ਦੀ ਗੱਲ ਹੋਵੇਗੀ ਉਹਦੇ ਕਾਂਟਿਆਂ ਦੀ ਗੱਲ ਹੋਵੇਗੀ ਤੇ ਉਹ ਸਾਰਾ ਜਿਹੜਾ ਇੱਕ ਕਲਚਰਲ ਰੰਗ ਹੈ ਉਹ ਵੀ ਉਹਦੇ ਵਿੱਚ ਸਮਾ ਗਿਆ ਔਰ ਉਹਨਾਂ ਦੀ ਵੀ ਮੁxtਲਫ ਜਿਹੜੇ ਨੇ ਨਾ ਮਤਲਬ ਨੇ कि रूह किस कि रियासत चुजरती है यानी औरत जड़ी है वो जी रोही तो रेत दौड़ती है रूह की रियासत है कि वो अपने रब है तो दोबारा उस मिलाप करना चाहती है असल ज गल बाजवा साहब कि इंसान की रूह जी है वो रब तू ही निकली है और दोबारा उ शामिल होना है तो उन्हें, उन्हें बचना है ਇਸਰਾ ਇਹ ਕਿ ਵੀ ਤੁਸੀਂ ਮਿੱਥ ਵੀ ਹੈ ਤੁਸੀਂ ਜਾਣਦੇ ਵੀ ਹੋ ਕਿ ਇਸਲਾਮ ਵਿੱਚ ਵੀ ਹੈ ਕਿ ਔਰਤ ਨੂੰ ਮਰਦ ਦੀ ਪਸਲੀ ਚ ਪੈਦਾ ਕੀਤਾ ਗਿਆ ਔਰ ਜਿਹੜੀ ਯੂਨਾਨੀ ਸਾਡਾ ਫਲਸਫਾ ਉਹਦੇ ਵਿੱਚ ਵੀ ਲਿਖਿਆ ਹੈ ਕਿ ਕਹਿੰਦੇ ਨੇ ਔਰਤ ਤੇ ਮਰਦ ਪਹਿਲਾਂ ਇੱਕੋ ਹੀ ਵਜੂਦ ਸਨ ਫਿਰ ਇਹਨਾਂ ਨੂੰ ਵੰਡ ਕੇ ਦਰਮਿਆਨ ਚ ਦੋ ਕਰਤਾ ਗਿਆ ਮਿਲ ਤੇ ਕਰਦਾ ਹੈ ਕਿ ਤੁਸੀਂ ਬੋਲਦੇ ਜਾਓ ਅਸੀਂ ਸੁਣਦੇ ਰਹਾਂ ਉਹ ਮੇਰਾ ਹੈਲ ਹੈ ਕਿ ਉਹੀ ਜਿਹੜੀ ਕੰਟੀਨਿਉਟੀ ਹੈ ਨਾ ਵਾਜਬਾ ਸਾਹਿਬ ਉਹ ਹੀ ਕੰਟੀਨਿਉਟੀ ਹੈ ਕਿ ਉਹ ਰੂਹ ਜਿਹੜੀ ਹੈ ਨਾ ਜਾਂ ਔਰਤ ਜਿਹੜੀ ਹੈ ਨਾ ਉਹ ਦੁਬਾਰਾ ਤੋਂ ਇੱਕ ਵਿੱਚ ਹੋਣਾ ਚਾਹੁੰਦੀ ਹੈ हाँ। बहुत शुक्रिया बड़ा और बड़ा प्रोग्राम वेला होी जी ब्रेक का सा दिल तो करता बोलते जाओ सुनते जाइए पर बहुत शुक्रिया टाइम का बहुत शुक्रिया जाना मिलने एक निकी जी ब्रेक तो बाद ਕੇ ਵਾਪਸ ਆ ਗਏ ਆ ਰੰਗਲਾ ਸੈਟ ਰੰਗਲਾ ਪ੍ਰੋਗਰਾਮ ਹੈ ਔਰ ਪਤਾ ਕਿਵੇਂ ਚੱਲਦਾ ਹੈ ਤੁਹਾਡੇ ਈਮੇਲ ਖਤ ਪੱਤਰ ਚਿੱਠੀ ਤੋਂ ਸੋਹਿਰਾ ਸਾਜਦ ਅਲੀ ਉਸਮਾਨ ਬਾਜਵੇਕ ਵਰੀ ਫਿਰ ਜੀ ਇਹਨੂੰ ਕਹਾਂਗੇ ਔਰ ਸੂਫੀਆਜ਼ਮ ਦੀ ਗੱਲ ਹੋ ਰਹੀ ਸੀ ਸੂਫੀਆਜ਼ਮ ਦੇ ਕਈ ਰੰਗ ਨੇ ਔਰ ਉਹਨਾਂ ਚ ਕੁਝ ਰੰਗ ਜਿਹੜੇ ਨੇ ਉਹ ਸਾਡੇ ਕੈਨਵਸ ਤੇ ਵੀ ਆਏ ਨੇ ਬਲਕਿ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਜਾ ਸਾਡੇ ਟੀਮ ਮੈਂਬਰਸ ਕਹਿ ਰਹੇ ਸਨ ਕਿ ਜਿਹੜੀ ਤਸਵੀਰ ਬਣਦੀ ਹੈ ਭਈ ਉਹ ਰਾਜਨਪੁਰ ਦਾ ਪਿੰਡ ਲੱਗਦਾ ਹੈ ਕਿਹਾ ਜਾਂਦਾ ਕਿ 100 ਲਫ਼ਜ਼ ਹੋਣ ਤੇ ਇੱਕ ਤਸਵੀਰ ਬਣਦੀ ਹੈ ਉਹਨਾਂ ਤੋਂ ਵੀ ਪਾਰੀ ਹੁੰਦੀ ਹੈ ਇਸ ਕਰਕੇ ਆਪਣੇ ਕੋਲ ਆਰਟ ਨੂੰ ਜ਼ਰੂਰ ਰੱਖਣਾ ਜ਼ਿੰਦਾ ਰੱਖਣਾ ਤਸਵੀਰਾਂ ਬਣਾਉਂਦੇ ਰਹਿਣਾ ਜਾਂ ਬਾਕੀ ਜਿੰਨੀਆਂ ਵੀ ਫਾਰਮਸ ਹੈ ਨੇ ਆਰਟ ਦੀਆਂ ਉਹਨਾਂ ਨੂੰ ਜ਼ਿੰਦਾ ਰੱਖਣਾ ਇਸੇ ਤਰ੍ਹਾਂ ਇੱਕ ਜ਼ਮਾਨਾ ਸੀ ਸਾਡੇ ਵੱਡਕੇ ਜਿਹੜੇ ਨੇ ਉਹ ਹੀ ਸਾਡੇ ਮੋਟੀਵੇਸ਼ਨਲ ਸਪੀਕਰ ਹੁੰਦੇ ਸਨ ਸਾਡੇ ਜਿਹੜੇ ਪੇਰੈਂਟਸ ਨੇ ਜਾਂ ਸਾਡੇ ਜਿਹੜੇ ਉਸਤਾਜ਼ਾ ਨੇ ਉਹ ਸਾਨੂੰ ਦੱਸਦੇ ਸਨ ਕਿ ਕਿਹੜੇ ਪਾਸੇ ਜਾਣਾ ਹੈ ਤੇ ਕਿਹੜੇ ਪਾਸੇ ਨਹੀਂ ਜਾਣਾ ਬਲਕਿ ਪਿੰਡਾਂ ਥਾਵਾਂ ਦੀ ਅਗਰ ਗੱਲ ਕਰ ਲਈਏ ਤੇ ਪਿੰਡਾਂ ਦੇ ਵਿੱਚ ਸਾਰੇ ਮੋਟੀਵੇਸ਼ਨਲ ਸਪੀਕਰ ਹੁੰਦੇ ਸਨ ਜਿਹੜੇ ਤੁਹਾਡੇ ਤੋਂ ਉਮਰ ਦੇ ਵੱਡੇ ਨੇ ਕਿਉਂਕਿ ਗਣੀ ਚ ਤੁਸੀਂ ਕੋਈ ਅਸਰਾਂ ਦਾ ਕੰਮ ਨਹੀਂ ਕਰ ਸਕਦੇ ਜਿਹੜਾ ਕਿ ਮੰਦਾ ਹੋਵੇ ਉਹ ਉੰਜ ਹੀ ਪੁੱਛ ਲੈਂਦੇ ਸਨ ਕਿਦਾਂ ਤੂੰ ਗੱਲ ਸੁਣ ਇਧਰ ਆ ਇੰਜ ਨਹੀਂ ਕਰਨਾ ਤੇ ਇੰਜ ਕਰਨਾ ਇੰਜ ਦੀ ਇੱਕ ਸਾਂਝ ਸੀ ਪਿੰਡਾਂ ਥਾਵਾਂ ਦੇ ਵਿੱਚ ਜਿਉਂ-ਜਿਉਂ ਆਬਾਦੀ ਵਧੀ ਸ਼ਹਿਰ ਵਧੇ ਲੋਕੀ ਇੱਕ ਦੂਜੇ ਤੋਂ ਥੋੜੇ ਜਿਹਾ ਜੁਦਾ ਹੋਏ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ 'ਚ ਰਹਿ ਕੇ ਵੀ ਇੱਕ ਦੂਜੇ ਦੇ ਨਾਲ ਰਹਿ ਕੇ ਵੀ ਕਦੀ ਇੱਕ ਦੂਜੇ ਦੇ ਬਾਰੇ ਨਹੀਂ ਜਾਣਦੇ ਕਿ ਉਹ ਕੌਣ ਨੇ ਇਸ ਪੱਖੋਂ ਪੰਜਾਬ ਨੇ ਔਰ ਪਾਕਿਸਤਾਨ ਨੇ ਮੋਟੀਵੇਸ਼ਨਲ ਸਪੀਕਰ ਦੀ ਟਰਮ ਸੁਣੀ ਔਰ ਸਾਰੀ ਦੁਨੀਆ ਦੀ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਕਾਫੀ ਲੋਕ ਇਸ ਸ਼ੋਬੇ ਨਾਲ ਜੁੜੇ ਹੋਏ ਨੇ ਅਸੀਂ ਵੀ ਇੱਕ ਮੋਟੀਵੇਸ਼ਨਲ ਸਪੀਕਰ ਨੂੰ ਦਾਵਤ ਦਿੱਤੀ ਹੈ تعلق ਇਹਨਾਂ ਦਾ ਲਾਹੌਰ ਤੋਂ ਹੋਵੇ ਇਸਲਾਮਿਆ ਯੂਨੀਵਰਸਿਟੀ ਤੋਂ ਲੋ ਗ੍ਰੈਜੂਏਟ ਔਰ ਉਸ ਤੋਂ ਬਾਅਦ ਐਮਬੀਏ ਵੀ ਕੀਤਾ ਲੇਕਿਨ ਅੱਜਕੱਲ ਨਵੀਂ ਪੀੜੀ ਨੂੰ ਔਰ ਬਾਕੀ ਲੋਕਾਂ ਨੂੰ ਇਹ ਦੱਸਦੇ ਨੇ ਕਿ ਕਰਨਾ ਕੀ ਹੈ ਸਾਡੇ ਨਾਲ ਮੌਜੂਦ ਨੇ ਹਸਨ ਹਾਇਦਰ ਸਾਹਿਬ ਅਸਲਾਮੁਅਲੈਕ ਵਾਸੇ ਨੂੰ ਸलाम। ਕਿਸੀ ਤਬੀਅਤ ਹੈ ਜੀ ਤੁਹਾਡੀ? ਠੀਕ ਹੈ ਜੀ। ਅਲਾ ਦਾ ਸ਼ੁਕਰ ਹੈ। ਤੁਸੀਂ ਸਤਿ ਸ੍ਰੀ ਅਕਾਲ। ਮੈਂ ਵੀ ਬਿਲਕੁਲ ਠੀਕ ਹਾਂ। ਅੱਛਾ ਮੋਟੀਵੇਸ਼ਨਲ ਸਪੀਕਰ ਜਿਹੜਾ ਹੈ ਇਹ ਥੋੜਾ ਘੱਟ ਟਰਮ ਵਰਤੀ ਗਈ ਹੈ ਪਿਛਲੇ ਗੁਜਰਸ਼ੇ ਤੋਂ ਇਹਦਾ ਚਲਣ ਵਧ ਗਿਆ। ਮੋਟੀਵੇਸ਼ਨਲ ਸਪੀਕਰ ਕੀ ਹੁੰਦਾ? ਬੇਸਿਕਲੀ ਇੱਕ ਇਨਸਪੀਰੇਸ਼ਨ ਹੈ ਕਿ ਜਿਹੜਾ ਜਿਹੜਾ ਵੀ ਯੂਥ ਨਿਕਲ ਰਿਹਾ ਹੈ ਜਿਹੜੀ ਡਾਇਰੈਕਸ਼ਨਲੈਸ ਹੈਗਾ ਤੇ ਉਹਨੂੰ ਕੋਈ ਡਾਇਰੈਕਸ਼ਨ ਦੇ ਸਕੇ ਉਹਨੂੰ ਸਪਾਰਕ ਦੇ ਸਕੇ, એનર્ਜੀ ਦੇ ਸਕੇ। ਹੂੰ। ਅਮ ਅੱਜਕੱਲ ਜਿਹੜੇ ਸਾਡੇ ਲੋਗ ਗ੍ਰੈਜੂਏਟਸ ਵੀ ਨਿਕਲਦੇ ਨੇ ਭਾਵੇਂ ਕਿਹੜੀ ਵੀ ਫੀਲਡ ਤੋਂ ਨਿਕਲਣ ਜੀ ਅਨਫੋਰਚਨਟਲੀ ਉਹਨਾਂ ਦਾ ਇਸ਼ੂ ਹੈ ਹੁੰਦਾ ਕਿ ਉਹਨਾਂ ਚ ਇਨਰਜੀ ਜਿਹੜੀ ਨਾ ਉਹ ਮਿਸਿੰਗ ਹੈ ਉਸਪਾਰਕ ਮਿਸਿੰਗ ਹੈ ਉਹ ਸਪਿਰਿਟ ਮਿਸਿੰਗ ਹੈ ਅੱਛਾ ਜਿਹਦੇ ਚ ਉਹਨੇ ਉਹਨੇ ਜਾ ਕੇ ਸਰਵ ਕਰਨਾ ਅੱਗੇ ਪਹਿਲੇ ਤੇ ਉਹ ਮਾਰ ਖਾ ਰਹੇ ਹੁੰਦੇ ਕਿ ਕਿਹੜੀ ਨੌਕਰੀ ਕਰੀਏ ਕਿਹੜੀ ਨਾ ਕਰੀਏ ਕਿੱਥੇ ਕਰੀਏ ਕਿੱਥੇ ਨਾ ਕਰੀਏ ਤੇ ਇਹ ਡਾਇਰੈਕਸ਼ਨਲੈਸ ਹੁੰਦਾ ਤੇ ਉਹਨੂੰ ਇਨਸਪੀਰੇਸ਼ਨ ਲੈਣ ਵਾਸਤੇ ਉਹਨੇ એનਰਜੀ ਹੂਕਣ ਅਸਤੇ ਜਿਹੜਾ ਨਾ ਮੋਟੀਵੇਸ਼ਨਲ ਜਿਹੜਾ ਸਪੀਕਰ ਹੈ ਉਹ ਰੋਲ ਪਲੇ ਕਰਦਾ ਹੈ ਤੇ ਅੱਜ ਤੇ ਅੱਜਕੱਲ ਬੜੇ ਬੜੇ ਨਾਂ ਜਿਹੜੇ ਮਾਰਕੀਟ 'ਚ ਆ ਗਏ ਨੇ ਜਿਹੜੇ ਹੁਣ ਸਟਾਰਟ ਹੋਏ ਨੇ ਆ ਲੇਕਿਨ ਮੈਂ ਕਿਉਂਕਿ ਪਿਛਲੇ 25-30 ਸਾਲ ਤੋਂ ਇਹੀ ਕੰਮ ਕਰ ਰਿਹਾ ਪਿਛਲੇ 24 ਸਾਲ ਹੋ ਗਏ ਨੇ ਜੀ ਤੇ ਅਲhamdulillah ਵਾਸੀ ਤੇ ਯੂਥ ਦੇ ਇਲਾਵਾ ਜਿਹੜਾ ਇੰਡਸਟਰੀਅਲ ਸੈਕਟਰ ਜਿਹੜਾ ਹੈ ਉੱਥੇ ਜਿਹੜੀ ਲੇਬਰ ਏ ਮਿਡਲ ਟਾਇਰ ਮੈਨੇਜਰਸ ਨੇ ਕਾਰਪੋਰੇਟ ਸੈਕਟਰ ਹੈ ਉਹਨਾਂ ਨੂੰ ਵੀ ਅਸੀਂ ਜਿਹੜਾ ਨਾ ਮੋਟੀਵੇਟ ਕਰ ਰਹੇ ਹਾਂ ਚੀਜ਼ਾਂ ਨੂੰ ਅਗੇ ਲੈ ਕੇ ਚੱਲੇ ਉਹਨਾਂ ਦੀ ਡਾਇਰੈਕਸ਼ਨ ਵੀ ਸਹੀ ਕਰੇ ਉਹਨਾਂ ਦੇ ਕੰਮ ਵੀ ਸਿੱਧੇ ਹੋ ਜਾਂਦੇ ਜਦੋਂ ਮੋਟੀਵੇਸ਼ਨ ਸਪੀਕਰ ਨੂੰ ਸੁਣਦੇ ਨੇ ਉਹਨਾਂ ਦੇ ਰਿਅਲਾਈਜ਼ ਕਰਦੇ ਨੇ ਉਹਨਾਂ ਨੂੰ ਟਰਸਟ ਕਰਦੇ ਨੇ ਅੱਛਾ ਕੁਝ ਦੋਸਤਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਜਿਹੜਾ ਸੈਸ਼ਨ ਹੁੰਦਾ ਹੈ ਮੋਟੀਵੇਸ਼ਨ ਦੇਣ ਵਾਲਾ ਜਿਹਦੇ ਵਿੱਚ ਮੋਟੀਵੇਸ਼ਨਲ ਸਪੀਕਰ ਬੋਲਦਾ ਹੁੰਦਾ ਹੈ ਉਹ ਕਿਤਨਾ ਕਿਤੇ ਸਿਨੇਮਾ ਦੀ ਫਿਲਮ ਦੀ ਤਰ੍ਹਾਂ ਹੁੰਦਾ ਹੈ ਵਜ੍ਹਾ ਇਹ ਹੈ ਕਿ ਜਦੋਂ ਅਸੀਂ ਫਿਲਮ ਦੇਖਨੇ ਆ ਉਹਦੇ ਵਿੱਚ ਹੀਰੋ ਸਾਰੇ ਜਿਹੜੇ ਨੇ ਉਹ ਹੀਰੋ ਬਣ ਜਾਂਦੇ ਨੇ ਆਮ ਆਡੀਅੰਸ ਨੂੰ ਲੱਗਦਾ ਕਿ ਇਹ ਮੈਂ ਵਾਂ ਉਹਨੂੰ ਮਾਰ ਪੈਂਦੀ ਹੈ ਤੇ ਦਰਦ ਹੁੰਦਾ ਉਹ ਗਾਣਾ ਗਾ ਰਿਹਾ ਤੇ ਲੱਗਦਾ ਸੀ ਗ ਲੇਕਿਨ ਜੇ ਜੀ ਫਿਲਮ ਮੁੱਕਦੀ ਏ ਟਿਕਟ ਦੇ ਪੈਸੇ ਪੂਰੇ ਹੁੰਦੇ ਨੇ ਅਸੀਂ ਸਿਨੇਮਾ ਤੋਂ ਬਾਹਰ ਹੁੰਨੇ ਆ ਤੇ ਰਿਐਲਿਟੀ ਦੀ ਦੁਨੀਆ ਚ ਹੁੰਨੇ ਆ ਤੇ ਉਹ ਸਾਰਾ ਜੀ ਮੁੱਕ ਜਾਂਦਾ ਖਤਮ ਹੋ ਜਾਂਦੀ ਕਹਾਣੀ ਕੁਝ ਦੋਸਤਾਂ ਦਾ ਕਹਿਣਾ ਕਿ ਮੋਟੀਵੇਸ਼ਨਲ ਸਪੀਕਿੰਗ ਵੀ ਕਿਤਨਾ ਕਿਤੇ ਇੱਕ ਆਪਣੇ ਹਿਸਾਰ ਵਿੱਚ ਲੈਂਦਾ ਉੱਥੇ ਬੈਠਿਆਂ ਲੱਗਦਾ ਕਿ ਪਤਾ ਨਹੀਂ ਦੁਨੀਆ ਬਦਲ ਹੀ ਜਾਣੀ ਹੈ ਹੁਣ ਮੈਂ ਇਹ ਸਾਰਾ ਕੁਝ ਕਰ ਲਿਆ ਇਹਦਾ ਅਸਰ ਕੀ ਆ ਵਾਕੀ ਦੇਰ ਪਾ ਰਹਿੰਦਾ ਜਾਂ ਉਹ ਸੈਸ਼ਨ ਵਿੱਚ ਹੀ ਰਹਿੰਦਾ ਉਹ ਡਿਪੈਂਡ ਕਰਦਾ ਹੈ ਕਿ ਮੋਟੀਵੇਸ਼ਨ ਸਪੀਕਰ ਕਿਹੜਾ ਹੈ ਜਿਹਦਾ ਪ੍ਰੈਕਟੀਕਲ ਨੋਲਿਜ ਬੈਕਗਰਾਉਂਡ ਤੇ ਹੈ ਜਿਹਦਾ ਪਿੱਛੇ ਜਿਹੜਾ ਪ੍ਰੈਕਟੀਕਲ ਹੈਂਡਸ-ਆਨ ਐਕਸਪੀਰੀਅੰਸ ਜਿਹਦੇ ਕੋਲ ਹੈਗਾ ਉਹ ਕਿਤਾਬਾਂ ਤੋਂ ਨਿਕਲ ਕੇ ਪ੍ਰੈਕਟੀਕਲੀ ਕੰਮ ਵੀ ਕਰਕੇ ਵਿਖਾਂਦਾ ਹੈ ਤੇ ਉਹਦੇ ਕੋਲ ਐਗਜ਼ਾਮਪਲ ਜਿਹੜੀ ਦੇਗਾ ਉਹ ਡੈਫੀਨਿਟਲੀ ਉਹ ਲਾਈਫ ਦੇ ਮੁਤਾਬਿਕ ਦੇਗਾ ਤੇ ਜ਼ਿੰਦਗੀ ਨੂੰ ਸਵਾਰਾ ਨਾਸਤੇ ਦੇਗਾ ਦੋ ਡਿਫਰੈਂਟ ਪ੍ਰੋਸਪੈਕਟਿਵ ਨੇ ਇੱਕ ਉਹ ਜਿਹੜੀ ਕਿਤਾਬਾਂ ਤੋਂ ਨਿਕਲ ਕੇ ਕਿਤਾਬਾਂ ਚ ਫਸ ਜਾਂਦਾ ਹੈ ਇੱਕ ਉਹ ਮੋਟੀਵੇਸ਼ਨ ਸਪੀਕਰ ਹੈ ਉਹਦੀ ਕਮਿਊਨੀਕੇਸ਼ਨ ਸਕਿਲ ਬੜੀ ਚੰਗੀ ਹੈ ਲੇਕਿਨ ਇੱਕ ਉਹ ਜਿਹੜਾ ਪ੍ਰੈਕਟੀਕਲੀ ਚੀਜ਼ਾਂ ਨੂੰ ਟਰਾਂਸਫਾਰਮ ਕਰਦਾ ਹੈ ਟਰਾਂਸਫਾਰਮ ਕਰਨ ਦੇ ਬਾਅਦ ਫਿਰ ਲੋਕਾਂ ਨੂੰ ਕਮਿਊਨੀਕੇਟ ਕਰਦਾ ਤੇ ਨਾਲ ਉਹ ਐਗਜ਼ਾਮਪਲ ਰeal life time ਦੀ ਐਗਜ਼ਾਮਪਲ ਦਿੰਦਾ ਹੈ ਘਰਾਂ ਦੀ ਮਸਾਲਾਂ ਦੇ ਜਾਏ ਜਦੋਂ ਉਹ ਕਰ ਰਿਹਾ ਹੈ ਕਿ ਨਾ ਮੈਂ ਕਾਪਰੇਟ ਸੈਕਟਰ ਨਾਲ ਤੇ ਕਾਪਰੇਟ ਸੈਕਟਰ ਦੀ ਮਸਾਲਾ ਦਿੰਦਾ ਤੇ ਆਟੋਮੈਟਿਕਲੀ ਕਨਵਿੰਸਿੰਗ ਤੇ ਚੀਜ਼ਾਂ ਕਾਫੀ ਬਿਹਤਰ ਹੁੰਦੀ ਹੈ ਤੇ ਇਟ 올 ਡਿਪੈਂਡਸ ਕਿ ਕਿਹੜੀ ਕਿਹੜੀ ਸਟ੍ਰੈਟੇਜੀ ਤੇ ਕਿਹੜੀ ਐਕਸਪੀਰੀਐਂਸ ਉਸ ਮੋਟੀਵੇਸ਼ਨ ਸਪੀਕਰ ਦਾ ਕੀ ਹੈ ਜੇ ਬੈਕਗ੍ਰਾਉਂਡ ਹੋ ਦਾ ਪ੍ਰੈਕਟੀਕਲ ਹੋਏਗਾ ਤੇ ਅੱਗੇ ਪ੍ਰੈਕਟੀਕਲ ਹੋਏਗਾ ਜੇ ਕਿਤਾਬੀ ਹੋਏਗਾ ਤੇ ਕਿਤਾਬੀ ਗੱਲਾਂ ਕਰਕੇ ਚਲਾ ਜਾਏਗਾ ਤੇ ਅਦਰੋਂ ਸੁਣੋਗੇ ਤਿੰਨ ਦਿਨ ਅਸਰ ਰਹੇਗਾ ਚੌਥੇ ਦਿਨ ਅੱਲ੍ਹਾਉ ਅਕਬਰ ਤਿੰਨ ਦਿਨ کہہ ਰਿਹਾ ਤੁਸੀਂ ਮੈਂ ਤਾਂ ਤਿੰਨ ਘੰਟੇ ਵਾਲੇ ਵੀ ਵੇਖੇ ਨੇ ਤਿੰਨ ਘੰਟੇ ਚ ਇਹ ਗੱਲ ਬਿਲਕੁਲ ਠੀਕ ਹੈ ਕਿਉਂਕਿ ਮਾਰਕੀਟ ਚ ਕਾਫੀ ਜ਼ਿਆਦਾ ਆ ਰਹੇ ਨੇ ਤੇ ਉਹ ਸੌਫਟ ਸਕਿੱਲ ਦੀ ਗੱਲ ਕਰਦੇ ਨੇ ਟਾਈਮ ਮੈਨੇਜਮੈਂਟ ਦੀ ਗੱਲ ਕਰਦੇ ਨੇ ਚੀਜ਼ਾਂ ਇਹੋ ਜਿਹੀ ਛੋਟੀ ਛੋਟੀ ਗੱਲਾਂ ਜਿਹੜੀਆਂ ਕਿਤਾਬਾਂ ਚ ਲਿਖੀਆਂ ਹੋਈਆਂ ਨੇ ਕਿਤਾਬ ਤੇ ਹੁਣ ਜਿਹੜਾ ਜਦੋਂ ਟਰਾਂਸਫਾਰਮੇਸ਼ਨ ਦੀ ਗੱਲ ਕਰੀਏ ਉਸ ਲਈ ਸਾਨੂੰ ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਹੈ ਤੇ ਸਾਡੀ ਸਪੈਸ਼ਲੀ ਯੂਥ ਅਸਤੇ ਤੇ ਇਸ ਲਈ ਬੜੀ ਜ਼ਰੂਰੀ ਹੈ ਕਿਉਂਕਿ ਉਹ ਡਾਇਰੈਕਸ਼ਨ ਲੈਸ ਨੇ ਉਹਨਾਂ ਨੂੰ ਡਾਇਰੈਕਸ਼ਨ ਦੇਣਾ ਜਿੰਨੀ ਅਨਪਲੋਇਮੈਂਟ ਪਾਕਿਸਤਾਨ ਚ ਹੋ ਰਹੀ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਡਾਇਰੈਕਸ਼ਨ ਦੇਣਾ ਬਹੁਤ ਜ਼ਰੂਰੀ ਉਹ ਉਹਨਾਂ ਨੂੰ ਕੋਈ ਨਾ ਕੋਈ ਐਕਟੀਵਿਟੀ ਕਰਨੀ ਪੈਗੀ ਚੀਜ਼ਾਂ ਇਨੀਸ਼ੀਏਟਿਵ ਲੈਣੇ ਪੈਣਗੇ ਕਿ ਇਨਸਪੀਰੇਸ਼ਨ ਲੈਣੀ ਪੈਗੀ ਮੋਟੀਵੇਸ਼ਨ ਸਪੀਕਰ ਨੂੰ ਸੁਣ ਕੇ ਕਰੀਅਰ ਡਿਵੈਲਪਮੈਂਟ ਵੀ ਕਰ ਲਈ ਤੇ ਉਹ ਸੁਣ ਕੇ ਕੁਛ ਨਾ ਕੁਛ ਬਿਹਤਰੀ ਕਰ ਸਕਦਾ ਹੈ ਤੇ ਮੇਰਾ ਟਾਰਗੇਟ ਇਹ ਹੁੰਦਾ ਕਿ ਅੱਜ ਕੱਲ ਦੀ ਯੂਥ ਨੂੰ ਵੀ ਇਹੋ ਜਿਹੀ ਗਾਈਡ ਕਰੀਏ ਕਿ ਉਹ ਨੌਕਰੀ ਵੀ ਲੈ ਸਕੇ ਤੇ ਨਾਲ ਜਿਹੜਾ ਨਾ ਉਹ ਚੀਜ਼ਾਂ ਨੂੰ ਬਿਹਤਰ ਕਰ ਸਕੇ ਕਿਉਂਕਿ ਅਨਪਲੋਇਮੈਂਟ ਕੋਰੋਨਾ ਦੇ ਬਾਅਦ ਬਹੁਤ ਜ਼ਿਆਦਾ ਪਾਕਿਸਤਾਨ 'ਚ ਹੋ ਗਈ ਤੇ ਉਹਨੂੰ ਕਾਊਂਟਰ ਕਰਨਾ ਬੜਾ ਜ਼ਰੂਰੀ ਇੱਕ ਬੰਦਾ ਮੰਨਫੀ ਸੋਚਣ ਦਾ ਆਦੀ ਹੈ ਹਰ ਟਾਈਮ ਮੰਨਫੀ ਸੋਚਦਾ ਹੈ ਤੁਸੀਂ ਕਿੰਜ ਟ੍ਰੇਨਿੰਗ ਕਰਦੇ ਹੋ ਦੀ ਕਿ ਉਹ ਪੋਜ਼ਿਟਿਵ ਸੋਚਣਾ ਸ਼ੁਰੂ ਕਰਦੇ ਅੱਛਾ ਹੁਣ ਇੱਕ ਬੰਦਾ ਡਿਪੈਂਡ ਕਰਦਾ ਕਿਹੜੇ ਏਜ ਗਰੁੱਪ ਚ ਹੈਗਾ ਜੇ ਉਹ ਬਾਬਾ ਬਣ ਕੇ ਸੋਚ ਰਿਹਾ ਤੇ ਹੋਰ ਗੱਲ ਹੈ ਜੇ ਯੂਥ ਸੋਚ ਕੇ ਕਰ ਰਿਹਾ ਤੇ ਹੋਰ ਗੱਲ ਹੁਣ ਯੂਥ ਜੀ ਵੀ ਕੈਟਾਗਰੀ ਹੈ ਜਿਹੜੀ ਉਹ ਕੈਟਾਗਰੀ ਜਿਹੜੀ ਮੈਟ੍ਰਿਕ ਦੇ ਬਾਅਦ ਨਿਕਲਦੀ ਹੈ ਇੱਕ ਉਹ ਕੈਟਾਗਰੀ ਜਿਹੜੀ ਐਫਐਸਸੀ ਜਾਂ ਗ੍ਰੈਜੂਏਸ਼ਨ ਜਾਂ ਐਮਬੀਏ ਕਰਕੇ ਨਿਕਲਦੀ ਹੈ ਉਹ ਵੀ 네ਗੇਟਿਵ ਵੀ ਸੋਚ ਰਹੇ ਹੁੰਦੇ ਕਿ ਯਾਰ ਇੱਥੇ ਤੇ ਕੁਝ ਨਹੀਂ ਆਏਗਾ ਇਸ ਮੁਲਕ 'ਚ ਕੁਝ ਨਹੀਂ ਲਿਖਿਆ ਮੈਂ ਬਾਹਰ ਤੁਰ ਜਾਵਾਂਗਾ ਤੇ ਬੜਾ ਪੈਸਾ ਹੀ ਪੈਸਾ ਮਲਟੀਨੈਸ਼ਨਲ 'ਚ ਜੌਬ ਮਿਲੇਗੀ ਤੇ ਫਿਰ ਗੱਲ ਬਣਨੀ ਹੈ ਫਿਰ ਜ਼ਿਆਦਾ ਸੈਲਰੀ ਹੋਏਗੀ ਅੱਗੇ ਪਿੱਛੇ ਹੋਏਗੀ ਨਹੀਂ ਐਹੋ ਜੇ 네ਗੇਟਿਵ ਮਾਈਂਡਸੈਟ ਕਾਫੀ ਹਰ ਲੈਵਲ ਤੇ ਡਿਫਰੈਂਟ ਕਿਸਮ ਦੇ ਹੁੰਦੇ ਨੇ ਜੇ ਮੈਂ ਯੂਥ ਦੀ ਗੱਲ ਕਰਾਂ ਸਪੈਸੀਫਿਕਲੀ ਤੇ ਉਹਨਾਂ ਦਾ ਵੀ ਮਾਈਂਡਸੈਟ ਐਹੋ ਜਿਹਾ ਹੀ ਹੁੰਦਾ ਕਿ ਉਹ 네ਗੇਟਿਵ ਮਾਈਂਡਸੈਟ ਲੈ ਕੇ ਆ ਰਹੇ ਹੁੰਦੇ ਨੇ ਤੇ ਨਾਲ ਜੇ ਜਦੋਂ ਉਹਨਾਂ ਨੂੰ ਜ਼ਰਾ ਜੀ 네ਗੇਟਿਵਿਟੀ ਮਿਲਦੀ ਹੈ ਇਹ ਇੱਕ ਇੰਟਰਵਿਊ ਫੇਲ ਹੁੰਦਾ ਹੈ ਦੂਜਾ ਇੰਟਰਵਿਊ ਫੇਲ ਹੁੰਦਾ ਹੈ ਚੌਥਾ ਇੰਟਰਵਿਊ ਫੇਲ ਹੁੰਦਾ ਹੈ ਫਿਰ ਉਹ ਬਿਲਕੁਲ ਨੈਗੇਟਿਵ ਹੋ ਕੇ ਬੈਜ ਜਾਂਦੇ ਐ ਇਸ ਤਰ੍ਹਾਂ ਦੇ ਬੰਦੇ ਨਾਲ ਜੇ ਗੱਲ ਕਰੀਏ ਉਸ ਪ੍ਰੋਸਪੈਕਟਿਵ ਨਾਲ ਤੇ ਉਹਨੂੰ ਇੱਕ ਤੇ ਨੈਗੇਟਿਵ ਹਾਈਪ ਸਬਜੈਕਟ ਖੱਬੇ ਜਿਹੜੀ ਨਾ ਉਹਨੂੰ ਸੋਚਣਾ ਬੰਦ ਕਰ ਦੇਣ ਕਿਉਂ ਟਰਾਈ ਟਰਾਈ ਅਗੇਨ ਵਾਲੀ ਸਟੋਰੀ ਬਹੁਤ ਪੁਰਾਣੀ ਬਜ਼ੁਰਗ ਵੀ ਲੈ ਕੇ ਤੁਰਦੇ ਰਹਿੰਦੇ ਟਰਾਈ ਟਰਾਈ ਅਗੇਨ ਨੈਵਰ ਗਿਵ ਅਪ ਮਾਈਂਡਸੈਟ ਲਾਈਕ ਯਾਨਾ ਪਏਗਾ ਤੇ ਨਾਲ ਉਹਨੂੰ irdgir ਦੇਖਣਾ ਪਏਗਾ ਕੌਣ ਨੈਗੇਟਿਵ ਸੋਰਸ ਹੈ ਜਿਹੜੀ ਉਹਨੂੰ ਇਨਸਟੀਗੇਟ ਕਿ ਬਾਝ ਦਫਾ ਕੀ ਹੁੰਦਾ ਕਿ ਸਾਡੇ ਸੱਜੇ ਖੱਬੇ ਇਹੋ ਜਿਹੇ ਲੋਕੀ ਹੁੰਦੇ ਨੇ ਜਿਵੇਂ ਯਾਰ ਤੁਹਾਡੇ ਮੇ ਹਿੰਮਤ ਨਹੀਂ ਹੈ ਤੁਸੀਂ ਨਹੀਂ ਕਰ ਸਕਤੇ ਇਹੋ ਜੀ ਗੱਲਾਂ ਕਰਦੇ ਨੇ ਤੇ ਉਹ ਇਹੋ ਜਿਹੇ 네ਗੇਟਿਵ ਲੋਕਾਂ ਨੂੰ ਅਵੇਅਰ ਹੈ ਆਪਣੀ ਸੋਚ ਪੈਦਾ ਕਰੇ ਤੇ ਨਾਲ ਜਿਹੜੇ ਆਪਣਾ ਓਬਜੈਕਟਿਵ ਬਣਾਏ ਆਪਣਾ ਗੋਲ ਬਣਾਏ ਉਸ ਗੋਲ ਦੇ ਮੁਤਾਬਿਕ ਉਹਨੂੰ ਕੋਈ ਟਾਰਗੇਟ ਸੈੱਟ ਕੀਤਾ ਇੱਕ ਨਹੀਂ ਮਿਲੀ ਕੋਈ ਗੱਲ ਨਹੀਂ ਅਗਰੀ ਟ੍ਰਾਈ ਕਰਨੇ ਤੇ ਉਹਦੇ ਤੇ ਕੁਝ ਸਟੈਪਸ ਉਹਨੂੰ ਲੈਣੇ ਪੈਣਗੇ ਚੀਜ਼ਾਂ ਅੱਗੇ ਕਰਨੀ ਪੈਣਗੀਆਂ ਲੇਕਿਨ ਇਹ ਜ਼ਰੂਰੀ ਹੈ ਕਿ 네ਗੇਟਿਵ ਵਾਲੇ ਗੋਲ ਜਿਹੜੇ ਸੱਜੇ ਖਬੇ ਲੋਕੀ ਹੈਗੇ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਪੋਜ਼ਿਟਿਵ ਪੋਜ਼ਿਟਿਵਿਟੀ ਲਾਜਾਏ ਤੇ ਪੋਜ਼ਿਟਿਵ ਐਟੀਟਿਊਡ ਬਿਲਡ ਅਪ ਕਰੇ ਥੈਟ ਇਜ਼ ਮੋਰ ਇੰਪੋਰਟੈਂਟ ਬਿਲਕੁਲ ਠੀਕ ਹੈ ਅਬ ਹਸਨ ਸਾਹਿਬ ਜ਼ੁਬਾਨ ਜਿਹੜੀ ਹੁੰਦੀ ਹੈ ਕਮਿਊਨੀਕੇਸ਼ਨ ਦਾ ਜ਼ਰੀਆ ਰابطੇ ਦਾ ਇੱਕ ਜ਼ਰੀਆ ਹੁੰਦੀ ਹੈ ਲੇਕਿਨ ਉਹਦੇ ਪਿੱਛੇ ਕਾਫੀ ਪਛੋਕੜ ਵੀ ਹੁੰਦਾ ਹੈ ਕਾਫੀ ਤਾਰੀਖ ਵੀ ਹੁੰਦੀ ਹੈ ਹਰ ਜ਼ੁਬਾਨ ਦੀ ਤੁਸੀਂ ਜ਼ਾਤੀ ਤੌਰ ਤੇ ਵੀ ਫੈਕਟਰੀ ਦੇ ਜਿਹੜੇ ਮਜ਼ਦੂਰ ਨੇ ਜਾਂ ਬਾਕੀ ਮਜ਼ਦੂਰ ਕਿਸਾਨ ਤਬਕਾ ਜਿਹੜਾ ਹੈ ਉਹਦੇ ਨਾਲ ਪੰਜਾਬੀ ਦੇ ਵਿੱਚ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਗੱਲਬਾਤ ਕਰਦੇ ਹੋਰ ਉਹਨਾਂ ਨੂੰ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕਰਦੇ ਹੋ ਇੱਕ ਤੇ ਇਹ ਸਾਰਾ ਐਕਸਪੀਰੀਅੰਸ ਦੱਸੋ ਔਰ ਕਿਉਂ ਜ਼ਰੂਰਤ ਪੇਸ਼ ਆਈ ਤੁਹਾਨੂੰ ਉਹਨਾਂ ਦੀ ਮਾਂ ਬੋਲੀ ਜਾ ਕੇ ਗੱਲ ਕਰਨ ਦੀ ਅੱਛਾ ਉਹਦੀ ਬੜੀ ਇੰਪੋਰਟੈਂਟ ਗੱਲ ਤੁਸੀਂ ਕੀਤੀ ਹੈ ਬਲਕਿ ਮੇਰੇ ਰਿਲੇਟਿਡ ਐਸੇ ਕੀਤੀ ਕਿਉਂਕਿ ਜ਼ਿਆਦਾਤਰ ਮੈਂ ਫੈਕਟਰੀਆਂ ਨਾਲ ਕੰਮ ਕਰ ਰਿਹਾ ਹਾਂ ਇਸ ਤੇ ਪਾਕਿਸਤਾਨ ਦੇ ਲੀਡਿੰਗ ਬ੍ਰਾਂਡ ਜਿੰਨੇ ਵੀ ਹੈਗੇ ਉਹਨਾਂ ਨੂੰ ਮਾਡਲ ਕੇਸ ਵੀ ਬਣਾਇਆ ਤੇ ਉੱਥੇ ਜਿਹੜੇ ਵਰਕਰ ਦੀ ਟ੍ਰੇਨਿੰਗ ਹੈ ਉਹ ਅਸੀਂ ਬੜੀ ਜ਼ਰੂਰੀ ਕਰਾਨੇ ਆ ਤੇ ਉਹਨੂੰ ਅਸੀਂ ਮਾਈਂਡਸੈਟ ਚੇਂਜ ਦੀ ਟ੍ਰੇਨਿੰਗ ਦੀ ਗੱਲ ਕਰਨੇ ਆ ਤੇ ਉਹ ਜ਼ਰੂਰਤ ਐਸੇ ਪੈਂਦੀ ਕਿਉਂਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਪਿੱਛੇ ਹੈਗਾ ਉਹ ਸਾਨੂੰ ਸਪੋਰਟ ਨਹੀਂ ਕਰ ਰਿਹਾ ਹੁੰਦਾ ਉਹਨਾਂ ਦੇ ਮਾਈਂਡ ਨੂੰ ਚੇਂਜ ਕਰਾਣਾ ਤੇ ਥਿੰਕਿੰਗ ਆਊਟ ਆਫ ਦੀ ਬਾਕਸ ਵਾਲੀ ਸਟੋਰੀ ਨਹੀਂ ਹੁੰਦੀ ਉਹ ਰਿਜਿਡ ਮਾਈਂਡਸੈਟ ਨਾਲ ਲਾਂਦੇ ਨੇ ਉਹ ਬਸ ਮਸ਼ੀਨ ਚਲਾਈ ਅੱਗੇ ਤੁਰ ਗਏ ਉਹ ਉਹਦੇ ਚ ਬਿਹਤਰੀ ਵੱਲ ਜਾਣ ਵਾਲੀ ਕੋਸ਼ਿਸ਼ ਜਿਹੜੀ ਨਾ ਉਹ ਨਹੀਂ ਕਰਦੇ ਤੇ ਅਸੀਂ ਮੋਟੀਵੇਸ਼ਨ ਟ੍ਰੇਨਿੰਗ ਨਾਲ ਉਹਨਾਂ ਨੂੰ ਇਹ ਰਿਅਲਾਈਜ਼ ਕਰਾਉਣਾ ਹੈ ਕਿ ਜੇ ਤੁਸੀਂ ਤਰੱਕੀ ਨਹੀਂ ਕਰ ਰਹੇ ਜੇ ਤੁਸੀਂ ਅੱਗੇ ਨਹੀਂ ਵਧ ਰਹੇ ਜੇ ਤੁਸੀਂ ਤੁਹਾਡੀ ਤਨਖਾਹ ਨਹੀਂ ਵਧ ਰਹੀ ਇਹ ਟਾਈਮ ਹੈ ਤੁਸੀਂ ਆਪਣੇ ਅੰਦਰ ਇੰਪਰੂਵਮੈਂਟ ਲੈ ਕੇ आओ ਡੇਲੀ ਬੇਸਿਸ ਤੇ ਇੰਪਰੂਵਮੈਂਟ ਤੋਂ ਇੰਪਰੂਵਮੈਂਟ ਲੈ ਕੇ ਆਓਗੇ ਤੇ Hazrat Ali ਦਾ ਕਹਲਿਆ ਖਸਾਰੇ ਵਿੱਚ ਉਹ ਸ਼ਖਸ ਜਿਸका ਅੱਜ guzre ਵੇ ਕੱਲ੍ਹ سے ਬਿਹਤਰ ਨਹੀਂ ਤੇ ਤੁਹਾਨੂੰ ਇੰਪਰੂਵਮੈਂਟ ਵਿਦਿਨ ਯੋਰਸੈਲਫ ਲੈ ਕੇ ਆਣੀ ਪੈਗੀ ਨਾਲ ਜਿਹੜੀ ਆਪਰੇਸ਼ਨ ਕਰ ਰਹੇ ਉਹਦੇ 'ਚ ਵੀ ਇੰਪਰੂਵਮੈਂਟ ਲੈ ਕੇ ਆਓਗੇ ਕੰਪਨੀ ਨੂੰ ਚੜਚਾਂ ਲਾਓਗੇ ਇਕ ਆਪਰੇਟਰ ਤਿੰਨ ਮਸ਼ੀਨਾਂ ਵੀ ਚਲਾਏਗਾ ਉਹਨੇ ਚ ਬੈਟਰੀ ਵਾਲਾ ਆਈਏ ਇਸ ਤਰ੍ਹਾਂ ਸੀ ਮਾਈਂਡ ਸੈਟ ਹੋਣਾ ਚਾਹੀਦਾ ਚੱਕ ਨਾਲੋ ਨਾਲ ਕਿਤੇ ਤੁਸੀਂ ਉਹਨਾਂ ਨੂੰ ਇਹ ਵੀ ਦੱਸ ਦਿਓ ਕਿ ਬਾਕੀ ਲੋਕਾਂ ਦੇ ਨਾਲ ਜਿਨ੍ਹਾਂ ਦਾ ਸੋਚਣ ਦਾ ਤਰੀਕਾ ਤੁਹਾਡੇ ਨਾਲ ਮੁxtਲਿਫ ਹੋ ਸਕਦਾ ਹੈ ਮਜ਼ਬ ਮੁxtਲਿਫ ਹੋ ਸਕਦਾ ਹੈ ਜਾਂ ਹੋ ਸਕਦਾ ਮਲਕ ਹੀ ਮੁxtਲਿਫ ਹੋਵੇ ਉਹਨਾਂ ਨਾਲ ਕਿਵੇਂ ਗੱਲਬਾਤ ਕਰਨੀ ਉਹਨਾਂ ਨੂੰ ਟਰੀਟ ਕਿਵੇਂ ਕਰਨਾ ਆਪਣੇ ਪਰੋਣਿਆਂ ਨੂੰ ਤਾਂ ਕਿ ਅਮਨੋ ਆਮਨ ਤੋਂ ਕਿ ਫੈਕਟਰੀ ਦਾ ਜ਼ਿਕਰ ਬਾਰ-ਬਾਰ ਕਰ ਰਹੇ ਹੋ ਔਰ ਫੈਕਟਰੀ ਦੇ ਵਰਕਰਸ ਦਾ ਜ਼ਿਕਰ ਕਰ ਰਹੇ ਹੋ ਤੇ ਮੈਂ ਬਿਲਕੁਲ ਨਹੀਂ ਐਸ तरह ਦੀ ਕੋਈ ਗੱਲ ਕਰ ਰਿਹਾ ਲੇਕਿਨ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਐਸ ਪਾਸੇ क्या दस दौ कि जाती तरक्की तो है ही है वे लेकिन तुम अगर एक मजदूर हो या सी ई किसी कंपनी एट द एंड ऑफ द डे आम लोगों गुफ्तु होनी है इंसान इंसाना होनी है और परसनैलिटी क्लैश भी हूँ ने और करैक्टर भी मुख्तलिफ हो सकते हैं यह किस तरह अरम और एक बेहतर तरीके फैक्टरी चला बे बना सकते हैं ਅੱਛਾ ਉਹਦੇ ਚ ਜਿਹੜਾ ਅਸੀਂ ਜਿਹੜਾ ਐਜ਼ ਅ ਮੋਟੀਵੇਸ਼ਨ ਸਪੀਕਰ ਜਿਹੜੀ ਮੈਂ ਟੈਕਨੀਕ ਦਿੱਤੀ ਹੈ ਉਹ ਮਾਈਂਡਸੈਟ ਚੇਂਜ ਪ੍ਰੋਗਰਾਮ ਡਿਫਰੈਂਟ ਕਿਸਮ ਦੇ ਅਸੀਂ ਲਾਂਚ ਕੀਤੇ ਨੇ ਬੜੀ ਕੰਪਨੀਆਂ ਚ ਮੈਂ ਨਾਂ ਨਹੀਂ ਲੈਣਾ ਚਾਹ ਰਿਹਾ ਲੇਕਿਨ ਜਿਸ ਤਰ੍ਹਾਂ ਕਰੋ ਮੁਮਕਿਨ ਪ੍ਰੋਗਰਾਮ ਜਾਗੋ ਕਰ ਦਿਖਾਓ ਪ੍ਰੋਗਰਾਮ ਖੁਦ ਤੇ ਯਕੀਨ ਪ੍ਰੋਗਰਾਮ ਸਾਰਿਆਂ ਦੇ ਨਾਂ ਉਰਦੂ ਚ ਨੇ ਵੈਸੇ ਰੋਸ਼ਨ ਕਲ ਪ੍ਰੋਗਰਾਮ ਅੱਛਾ ਹੁਣ ਐਸ ਰੋਸ਼ਨ ਕਲ ਪ੍ਰੋਗਰਾਮ ਜਾਗੋ ਕਰ ਦਿਖਾਓ ਪ੍ਰੋਗਰਾਮ ਹੁਣ ਉਹਨਾਂ ਨੂੰ ਜੇ ਮੈਂ ਉਹ ਟੈਕਨੀਕਲ ਟੂਲ ਦੱਸਾਂ ਕਿ ਜੀ ਤੁਸੀਂ ਇਹ ਲਾਣਾ ਹੈ ਜਪਾਨੀ ਟੂਲ ਲਾਣਾ ਕੋਈ ਆਈਸੋ ਦਾ ਟੂਲ ਲਾਣਾ ਉਹ 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 ਦੇਖਿਆ ਲੈ ਕਿ ਸਾਡੇ ਪਿੱਛੇ ਪੈ ਗਿਆ ਬੰਦਾ ਲੇਕਿਨ ਜਦੋਂ ਅਸੀਂ ਐਹੋ ਜਿਹਾ ਮਾਈਂਡਸੈਟ ਚੇਂਜ ਵਾਲਾ ਪ੍ਰੋਗਰਾਮ ਉਹਨੀ ਲੇਬਰ ਨੂੰ ਦੇਨੇ ਆ ਉਹਦੇ ਚ ਗਰਾਜ਼ੋ ਮਕਾਸਦ ਐ ਹੋ ਜੇ ਹੁੰਦੇ ਨੇ ਕਿ ਖੁਦ ਇਤਮਾਦੀ ਲੈ ਕੇ ਆਣੀ ਹੈ ਅਹਿਸਾਸ ਜ਼ਿੰਮੇਦਾਰੀ ਲੈ ਕੇ ਆਣੀ ਹੈ ਉਹ ਜਿਹੜੇ ਸਾਡੇ ਨੋਰਮਸ ਤੇ ਵੈਲਿਊਜ਼ ਅਸੀਂ ਭੁੱਲ ਗਏ ਆ ਉਹ ਅਸੀਂ ਵਿੱਚ ਇੰਬੈਡ ਕਰਕੇ ਉਹਨਾਂ ਨੂੰ ਟ੍ਰੇਨਿੰਗ ਦੇਨੇ ਆ ਜਦੋਂ ਇਹ ਕਰਨਿਆ ਆਟੋਮੈਟਿਕਲੀ ਰਿਸਪੌਂਸ ਲੇਬਰ ਦਾ ਬੜਾ ਜ਼ਬਰਦਸਤ ਆਂਦਾ ਹੈ ਲੇਬਰ ਜਿਹੜੀ ਸਾਨੂੰ ਖੂਨ ਦੇਣ ਨੂੰ ਤਿਆਰ ਹੋ ਜਾਂਦੀ ਕਿ ਦੱਸੋ ਕੀ ਕਰਨਾ ਹੈ ਉਹ ਆਓ ਬਤਾਓ ਕਿਸ ਕੋ ਖਾऊं ਵਾਲਾ ਅਪਰੋਚ ਹੋ ਜਾਂਦੀ ਤੇ ਅਸੀਂ ਟੋਟਲੀ ਮਾਈਂਡ ਸੈਟ ਜਿਹੜਾ ਚੇਂਜ ਕਰ ਰਹੇ ਆ ਸ਼ਾਫ ਫਲੋਰ ਤੇ ਵਰਕਰ ਦਾ ਉਹ ਡਿਫਰੈਂਟ ਪ੍ਰੋਸਪੈਕਟਿਵ ਨਾਲੇ ਇਸ ਤਰ੍ਹਾਂ ਹੀ ਜਿਹੜਾ ਮੀਡਲ ਟਾਇਰ ਆਂਦੀ ਏ ਉਹਨੂੰ ਅਸੀਂ ਕਾਰਪੋਰੇਟ ਲੈਵਲ ਤੇ ਡੀਲ ਕਰਕੇ ਮਾਈਂਡ ਸੈਟ ਚੇਂਜ ਕਰ ਰਹੇ ਹਾਂ ਖੂਨ ਲੈਣ ਵਾਲਿਆਂ ਨੂੰ ਖੂਨ ਦੇਣ ਵਾਲਾ ਬਣਾਉਂਦੇ ਹੋ ਤੁਸੀਂ ਇਸ ਤਰ੍ਹਾਂ ਹੀ ਐਹੀ ਸੋਚ ਪੈਦਾ ਕਰਨੀ ਐਹੀ ਮਹਵਰ ਹੈ ਜਿਹੜਾ ਚੇਂਜ ਕਰਨਾ ਬੜਾ ਜ਼ਰੂਰੀ ਹੈ ਸਾਡੇ ਰਸਤੇ ਕਹਿੰਦੇ ਨੇ ਦਿਲ ਦਾ ਮੌਸਮ ਚੰਗਾ ਹੋਵੇ ਤੇ ਸਾਰੇ ਮੌਸਮ ਚੰਗੇ ਲੱਗਦੇ ਨੇ ਪਰ ਕਦੀ ਕਦੀ ਆਲੇ ਦੁਆਲੇ ਦਾ ਮੌਸਮ ਜਿਹੜਾ ਹੈ ਉਹ ਅਸਰ ਅੰਦਾਜ਼ ਹੁੰਦੇ ਦਿਲ ਤੇ ਤੇ ਆਪਣਾ ਮੌਸਮ ਵੀ ਦਿਲ ਦਾ ਖਰਾਬ ਹੋ ਜਾਂਦਾ ਹੈ ਤੁਸੀਂ ਹਲੇ ਦੱਸਿਆ ਕਿ ਜਿਹੜਾ ਲੋਕਾਂ ਦਾ ਬਿਹੇਵੀਅਰ ਹੈ ਆਲੇ ਦੁਆਲੇ ਦਾ ਉਹ ਬੜਾ ਅਸਰ ਅੰਦਾਜ਼ ਕਰਦਾ ਹੈ ਤੇ ਇਨਸਾਨ ਨੂੰ ਦੱਸਿਆ ਜਾਂਦਾ ਤੂੰ ਨਹੀਂ ਕਰ ਸਕਦਾ ਉਹਨਾਂ ਲੋਕਾਂ ਦੀ ਟ੍ਰੇਨਿੰਗ ਵਾਸਤੇ ਕੀ ਕਰਦੇ ਹੋ ਕਿ ਉਹ ਲੋਕ ਇਹ ਬਿਹੇਵੀਅਰ ਹੀ ਨਾ ਰੱਖਣ ਜਿਸ ਤੋਂ ਮੰਦੀ ਸੋਚ ਜਨਮ ਲੈ ਅਸੀਂ ਉਹਦੇ ਨਾਲ ਇਹ ਵੀ ਕੀਤਾ ਕਿ ਰਿਵਾਰਡਰ ਰੈਕਗਨੀਸ਼ਨ ਸਿਸਟਮ ਜਿਹੜਾ ਇੰਟਰੋਡਿਊਸ ਕਰਾਨੇ ਆ ਜਿਹਦੇ ਨਾਲ ਸਿਰਫ ਇਹ ਨਹੀਂ ਕਿ ਜ਼ੁਬਾਨੀ ਗੱਲਾਂ ਛਲਾਂ ਕਰਕੇ ਟ੍ਰੇਨਿੰਗ ਕਰਕੇ ਚੀਜ਼ਾਂ ਉਹਣ ਅਸੀਂ ਕਹਿੰਨੇ ਕਿ ਜੀ ਤੁਸੀਂ ਜੇ ਇਹੋ ਜਿਹਾ ਕਾਮਯਾਬ ਹੁੰਦੇ ਚੰਗਾ ਇਨਸਾਨ ਬਣ ਕੇ ਉਹ ਸਫਾਈ ਦਾ ਖਿਆਲ ਰੱਖਦੇ ਹੋ ਤੇ ਸਫਾਈ ਦਾ ਖਿਆਲ ਰੱਖਣ ਚ ਇਨਸਾਨ ਬਣ ਕੇ ਤੁਸੀਂ ਚੀਜ਼ਾਂ ਨੂੰ ਲੈ ਕੇ ਚਲਦੇ ਹੋ ਮਸ਼ੀਨ ਨੂੰ ਸਾਫ਼ ਰੱਖਦੇ ਹੋ ਉਹਦੇ ਚ ਅਸੀਂ ਬੈਸਟ ਏਮਪਲੋਈ ਆਫ ਦੀ ਮੰਥ ਰਿਵਾਰਡ ਰੈਕਗਨੀਸ਼ਨ ਇਸਤਮ ਬਣਾ ਦੇਨੇ ਉਹਨਾਂ ਨੂੰ ਅਟਰੈਕਸ਼ਨ ਹੋ ਜਾਂਦੀ ਹੈ ਇੱਕ ਟਰੋਫੀ ਦੇ ਦਿੱਤੀ ਮਾਲਕਾਂ ਨਾਲ ਖਾਣਾ ਰਖਾਤਾ ਇਸ ਤਰ੍ਹਾਂ ਦੀ ਮੋਟੀਵੇਸ਼ਨ ਨਾਲ ਸਰਟੀਫਿਕੇਟ ਦਿੱਤਾ ਹੁਣ ਇਹੋ ਜੀ ਮੋਟੀਵੇਸ਼ਨ ਨਾਲ ਅਟੈਚ ਜਦੋਂ ਹੁੰਦੀ ਹੈ ਤੇ ਵਰਕਰ ਜਿਹੜਾ ਨਾ ਇਸ ਤਾਂ ਕੁਝ ਹੋ ਜਾਂਦਾ ਈਵਨ ਇੱਕ ਸਾਡੇ ਅਨਫੋਰਚੂਨੇਟਲੀ ਇਹ ਜਿਹੜੇ ਮਾਲਕਾਂ ਹੁੰਦੇ ਨੇ ਫੈਕਟਰੀ ਥਾਪੀ ਵੀ ਨਹੀਂ ਦਿੰਦੇ ਬਟ ਲੇਬਰ ਨੂੰ ਜੇ ਕੋਈ ਚੰਗਾ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਟ੍ਰੇਨ ਕਰਨਾ ਹੈ ਕਿ ਵੀ ਨਹੀਂ ਐਈ ਟਾਈਮ ਟਾਈਮ ਹੈ ਜਦੋਂ ਕੋਈ ਅਚੀਵਮੈਂਟ ਹੁੰਦੀ ਹੈ ਤੁਸੀਂ ਸ਼ਾਬਾਸ਼ੀ ਦੇਣੀ ਹੈ ਉਹ ਵੀ ਟ੍ਰੇਨਿੰਗ ਦਾ ਹਿੱਸਾ ਹੈ ਸਾਡੀ ਜਦੋਂ ਸ਼ਾਬਾਸ਼ੀ ਆਂਦੀ ਹੈ એનર્ਜੀ ਅਪ ਹੋ ਜਾਂਦੀ ਹੈ ਉਹੀ ਲੇਬਰ ਜਿਹੜੀ ਉਹ ਉਹ ਜਿਹੜੀ ਉਹ ਡੂ ਐਟਟੀਟਿਊਡ ਲੈ ਕੇ ਅੱਗੇ ਆਂਦੀ ਹੈ ਤੇ ਉਹ ਡੂ ਐਟਟੀਟਿਊਡ ਜਿਹੜਾ ਨੈਵਰ ਗਿਵ ਅਪ ਵਾਲਾ ਮਾਈਂਡ ਉਹਨਾਂ ਦਾ ਆ ਜਾਂਦਾ ਹੈ ਤੇ ਨੈਗੇਟਿਵਿਟੀ ਵੀ ਖਤਮ ਹੋ ਜਾਂਦੀ ਹੈ ਕਿ ਲੋਕਾਂ ਦੀ ਲੱਤਾਂ ਨਹੀਂ ਖਿੱਚਣੀ ਆਪਣੇ ਤੇ ਫੋਕਸ ਕਰਨਾ ਇਸ ਤਰ੍ਹਾਂ ਹੀ ਕੰਪਨੀ ਚ ਐ ਵੀ ਹੋਇਆ ਕਿ ਬੜਾ ਡਿਪਾਰਟਮੈਂਟ ਇੱਕ ਦੂਜੇ ਨਾਲ ਨਾ ਬੜਾ ਲੜਦੇ ਸੀ ਤੇ ਸੀ ਉਹਨੇ ਕਿਹਾ ਜੀ ਆਪਸ ਵਿੱਚ ਲੜਦੇ ਹੀ ਰਹਿੰਦੇ ਤੇ ਮੈਨੂੰ ਉਹਨਾਂ ਟ੍ਰੇਨਿੰਗ ਵਾਸਤੇ ਕਹਿਤਾ ਮੈਂ ਕਹਿੰਦੀ ਠੀਕ ਹੈ ਟ੍ਰੇਨਿੰਗ ਕਰਾ ਲੇ ਮੈਂ ਕੀ ਕੀਤਾ ਟ੍ਰੇਨਿੰਗ ਸਟਾਰਟ ਹੋਈਏ ਥੋੜੀ ਦੇਰ ਬਾਅਦ ਮੈਂ ਕਹੇ ਜੀ ਐਸ ਤਰ੍ਹਾਂ ਕਰੋ ਜਿਹੜਾ ਨਾਲ ਵਾਲਾ ਜੁੱਤਾ ਪਾਏ ਨਾ ਜਿੰਨੇ ਤੁਸੀਂ ਉਹਦਾ ਪਾ ਲਓ ਤੇ ਉਹ ਤੁਹਾਡਾ ਪਾ ਲੇ ਕੋਈ ਛੋਟਾ ਸੀ ਕੋਈ ਵੱਡਾ ਸੀ ਜਿਹੜਾ ਛੋਟਾ ਪਾ ਕੇ ਬੈ ਗੇ ਮੈਂ ਫਿਰ ਟ੍ਰੇਨਿੰਗ ਦੁਬਾਰਾ ਸਟਾਰਟ ਕਰਦੀ ਕੋਈ 5-7 ਮਿੰਟ 10 ਮਿੰਟ ਬਾਅਦ ਉਹ ਸਾਰੇ ਇਰੀਟੇਟ ਹੋ ਗਏ ਕਿ ਯਾਰ ਅਸੀਂ ਜੂਤੇ ਕੋ ਛੋਟੇ ਪਾਏ ਨੇ ਥਾੜੀ ਮਿਹਰਬਾਨੀ ਲਵਾ ਦਿਓ ਕਹਿੰਦੀ ਨਹੀਂ ਲਾਣਾ ਨਹੀਂ ਕਿ ਜਦੋਂ ਤੁਸੀਂ ਆਪਣਾ ਨੱਕ ਦੂਜੇ ਡਿਪਾਰਟਮੈਂਟ ਚ ਕਰਦੇ ਹੋ ਉਹਨੂੰ ਕਿੰਨੀ ਤਕਲੀਫ ਹੁੰਦੀ ਹੈ ਇਸ ਲਈ ਤੁਸੀਂ ਵੀ ਜਦੋਂ ਜੁੱਦਾ ਦੂਜੇ ਦਾ ਪਾਓਗੇ ਤਕਲੀਫ ਹੋਏਗੀ ਉਹਨੂੰ ਵੀ ਤਕਲੀਫ ਹੋਏਗੀ ਤੇ ਫੋਕਸ ਕਰੋ ਆਪਣੇ ਕੰਮ ਉੱਤੇ ਫੋਕਸ ਕਰੋ ਆਪਣੇ ਡਿਪਾਰਟਮੈਂਟ ਉੱਤੇ ਫੋਕਸ ਕਰੋ ਆਪਣੀ ਪਰਫਾਰਮੈਂਸ ਉੱਤੇ ਫੋਕਸ ਕਰੋ ਆਪਣੀ ਆਊਟਪੁੱਟ ਉੱਤੇ ਫੋਕਸ ਕਰੋ ਆਪਣੀ ਪ੍ਰੋਡਕਸ਼ਨ ਉੱਤੇ ਫੋਕਸ ਕਰੋ ਆਪਣੀ ਸਲਾਹੀਅਤ ਉੱਤੇ ਐਡਿਟਿਵ ਫੋਕਸ ਕਰਨਾ ਜ਼ਰੂਰੀ ਹੈ ਉਸ ਫੋਕਸ ਨੂੰ ਲੈ ਕੇ ਅੱਗੇ ਤੁਰਿਏ ਉਹ ਜ਼ਿਆਦਾ ਬਿਹਤਰ ਹੈ بجائے ਕਿ ਅਸੀਂ 네ਗੈਟਿਵਿਟੀ ਜਾਂ ਚੀਜ਼ਾਂ ਜਾਂ ਦੂਜੇ ਕੰਮਾਂ 'ਚ ਜਿਹੜਾ ਨਾ ਕਰੀਏ ਇਹ ਤਰੀਕਾ ਕਰੇ ਸਾਡਾ ਟ੍ਰੇਨਿੰਗ ਦਾ ਨਾਰਮਲੀ ਅਸੀਂ ਜਦੋਂ ਟ੍ਰੇਨਿੰਗ ਵੀ ਕਰਾਣੀ ਹੈ ਉਹ ਡਿਜ਼ਾਈਨ ਹੀ ਐਸਾ ਕਰਨੇ ਹੈ ਜਿਹੜੀ ਵੀ ਪ੍ਰੋਬਲਮ ਹੁੰਦੀ ਹੈ ਉਹਦੇ ਮੁਤਾਬਿਕ ਉਹਨੂੰ ਕਸਟਮਾਈਜ਼ ਕਰਕੇ ਚੀਜ਼ਾਂ ਦਾ ਸੋਲੂਸ਼ਨ ਲੱਭਨੇ ਆ ਹੁਣ ਉਹ ਫਿਰ ਕਦੀ ਵੀ ਲੂਜੇ ਡਿਪਾਰਟਮੈਂਟ ਚ ਨਹੀਂ ਜਾਂਦੇ ਤਿੰਨ ਦਿਨ ਚ ਭੁੱਲਦੇ ਨਹੀਂ ਉਹ ਕੰਮ ਪੱਕਾ ਹੋ ਜਾਂਦਾ ਬਿਲਕੁਲ ਠੀਕ ਹੈ ਅੱਛਾ ਹਸਨ ਸਾਹਿਬ ਤੁਸੀਂ ਪੰਜੀ 30 ਵਰੇ ਤੋਂ ਇਹ ਕੰਮ ਕਰਦੇ ਹੋ ਮੁxtਲਫ ਏਜ ਗਰੁੱਪ ਦੇ ਲੋਕਾਂ ਨੂੰ ਮਿਲਦੇ ਵੀ ਰਹੇ ਹੋ ਔਰ ਮੁxtਲਫ ਗਰੁੱਪਸ ਨੂੰ ਮਿਲਦੇ ਰਹੇ ਹੋ ਮਜ਼ਦੂਰ ਤਬਕਾ ਹੋ ਗਿਆ ਜਾਂ ਮਾਲਕਾਨ ਹੋ ਗਏ ਜਾਂ ਬਾਕੀ ਯੂਥ ਦੀ ਕਾਫੀ ਜ਼ਿਕਰ ਵੀ ਹੁੰਦਾ ਔਰ ਹੋਣਾ ਵੀ ਚਾਹੀਦਾ ਹੈ ਔਰ ਅੱਜਕੱਲ ਅਨਪਲੋਇਮੈਂਟ ਤੇ ਉਹਦਾ ਇੱਕ ਫੈਕਟਰ ਹੋ ਸਕਦਾ ਹੈ ਇਸ ਤੋਂ ਇਲਾਵਾ ਬਥੇਰੀਆਂ ਚੀਜ਼ਾਂ ਨੇ ਮਿਸਫਿਟ ਜੇ ਬੱਚੇ ਨੇ ਸਾਡੇ ਜਿਹਨੇ ਪੇਂਟਰ ਬਣਨਾ ਹੈ ਉਹ ਇੰਜੀਨੀਅਰ ਬਣਿਆ ਹੈ ਜਿਹਨੇ ਇੰਜੀਨੀਅਰ ਬਣਨਾ ਹੈ ਉਹ ਪਤਾ ਨਹੀਂ ਬਾਹਰ ਜਾ ਕੇ ਕੋਈ ਟੈਕਸੀ ਚਲਾਉਂਦਾ ਪਿਆ ਸੋ ਇਹ ਵੀ ਕੈਰੀਅਰ ਕਾਉਂਸਲਿੰਗ ਯੂਨੀਵਰਸਿਟੀ ਕਹਿੰਦੇ ਆ ਉਹ ਵੀ ਇੱਕ ਫੈਕਟਰ ਕਿਤੇ ਨਾ ਕਿਤੇ ਨਜ਼ਰ ਆਉਂਦਾ ਅਗਰ ਮੋਟੀਆਂ ਮੋਟੀਆਂ ਦੋ ਚਾਰ ਗੱਲਾਂ ਤੁਹਾਡੇ ਜ਼ਾਤੀ ਐਕਸਪੀਰੀਅੰਸ ਤੋਂ ਕੱਢੀਏ ਜਿਹੜੀ ਤੁਸੀਂ 20-25 ਬਾਰੇ ਲਾਏ ਨੇ ਔਰ ਯੂਥ ਨੂੰ ਮਿਲੇ ਕੀ ਲੱਗਦਾ ਹੈ ਕਿ ਪੰਜਾਬ ਦੀ ਯੂਥ ਔਰ ਫਿਰ ਪਾਕਿਸਤਾਨ ਦੀ ਯੂਥ ਨਾਲ ਮਸਲਾ ਕੀ ਚੱਲਦਾ ਹੈ ਅੱਛਾ ਹੁਣ ਐਜ ਉਹ ਹੈਗਾ ਜਦੋਂ ਆਊਟਗoing ਗ੍ਰੈਜੂਏਟ ਹੁੰਦੇ ਨਾ ਯੂਨੀਵਰਸਿਟੀ ਚ ਨਿਕਲਦੇ ਐਮਬੀਏ ਕਰਕੇ ਇੰਜੀਨੀਅਰਿੰਗ ਕਰਕੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਆਸਤੇ ਮੈਂ ਇੱਕ ਬੜਾ ਜ਼ਬਰਦਸਤ ਫਾਰਮੂਲਾ ਦਿੰਦਾ ਹਾਂ ਮੈਂ ਨਾਰਮਲੀ ਫਾਰਮੂਲੇ ਦਿੰਨਾ ਹਾਂ ਉਹਨਾਂ ਯੂਥ ਨੂੰ ਕਿ ਭਈ ਇਹ ਫਾਰਮੂਲਾ ਇਸਤੇਮਾਲ ਕਰ ਲੋ ਅੱਛਾ ਤੇ ਮੈਂ ਕਹਿਣਾ ਕਿ ਜਿੰਨੇ ਵੀ ਯੂਥ ਯੂਥੀਆ ਕਹਿੰ ਲੋ ਜਾਂ ਯੂਥ ਜਿਹੜੀ ਨਿਕਲਦੀ ਹੈ ਬਾਹਰ ਉਹ ਫਾਈਨਲੀ ਫਾਈਨਲ ਓਵਰਕਹੇਡਨ ਹਨ ਫਾਈਨਲ ਓਵਰ ਕੀ ਹੈਗਾ ਪਹਿਲਾ ਹੁੰਦਾ ਹੈਗਾ ਬੇਸਿਕਲੀ ਫਾਈਨਲ ਇਅਰ ਪ੍ਰੋਜੈਕਟ ਹੁੰਦਾ ਹੈ ਜਦੋਂ ਆਊਟ ਗ੍ਰਾਊਟ ਗ੍ਰੈਜੂਏਟ ਹੋਣ ਲੱਗਦੇ ਨੇ ਗ੍ਰੈਜੂਏਸ਼ਨ ਕਰ ਲੈਣੇ ਕੰਪਲੀਟ ਉਹਨਾਂ ਨੂੰ ਇੱਕ ਫਾਈਨਲ ਪ੍ਰੋਜੈਕਟ ਇਅਰ ਕਰਨਾ ਪੈਂਦਾ ਹੈ ਕਿ ਜੀ ਇਹ ਕਰਕੇ ਨਿਕਲਣੇ ਅੱਛਾ ਉਹਦਾ ਸਿਲੈਕਸ਼ਨ ਜਿਹੜਾ ਹੈ ਉਹ ਬਾਈ ਡਿਫਾਲਟ ਹੁੰਦਾ ਹੈ ਉਹ ਆਪਣੀ ਮਰਜ਼ੀ ਤੋਂ ਨਹੀਂ ਕਰਦਾ ਕੋਈ ਵੀ ਹੁਣ ਜਿਹੜੀ ਫੀਲ ਚ ਜਾਣਾ ਚਾਹੁੰਦਾ ਉਸੇ ਕਰਦਾ ਨਹੀਂ ਉਹ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਕਿ ਜੀ ਇਹ ਕਰ ਲਓ ਉਹ ਕਰਨਾ ਪੈਂਦਾ ਅੱਛਾ ਜਦੋਂ ਉਹ ਮਜਬੂਰਨ ਕਰਨਾ ਪੈਂਦਾ ਤੇ ਫਿਰ ਉਹ ਫਿਰ ਸੀਨੀਅਰ ਨੂੰ ਲੱਗਦਾ ਕਿ ਯਾਰ ਸੀਨੀਅਰ ਦਾ ਕਿਸੇ ਕੱਟ ਐਂਡ ਪੇਸ ਕਰਕੇ ਨਾਂ ਸ਼ਾ ਚੇਂਜ ਕਰਕੇ ਅਸੀਂ ਜਿਹੜੀ ਡਿਗਰੀ ਤੇ ਲਈਏ ਹੁਣ ਸਾਰਾ ਕਰੀਅਰ ਜਿਹੜਾ ਨਾ ਉਹ ਇੱਥੋਂ ਹੀ ਬੇਸ ਕਰਦਾ ਤੇ ਫਾਈਨਲ ਓਵਰ ਖੇਡਣਾ ਇੱਕ ਯੂਥ ਹਾਸ ਤੇ ਬੜੀ ਯੂਥ ਜਿਹੜਾ ਵੀ ਆਊਟ ਗoing ਗ੍ਰੈਜੂਏਟ ਹੋਏਗਾ ਉਸੇ ਬੜਾ ਜ਼ਰੂਰੀ ਹੋਏਗਾ ਤੇ ਫਾਈਨਲ ਈਅਰ ਪ੍ਰੋਜੈਕਟ ਉਹਦਾ ਕੀ ਐਸਪੈਕਟ ਹੈ ਜਿਹਦੇ ਤੇ ਕੰਮ ਕਰਨਾ ਜ਼ਰੂਰੀ ਹੈ ਉਹ ਨਹੀਂ ਕਰਦੇ ਸੀਰੀਅਸਨੈਸ ਨਹੀਂ ਹੁੰਦੀ ਕੋਈ ਵੀ ਉਹ ਸੀਰੀਅਸਨੈਸ ਕਰਨੀ ਪੈਗੀ ਫਿਰ ਉਹਦੇ ਬਾਅਦ ਅਗਲੀ ਓਪਰਚ्युनिटी ਉਹਨੂੰ ਇੰਟਰਨਸ਼ਿਪ ਵੀ ਮਿਲਦੀ ਹੈ ਹੁਣ ਉਹਦੇ ਚ ਕੀ ਹੁੰਦਾ ਰੈਫਰੈਂਸ ਲੱਭ ਰਹੇ ਹੁੰਦੇ ਨੇ ਕਿਸੇ ਬੈਂਕ ਚ ਜਾ ਕੇ ਇੰਟਰਨਸ਼ਿਪ ਕਰਦੇ ਨੇ ਇੱਧਰ ਕਰਦੇ ਨੇ ਉੱਧਰ ਵੀ ਕੋਈ ਇੰਟਰਸਟ ਨਹੀਂ ਹੁੰਦਾ ਕਿ ਕੋਈ ਕੰਮ ਫੜੇ ਕੁਸਟਰ ਹੰਗਰ ਖਤਮ ਹੋ ਗਈ ਯੂਚ ਉਹ ਬਸ ਕਹਿੰਦਾ ਜੀ ਇੱਕ ਸਰਟੀਫਿਕੇਟ 10 ਮਹੀਨੇ ਬਾਅਦ ਮਿਲ ਜਾ ਮੇਰੇ ਕੋਲ ਸੀਵੀ ਚ ਲਿਖਿਆ ਜਾਏ ਹੁਣ ਮੈਂ ਸਮਝਣਾ ਕਿ ਇਹ ਇੰਟਰਨਸ਼ਿਪ ਓਪਰਚ्युनिटी ਹੈ ਕੀ ਜਿਹਨੂੰ ਕੈਸ਼ ਦੇ ਕਰਾ ਲੇ ਮੁੰਡਾ ਜਾਂ ਕੁੜੀ ਜਿਹੜੀ ਵੀ ਨਿਕਲਦੀ ਹੈ ਜਦ ਯੂ ਦੀ ਗੱਲ ਕਰ ਰਹੇ ਆ ਤੇ ਲੈਟ ਮੀ ਟੈਲ ਯੂ ਦੁਨੀਆ ਚੇਂਜ ਹੋ ਜਾਏਗੀ ਹੂੰ ਪਹਿਲਾ ਫਾਈਨਲイヤー ਪ੍ਰੋਜੈਕਟ ਉਹ ਕਰੇ ਜਿਹਦੇ ਤੇ ਉਹਨੇ ਫਿਊਚਰ ਆਪਣਾ ਖ ਲਾੜਨਾ ਹੈ ਦੂਜਾ ਇੰਟਰਨਸ਼ਿਪ ਬੜੀ ਜ਼ਰੂਰੀ ਫਿਰ ਤੀਜੀ ਸ਼ੈਡ ਨੀਡ ਆਫ ਦਿ ਆਰਗੇਨਾਈਜੇਸ਼ਨ ਬਣ ਜਾਏ ਹੂੰ ਜੇ ਜ਼ਰੂਰਤ ਬਣ ਜਾਂਦੀ ਹੈ ادارے ਦੀ ਜ਼ਰੂਰਤ ਬਣ ਜਾਏਗਾ ਤਾਂ ਆਟੋਮੈਟਿਕਲੀ ਉਹਨੂੰ ਫਾਇਰ ਹੀ ਨਹੀਂ ਕਰਨਗੇ ਉਹ ਕੱਢਣਗੇ ਨਹੀਂ ਬਿਲਕੁਲ ਬਹੁਤ ਵਧੀਆ ਗੱਲ ਜਿਵੇਂ ਅਦਰ ਸਾਹਿਬ ਸਾਡੇ ਕੋਲ ਟਾਈਮ ਦਾ ਘਾਟੇ ਥੋੜਾ ਜਿਹਾ ਤੇ ਨਾਲ ਅਗਲਾ ਐਟੀਟਿਊਡ ਹੈ ਫਿਰ ਉਹਦੇ ਬਾਅਦ ਲਰਨਿੰਗ ਐਂਡ ਡਿਵੈਲਪਮੈਂਟ ਅਗਲਾ ਹੈ ਕਿ ਉਹਦੀ ਕੰਟੀਨਿਊਸ ਲਰਨਿੰਗ ਹੋਣੀ ਚਾਹੀਦੀ ਹੈ ਡਿਗਰੀ ਤੇ ਕੰਮੇ ਚੱਲਣਾ ਪ੍ਰੋਫੈਸ਼ਨਲ ਕੁਆਲਿਫਿਕੇਸ਼ਨ ਲੈ ਆਪਣੀ ਸਕਿੱਲ ਨੂੰ ਇਨਹਾਂਸ ਕਰੇ ਕੰਪੀਟੈਂਸੀ ਨੂੰ ਐਂਡ ਇਨਹਾਂਸ ਕਰੇ ਤੇ ਆਊਟਸਟੈਂਡਿੰਗ ਪਰਫਾਰਮਰ ਬਿਲਕੁਲ ਫਿਰ ਕਿਸੇ ਪ੍ਰੋਗਰਾਮ ਵਿੱਚ ਭਾਵਾਂਗੇ ਔਰ ਫਿਰ ਡਿਟੇਲ ਨਾਲ ਇਸ ਹਵਾਲੇ ਨਾਲ ਗੱਲਬਾਤ ਤੁਹਾਡੇ ਨਾਲ ਕਰਾਂਗੇ ਕਿਉਂਕਿ ਸਾਡੇ ਇੱਕ بڑے ਚਾਰਟਿਸਟ ਜਿੰਨਾ ਜਿਹੜੇ ਕਿ ਬਣਾਈ ਪੇਂਟਿੰਗ ਆਸਤੇ ਸਨ ਔਰ ਦੁਨੀਆ ਤੇ ਆਈ ਮੁਸਵਰੀ ਕਰਨਾ ਆਸਤੇ ਸਨ ਉਹਨਾਂ ਨੇ ਬੜੀ ਸੋਹਣੀ ਵਧੀਆ ਤਸਵੀਰ ਬਣਾਈ ਹੈ ਉਹਨਾਂ ਦੀ ਫਾਈਨਲ ਵਰਡਿਕਟ ਲੈ ਲੈਣੇ ਕਿੱਥੇ ਤੱਕ ਪਹੁੰਚੀ ਗੱਲ ਬਿਲਕੁਲ ਹੀ ਫਾਈਨਲ ਹੋ ਗਈ ਇਹ ਪੰਜਾਬ ਦਾ ਕਲਚਰ ਜਿਹੜਾ ਸੀ ਆਪਣਾ ਉਹ ਪੇਂਟ ਕੀਤਾ ਜੀ ਉਹ ਚ ਲਾਈਟ ਐਂਡ ਸ਼ੇਡ ਨਾਲ ਟਾਈਮ ਵੀ ਸ਼ੋ ਕੀਤਾ ਹੈ ਕਿ ਦੁਪਹਿਰ ਦਾ ਟਾਈਮ ਹੈ ਔਰ ਜਿਹੜੇ ਮਟਿਆਰਾਂ ਪੰਜਾਬ ਦੀਆਂ ਸਨ ਜਿਹੜੇ ਕੰਮ ਕਰਦੀਆਂ ਹਣ ਉਹਨਾਂ ਵੀ ਕਰ ਰਹੇ ਨੇ ਕਿਉਂਕਿ ਹੁਣ ਜਿਉ ਜਿਉ ਪੰਜਾਬ ਦਾ ਕਲਚਰ ਪੰਜਾਬੀ ਹਿੱਟਦੇ ਜਾ ਰਹੀ ਹੈ ਨਾ ਮੁੱਕਦੇ ਜਾ ਰਹੀ ਹੈ ਤੇ ਉਹ ਤੋਂ ਔਰਤਾਂ ਵੀ ਕੰਮ ਕਰਨਾ ਛੱਡਦੀਆਂ ਜਾ ਰਹੀਆਂ ਨੇ ਅੱਛਾ ਹਾਂ ਜੀ ਉਹ ਸਿਰਫ ਜੌਬ ਨੂੰ ਹੀ ਸਮਝਦੇ ਜਿਵੇਂ ਸਰ ਮੋਟੀਵੇਸ਼ਨਲ ਸਪੀਕਰ ਨੇ ਕਹਿ ਰਹੇ ਨੇ ਕਿ ਸੋਸਾਇਟੀ ਬੇਸ ਜਿਹੜੀ ਉਹ ਨਹੀਂ ਛੱਡਣੀ ਚਾਹੀਦੀ ਔਰ ਉਹਦਾ ਕੰਮ ਜੋ ਵੀ ਆਪਣੀ ਜਾਬ ਕਰ ਨਹੀਂ ਹੋ ਗਈ ਔਰਤ ਦਾ ਕੰਮ ਸਾਰੇ ਕੰਮ ਨੇ ਉਹ ਸਾਰੇ ਮਰਦ ਦੇ ਵੀ ਸਾਰੇ ਕਰੇ ਅਗਰ ਉਹ ਵੀ ਜਾਬ ਤੇ ਜਾ ਰਹੀ ਮਰਦ ਵੀ ਜਾਬ ਤੇ ਜਾ ਰਿਹਾ ਤੇ ਜਿਹੜੀ ਅੱਗੇ ਬੱਚਿਆਂ ਦੀ ਜਨਰੇਸ਼ਨ ਹੈ ਸਾਡੀ ਉਹਨਾਂ ਨੂੰ ਤਰਬੀਅਤ ਕੌਣ ਕਰੇਗਾ ਚਲੋ ਇਹ ਤੇ ਤੁਹਾਡਾ ਪਰਸਪੈਕਟਿਵ ਹੋ ਸਕਦਾ ਬਾਕੀ ਸ਼ਾਇਦ ਲੋਕਾਂ ਦਾ ਨਹੀਂ ਵੀ ਹੋ ਸਕਦਾ ਚਲੋ ਨਹੀਂ ਹੋਏਗਾ ਤੇ ਖਤਮ ਹੋ ਜਾਏਗਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਬੜਾ ਸੋਹਣਾ ਪਿੰਡ ਦਾ ਮੰਜ਼ਰ ਵਿਖਾਇਆ ਔਰ ਯਕੀਨੀ ਤੌਰ ਤੇ ਡਿਫਰੈਂਸ ਆਫ ਅਪੀਨੀਅਨ ਜਿਹੜੀ ਹੈ ਉਹ ਮੁਵਾਸ਼ਰੇ ਚ ਰਹਿਣੀ ਚਾਹੀਦੀ ਦੂਜੇ ਦੀ ਗੱਲ ਸੁਣਨਾ ਔਰ ਉਹਨੂੰ ਸਹਜੇ ਸਹਜੇ ਚਲਾਣਾ ਇਹ ਇਨਸਾਨੇ معاشਰੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਨੇਦਰ ਸਾਹਿਬ ਤੁਹਾਡੀ ਵੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਆਏ ਫਿਰ ਕਦੀ ਬਵਾਂਗੇ ਫਿਰ ਸ਼ਾਰੀਆਂ ਗੱਲਾਂ ਕਰਾਂਗੇ ਜੀ ਨਾਜ਼ਰੀਨ ਤੁਸੀਂ ਅਗਰ ਮੋਟੀਵੇਟਿਡ ਹੋਏ ਹੋ ਇਸਾਰੀ ਗੁਫ਼ਤਗੂ ਦੇ ਨਾਲ ਤੇ ਯਕੀਨੀ ਤੌਰ ਤੇ ਤੁਸੀਂ ਫਿਊਚਰ ਵੇਖਣਾ ਆਪਣਾ ਵੀ ਆਪਣੇ ਬੱਚਿਆਂ ਦਾ ਵੀ ਔਰ ਜਿੱਥੇ ਵੀ ਕੰਮ ਕਰਦੇ ਹੋ ਪੇ ਜਿਹੜੀ ਵੀ ਕੈਟਾਗਰੀ ਚ ਕਰਦੇ ਹੋ ਪੇ ਬਿਹਤਰ ਪਰਫਾਰਮੈਂਸ ਅਗਰ ਦਿਓਗੇ ਜ਼ਾਤੀ ਵੀ ਖੁਸ਼ੀ ਹੋਵੇਗੀ معاشਰੇ ਚ ਵੀ ਚੰਗੇ ਕੰਮ ਹੋਣ ਲੱਗ ਪੈਣਗੇ ਜਾਂਦੀ ਹਾਂ ਫਿਰ ਕਹਾਂਗੇ ਮੈਂ ਔਰ ਸੁਹੇਰਾ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ